ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਆਪਣੀ ਹਰਦੀਪ ਕੌਰ ਅਤੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਇਸ ਚੈਨਲ ਮਿਊਜ਼ਿਕ ਹੱਟ ਦੇ ਵਿੱਚ। ਅਤੇ ਹਰਬੀਰ ਢੀਂਗਸਾ ਜੀ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਪਹੁੰਚੇ ਹਾਂ ਧੂਰੀ ਦੇ ਵਿੱਚ। ਧੂਰੀ ਵਿੱਚ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਰਿਜੂ ਸ਼ਰਮਾ ਜੀ ਦੇ ਨਾਲ, ਇੱਕ ਐਸੀ ਲੇਡੀ ਦੇ ਨਾਲ ਜਿਨ੍ਹਾਂ ਨੇ ਆਪਣੀ ਲਾਈਫ ਵਿੱਚ ਬਹੁਤ ਸਟਰਗਲ ਕੀਤੀ, ਬਹੁਤ ਮਿਹਨਤ ਕੀਤੀ ਆਪਣੇ ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਘਰ ਨੂੰ ਬਚਾਉਣ ਦੇ ਲਈ, ਆਪਣੇ ਬੱਚਿਆਂ ਨੂੰ ਸਵਾਰਨ ਦੇ ਲਈ। ਤਾਂ ਸਿੱਧੀ ਗੱਲਬਾਤ ਹੀ ਕਰਾ ਦਿੰਦੇ ਹਾਂ ਉਹਨਾਂ ਦੇ ਨਾਲ। ਆਓ ਤੁਹਾਨੂੰ ਮਿਲਵਾਉਂਦੇ ਹਾਂ ਰਿਜੂ ਸ਼ਰਮਾ ਜੀ ਦੇ ਨਾਲ, ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਠੀਕ? ਬਹੁਤ ਵਧੀਆ। ਤੁਹਾਡਾ ਧੂਰੀ ਆਉਣ ਦਾ ਬਹੁਤ ਬਹੁਤ ਧੰਨਵਾਦ ਸਾਡੇ ਘਰ ਪਹੁੰਚੇ ਜੀ। ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੇ ਘਰ ਵਿੱਚ ਆ ਕੇ, ਔਰ ਤੁਸੀਂ ਜਿਵੇਂ ਸਾਡੇ ਨਾਲ ਇੰਨਾ ਪਿਆਰ ਕੀਤਾ, ਸਾਨੂੰ ਸਤਿਕਾਰ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਮੈਮ, ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਕਿਉਂਕਿ ਬਹੁਤ ਕੁਛ ਸੁਣਿਆ ਤੁਹਾਡੇ ਲਾਈਫ ਦੇ ਬਾਰੇ, ਜੀਵਨ ਦੇ ਬਾਰੇ, ਕਿ ਇੱਕ ਲੇਡੀ ਕਿਵੇਂ ਸਰਵਾਈਵ ਕਰਦੀ ਹੈ ਨਾ ਜ਼ਿੰਦਗੀ, ਅਤੇ ਕਿਵੇਂ ਅੱਗੇ ਵੱਧਦੀ ਹੈ। ਬਹੁਤ ਔਖਾ ਹੁੰਦਾ, ਕੋਈ ਸੌਖਾ ਨਹੀਂ ਹੁੰਦਾ ਇਕੱਲੀ ਲੇਡੀ ਲਈ ਸਰਵਾਈਵ ਕਰਨਾ ਇੰਨਾ। ਅਤੇ ਪਲੀਜ਼ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਵੇਂ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤੀ ਦਿਨ ਕਿਵੇਂ ਦੇ ਸੀ, ਮਾਂ ਪਿਓ ਦਾ ਘਰ, ਬਚਪਨ ਕਿਵੇਂ ਦਾ ਰਿਹਾ ਤੁਹਾਡਾ? ਮੇਰੀ ਜ਼ਿੰਦਗੀ ਮਤਲਬ ਕਿ ਥੋੜ੍ਹੀ ਸਟਰਗਲ ਵਾਲੀ ਤਾਂ ਰਹੀ ਹੈ, ਪਰ ਸਟਰਗਲ ਵਿੱਚ ਜੋ ਮਜ਼ਾ ਆਉਂਦਾ, ਜੋ ਜ਼ਿੰਦਗੀ 'ਚ ਕਾਮਯਾਬ ਆਪਾਂ ਆਪਣੇ ਬਲ ਬੁੱਤੇ 'ਤੇ ਹੁੰਦੇ ਹਾਂ, ਉਹਦੀ ਜਿਹੜੀ ਖੁਸ਼ੀ ਹੁੰਦੀ ਹੈ ਉਹਦੀ ਖੁਸ਼ੀ ਵੱਖਰੀ ਹੁੰਦੀ ਹੈ। ਕਿਸੇ ਨੂੰ ਤਾਂ ਵਸੀ ਇਹਦੇ 'ਚ ਮਾਂ ਬਾਪ ਤੋਂ ਕੁਛ ਮਿਲ ਜਾਂਦਾ ਹੈ ਨਾ, ਸਹੁਰਿਆਂ 'ਤੇ ਮਿਲ ਜਾਂਦਾ, ਬੰਦਾ ਕਹਿੰਦਾ ਮੈਂ ਸੈੱਟ ਹੋ ਗਿਆ, ਸਟਰਗਲ ਉਹ ਕਰ ਲਿਆ, ਪਰ ਮੈਨੇ ਸਭ ਕੁਛ ਆਪਣੀ ਮਿਹਨਤ ਨਾਲ ਹੀ ਅੱਜ ਤੱਕ ਇੱਥੇ ਤੱਕ ਪਹੁੰਚੀ ਹੈਗੀ ਹਾਂ। ਬਚਪਨ ਦੇ ਵਿੱਚ ਮਤਲਬ ਕਿ ਬਚਪਨ ਤੋਂ ਹੀ ਮੇਰਾ ਸਟਰਗਲ ਸ਼ੁਰੂ ਹੋ ਗਿਆ ਸੀ। ਮੇਰੇ ਮਤਲਬ ਸਾਰੇ ਭੈਣ ਭਰਾਵਾਂ 'ਚ ਮੈਂ ਵੱਡੀ ਸੀਗੀ, ਵੱਡੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀਆਂ ਜ਼ਿਆਦਾ ਬਣਦੀਆਂ ਸੀ, ਮੈਂ ਬੱਚਿਆਂ ਨੂੰ ਖਿਲਾਉਣਾ ਕਰਨਾ, ਮੇਰੀ ਮੰਮੀ ਨੇ ਮੇਰੇ ਜ਼ਿੰਮੇਵਾਰੀ ਪੈਸੇ ਬੱਚਿਆਂ ਨੂੰ ਮੈਂ ਹੀ ਦੇਖਦੀ ਸੀ। ਜੇ ਕਿਤੇ ਖੇਡਣ ਵੀ ਜਾਣਾ ਤਾਂ ਵੀ ਕਹਿੰਦਾ ਇਹਨੂੰ ਨਾਲ ਲੈ ਜਾ, ਬੇਟੇ ਨੂੰ ਚੱਕ ਕੇ ਆਪਣੇ ਬ੍ਰਦਰ ਨੂੰ ਲੈ ਜਾਂਦੀ, ਮੈਂ ਬੱਚਿਆਂ ਨੂੰ ਖੇਡਦੇ ਦੇਖਦੀ ਹੁੰਦੀ ਸੀ, ਖੇਡਦੀ ਵੀ ਨਹੀਂ ਹੁੰਦੀ ਸੀ। ਪਰ ਮੇਰੀ ਮੰਮੀ ਦਾ ਗੁੱਸਾ ਇੰਨਾ ਜ਼ਿਆਦਾ ਸੀ, ਕਿਤੇ ਖੜ੍ਹੇ ਵੀ ਦੇਖ ਲੈਂਦੇ ਨਾ ਵੀ ਉਹਨੂੰ ਦੇਖ ਕੇ ਡਰ ਜਾਂਦੇ, ਔਰ ਘਰ ਆ ਜਾਂਦੇ ਵੀ ਮੰਮੀ ਨੇ ਡਾਂਟਣਾ ਮਾਰਨਾ, ਮਤਲਬ ਕਿ ਬਹੁਤ ਜ਼ਿਆਦਾ ਡਰਦੇ ਹੁੰਦੇ ਸੀਗੇ। ਇਸ ਤਰ੍ਹਾਂ ਹੀ ਮਤਲਬ ਕਿ ਬਚਪਨ ਦੇ ਮਤਲਬ ਕਿ ਉਹਨੇ ਜਿਵੇਂ ਜਿਵੇਂ ਉਹਨਾਂ ਨੂੰ ਮੇਰੇ 'ਤੇ ਇੰਨਾ ਮਾਣ ਸੀ ਵੀ ਇਹ ਆਪਣੇ ਆਪ ਸਭ ਕੁਝ ਕਰ ਲੂਗੀ। ਘਰ ਸਾਡੇ ਕੋਈ ਮਹਿਮਾਨ ਵੀ ਆਉਂਦਾ ਨਾ, ਮੈਂ ਬਹੁਤ ਛੋਟੀ ਖਾਣਾ ਬਣਾਉਣ ਲੱਗ ਗਈ ਸੀ, ਉਹ ਖਾਣਾ ਮੈਂ ਬਹੁਤ ਅੱਛਾ ਬਣਾਉਂਦੀ ਹਾਂ, ਹੁਣ ਵੀ ਅੱਛਾ ਬਣਾਉਂਦੀ ਹਾਂ। ਔਰ ਕੋਈ ਰਿਸ਼ਤੇਦਾਰ ਵੀ ਆਉਂਦਾ ਨਾ, ਕਿਤੇ ਐਂ ਨਹੀਂ ਪੁੱਛ ਸਕਦਾ ਸੀ ਵੀ ਆਪਾਂ ਮੰਮੀ ਕੀ ਬਣਾਈਏ, ਹੁਣ ਕੋਈ ਆਇਆ ਹੈ ਨਾ, ਪਰ ਉਹਨੇ ਆਇਆ ਸੀ ਆਪਣੇ ਆਪ ਹੀ ਕੁਛ ਬਣਾ ਲਾ ਵੀ ਜਿਹੜਾ ਕੁਛ ਬਣਾਏਗੀ ਮਤਲਬ ਵਧੀਆ ਹੀ ਕਰੂੰਗੀ ਇਹ। ਤਾਂ ਮੈਂ ਖੁਦ ਹੀ ਆਪਣੇ ਦਿਮਾਗ ਨਾਲ ਦੇਖਦੀ ਰਹਿੰਦੀ। ਇੱਕ ਵਾਰ ਮੇਰੇ ਕੋਲ ਅਰਬੀ ਵੀ ਸੀ, ਮੈਂ ਅਰਬੀ ਦੇ ਪਕੌੜੇ ਬਣਾਤੇ। ਅਤੇ ਫਿਰ ਵਿਆਹ ਤੁਹਾਡਾ ਮਤਲਬ ਪੜ੍ਹਾਈ ਤੁਹਾਡੀ ਕਿੰਨੀ ਕੀ ਰਹੀ ਹੈ? ਪੜ੍ਹਾਈ ਤਾਂ ਪਲੱਸ ਟੂ ਹੀ ਰਹੀ ਹੈ। ਪਲੱਸ ਟੂ ਕੀਤੀ ਹੈ ਤਾਂ ਫਿਰ ਵਿਆਹ ਕਦੋਂ ਦਾ ਹੋਇਆ ਤੁਹਾਡਾ? ਮੇਰਾ 92 'ਚ ਹੋਇਆ ਸੀਗਾ, ਮੇਰਾ ਪਾਣੀ ਪਤ ਮੈਰਿਜ ਹੋਈ ਸੀਗੀ। ਅੱਛਾ। ਔਰ ਉੱਥੇ ਮੈਨੂੰ ਥੋੜ੍ਹਾ ਜਿਹਾ ਧੋਖਾ ਹੋ ਗਿਆ ਸੀਗਾ। ਉਹ ਜਦੋਂ ਮੈਰਿਜ ਹੋਈ ਉਹਨਾਂ ਨੇ ਸਾਨੂੰ ਫੈਕਟਰੀ ਵਗੈਰਾ ਦਿਖਾਈਆਂ ਵੀ ਸਾਡੇ ਮੁੰਡਾ ਇਕੱਲਾ ਇਕੱਲਾ ਮੁੰਡਾ ਹੈ, ਫੈਕਟਰੀ ਹੈ। ਫਿਰ ਮੇਰੇ ਮੰਮੀ ਡੈਡੀ ਕਹਿੰਦੇ ਚਲੋ ਵੀ ਫੈਕਟਰੀ ਆਪਣੀ ਨਹੀਂ ਹੋਊਗੀ ਤਾਂ ਮੁੰਡਾ ਕੰਮ ਤਾਂ ਕਰ ਹੀ ਰਿਹਾ ਵੀ ਚੱਲ ਰੋਟੀ ਦਾ ਹੀ ਮਤਲਬ ਹੈ ਵੀ ਚਲੋ ਕੁੜੀ ਨੂੰ ਕਮਾਈ ਖਵਾਊਗਾ। ਪਰ ਉਹਨਾਂ ਨਾ ਫੈਕਟਰੀ 'ਚ ਨਾ ਕੰਮ ਕਰਦਾ ਸੀ, ਉਹਨਾਂ ਕੁਛ ਵੀ ਨਹੀਂ ਸੀ। ਫਿਰ ਉੱਥੇ ਮੈਂ ਬਹੁਤ ਸਟਰਗਲ ਕੀਤਾ ਕਿਉਂਕਿ ਮੈਨੇ ਹਮੇਸ਼ਾ ਇੱਕ ਏਮ ਲੈ ਲੈਣੀ ਵੀ ਮੈਨੂੰ ਆਹ ਕੰਮ ਮੈਂ ਕਰੂੰਗੀ। ਫਿਰ ਮੈਂ ਕਿਹਾ ਚਲੋ ਇਹ ਡਰਿੰਕ ਆ ਜਾਂਦਾ ਕੁਛ ਕਰਦਾ, ਮੈਂ ਉਹਨੂੰ ਠੀਕ ਕਰਨਾ ਹੈਗਾ। ਮਤਲਬ ਐਡਿਕਟਸ ਹੈਗੇ ਸੀ? ਐਡਿਕਟ ਸੀ, ਬਹੁਤ ਡਰਿੰਕ ਵੀ ਗਏ ਸੀ, ਪੂਰੀ ਰਾਤ ਘਰ ਹੀ ਨਹੀਂ ਰਹਿੰਦਾ ਸੀ, ਦਿਨ ਦੇ ਵਿੱਚ ਸੁੱਤਾ ਰਹਿੰਦਾ, ਰਾਤ ਨੂੰ ਘਰੋਂ ਚਲਾ ਜਾਂਦਾ ਸੀ, ਕੀ ਕਰਦਾ ਸੀ ਪਤਾ ਨਹੀਂ। ਫਿਰ ਇਸ ਤਰ੍ਹਾਂ ਬੇਟਾ ਹੋ ਗਿਆ, ਜਦੋਂ ਬੇਟਾ ਹੋ ਗਿਆ ਜ਼ਿੰਮੇਵਾਰੀ ਜ਼ਿਆਦਾ ਹੋ ਗਈ। 94 'ਚ ਬੇਟਾ ਹੋਇਆ ਸੀ, ਉਹਨੇ ਟਾਈਮ ਉਹਨੇ ਉਹ ਠੀਕ ਕਰਦੀ ਰਹੀ, ਮੈਂ ਸਿਲਾਈ ਕਰਦੀ ਸੀ, ਮੈਂ 12 ਵਾਰ ਇੱਕ ਇੱਕ ਵਾਰ ਸਿਲਾਈ ਕਰਦੀ ਰਹੀ, ਉਹਦੀ ਵੇਟ ਕਰੀ ਵੀ ਆਊਗਾ ਫਿਰ ਸੋ ਜੂੰਗੀ ਮੈਂ ਵੀ, ਚਲੋ ਆਊਗਾ, ਉਹਦੀ ਵੇਟ ਕਰਦੀ ਰਹਿੰਦੀ। ਫਿਰ ਜਦੋਂ ਬੱਚਾ ਹੋ ਗਿਆ ਫਿਰ ਜ਼ਿੰਮੇਵਾਰੀ ਬਣ ਗਈ ਮੇਰੀ, ਫਿਰ ਮੈਂ ਕਿਹਾ ਇਹਦਾ ਕੀ ਕਸੂਰ ਹੈ, ਇਹਨੂੰ ਅੱਛੀ ਲਾਈਫ ਮਿਲਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਮਾਂ ਦੇ ਨਾਲ ਪਿਓ ਦੀ ਜ਼ਰੂਰਤ ਹੁੰਦੀ ਹੈ। ਮੈਂ ਉਹਨੂੰ ਨਸ਼ਾ ਮੁਕਤੀ ਕੇਂਦਰ ਦਾਖਲ ਕਰਾਇਆ ਵੀ ਇਹਦਾ ਇਲਾਜ ਕਰਾਉਣੀ ਹੈ, ਇਹਨੂੰ ਠੀਕ ਬੰਦਾ ਬਣਾਉਣਾ, ਕੰਮ ਅਸੀਂ ਰਲ ਕੇ ਕਰ ਲਾਂਗੇ। ਉਹਨੂੰ ਇਲਾਜ ਕਰਾਇਆ, ਫਿਰ ਵੀ ਉੱਥੇ ਮੈਨੂੰ ਇੱਕ ਆਈਡੀਆ ਆਇਆ, ਉੱਥੇ ਨਾ ਖੱਡੀਆਂ ਦੇ ਪਾਣੀ ਪੱਤ ਮਤਲਬ ਕਿ ਚੱਦਰਾਂ ਬੰਦੀਆਂ ਸੀ, ਮੈਨੇ ਗਲੀਚਿਆਂ ਦੀ ਇੱਕ ਮਤਲਬ ਕਿ 5 ਖੱਡੀਆਂ ਲੈ ਲਈਆਂ ਸੀਗੀਆਂ ਕਿਰਾਏ 'ਤੇ,
ਮੈਂ ਕੰਮ ਸ਼ੁਰੂ ਕੀਤਾ, ਪਰ ਕੀ ਮੈਨੂੰ ਕਿਵੇਂ ਮੈਂ ਇੱਥੋਂ ਪੈਸੇ ਲੈ ਗਈ ਆਪਣੇ ਮੰਮੀ ਡੈਡੀ ਕੋਲੋਂ ਵੀ ਆਪਾਂ ਕੰਮ ਅਸੀਂ ਕਰਨਾ ਹੈਗਾ, ਤਾਂ ਜਿਹੜੇ ਤਾਂ ਅੱਗੇ ਵਾਸਤੇ ਪੈਸੇ ਉਹਨੂੰ ਦਿੱਤੇ ਉਹਦਾ ਜੂਏ ਖੇਲ ਆਇਆ ਉਹ, ਉਹ ਕਹਿੰਦਾ ਘਾਟਾ ਪੈ ਗਿਆ। ਮੈਂ ਕਹਿੰਦਾ ਸਰ ਕਿਰਾਇਆ ਕਿੱਥੋਂ ਦਵਾਂ ਅਤੇ ਕੀ ਕਰਾਂ, ਜਿਹੜਾ ਫਰਨੀਚਰ ਸੀ ਮੈਂ ਉਹੀ ਵਾਪਸ ਕਰਕੇ ਫਿਰ ਮੈਂ ਹੋ ਗਈ। ਤਾਂ ਫਿਰ ਮੈਂ ਉੱਥੇ ਜੋਬ ਵੀ ਕੀਤੀ, ਜੋ ਜੋਬ ਕੀਤੀ ਤਾਂ ਉੱਥੇ ਵੀ ਮੇਰੇ ਨਾਲ ਉਹਨੇ ਸੈਟਿੰਗ ਹੀ ਨਹੀਂ ਬਣੀ ਕਿਉਂਕਿ ਬੱਚਾ ਬਹੁਤ ਛੋਟਾ ਸੀਗਾ। ਫਿਰ ਮਤਲਬ ਕਿ ਮੈਨੂੰ ਇੱਕ ਵਾਰ ਬਹੁਤ ਮਾਰਿਆ ਕੁੱਟਿਆ ਉਹਨਾਂ ਨੇ ਵੀ ਤੂੰ ਉੱਥੇ ਲੇਟ ਆ ਗਈ, ਫਿਜ਼ੀਕਲ ਵੀ ਉਹ ਕਰਦੀ ਸੀ। ਫਿਰ ਮੈਂ ਕਿਹਾ ਵੀ ਜੇ ਮੈਂ ਰੋਟੀ ਆਪਣੀ ਕਮਾ ਕੇ ਖਾਣੀ ਹੈ ਮੈਂ ਜੁੱਤੀਆਂ ਵੀ ਕਿਉਂ ਖਾਵਾਂ। ਫਿਰ ਮੇਰਾ ਜਿਹੜਾ ਸੱਸਰ ਸੀ ਉਹ ਵੀ ਮੇਰੇ ਨਾਲ ਗਲਤ ਨਿਗਾਹ ਨਾਲ ਦੇਖਦਾ ਸੀ, ਫਿਰ ਮੈਨੂੰ ਉਹਨਾਂ ਘਰ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ। ਉਹ ਕਹਿੰਦਾ ਸੀ ਮੇਰੇ ਬੇਟੇ ਨੂੰ ਤਲਾਕ ਦੇ ਦੇ, ਫਿਰ ਤੂੰ ਇੱਥੇ ਰਹਿ ਸਕਦੀ ਹੈ। ਮੈਂ ਕਿਹਾ ਦਸਲ ਵਕੀਲ ਘਰ ਬਿਠਾਈ ਬੈਠੇ, ਮੈਂ ਕਿਹਾ ਹੁਣ ਮੈਂ ਇਹਨੂੰ ਕੀ ਕਰਾਂ, ਹੈ ਨਾ ਮੈਨੂੰ ਆਏ ਸਮਝਾ ਵੀ ਮੈਂ ਕੀ ਗੱਲ ਕਰੂੰਗੀ। ਤਾਂ ਮੇਰਾ ਬੇਟਾ ਸਕੂਲ ਦਾ ਟਾਈਮ ਹੋ ਗਿਆ ਸੀ, ਮੈਂ ਆਪਣੇ ਬੇਟੇ ਨੂੰ ਸਕੂਲ ਦੇ ਵਿੱਚੋਂ ਲੈ ਕੇ ਵਾਪਸ ਆ ਗਈ ਸੀ। ਪਹਿਲਾਂ ਉਹਦੇ ਮਾਮਿਆਂ ਕੋਲ ਗਈ ਜਿਨ੍ਹਾਂ ਨੇ ਮੈਨੂੰ ਲੈ ਕੇ ਗਏ ਸੀ। ਮੈਂ ਕਿਹਾ ਵੀ ਮੈਂ ਇੱਦਾਂ ਕਰਕੇ ਆਪਣੇ ਮੰਮੀ ਡੈਡੀ ਕੋਲ ਜਾ ਰਹੀ ਹੈਗੀ, ਮੈਂ ਉੱਥੇ ਰਹਿ ਨਹੀਂ ਸਕਦੀ। ਉਹ ਕਹਿੰਦੇ ਹੁਣ ਅਸੀਂ ਵੀ ਤੇਰੇ ਨਾਲ ਹੈ ਵੀ ਤੂੰ ਚਲੇ ਜਾ, ਵੀ ਆਪਣਾ ਦੇਖ ਕਿਵੇਂ ਕਰਨਾ ਆਪਣੇ ਬੱਚਿਆਂ ਨੂੰ ਪਾਲ। ਫਿਰ ਇੱਥੇ ਆਈ ਤਾਂ ਇੱਥੇ ਮਤਲਬ ਕਿ ਮੈਂ ਕਿਉਂਕਿ ਪਹਿਲਾਂ ਵੀ ਮੰਮੀ ਡੈਡੀ ਕੋਲ ਹੀ ਰਹਿੰਦੀ ਸੀ, ਬੱਚਾ 9 ਮੰਥ ਦਾ ਸੀ, ਮੈਨੂੰ ਉੱਥੇ ਜੋਬ ਮਿਲ ਗਈ ਸੀਗੀ। ਤਾਂ ਫਿਰ ਮੈਂ ਦੁਬਾਰਾ ਉੱਥੇ ਚਲੀ ਗਈ ਸੀਗੀ ਪਾਣੀਪਤ ਵੀ, ਚਲੋ ਉੱਥੇ ਵੀ ਮੈਂ ਕਰ ਸਕਦੀ ਕੰਮ, ਤਾਂ ਮੈਂ ਹਰ ਜਗ੍ਹਾ 'ਤੇ ਕਰ ਸਕਦੀ ਸੀ, ਉਹ ਜਗ੍ਹਾ ਕੰਮ ਕਰਨਾ ਹੀ ਸੀ। ਫਿਰ ਉਹ ਮਤਲਬ ਜਦੋਂ ਇੱਥੇ ਦੁਬਾਰਾ ਵਾਪਸ ਆਈ ਤਾਂ ਮੈਂ ਆਪਣੇ ਬੇਟੇ ਨੂੰ ਮਤਲਬ ਅੱਛੇ ਸਕੂਲ 'ਚ ਪੜ੍ਹਾਇਆ, ਅਤੇ ਕੈਂਬਰਿਜ ਮਾਡਲ ਸਕੂਲ ਸਭ ਤੋਂ ਅੱਛਾ ਸੀਗਾ, ਉੱਥੇ ਉਹਨੂੰ ਨਰਸਰੀ ਤੋਂ ਲੈ ਕੇ ਮਤਲਬ ਪਲੱਸ ਟੂ ਤੱਕ ਇੱਥੇ ਪੜ੍ਹਿਆ ਉਹ। ਅਤੇ ਮੈਂ ਉਹਦੇ ਨਾਲ ਆਪਣੀ ਜੋਬ ਕਰਦੀ ਸੀ, ਰਸੀਲਾ ਹੈਲਥ ਫੂਡ 'ਚ ਮੈਂ ਜੋਬ ਕਰਦੀ ਹਾਂ ਐਜ਼ ਏ HR ਐਗਜ਼ੀਕਿਊਟਿਵ ਹਾਂ ਮੈਂ। ਲੇਕਿਨ ਮੈਨੇ ਵੀ ਔਫਿਸ ਦੇ ਵਿੱਚ ਬਹੁਤ ਸਟਰਗਲ ਕੀਤਾ ਹੈ, ਮੈਨੂੰ ਬਹੁਤ ਸਾਰੇ ਜੋਬ ਚੇਂਜ ਕਰੀਆਂ, ਮੈਨੂੰ ਪਰ ਸਿੱਖਣ ਦਾ ਹੀ ਸ਼ੌਂਕ ਸੀਗਾ, ਮੈਨੂੰ ਵਾਸਤੇ ਕੁਛ ਔਖਾ ਲੱਗਦਾ ਨਹੀਂ ਹੈਗਾ। ਤਾਂ ਜਿੰਨੀਆਂ ਤੁਸੀਂ ਜੋਬਸ ਕਰ ਚੁੱਕੇ ਸੀ ਉਹਦੇ ਵਿੱਚ ਤੁਹਾਨੂੰ ਆਲਰੇਡੀ ਇੰਨਾ ਐਕਸਪੀਰੀਅੰਸ ਕਾਊਂਟ ਹੋ ਚੁੱਕਿਆ ਸੀ, ਤੁਹਾਨੂੰ ਸਮਝ ਆ ਗਈ ਸੀ ਵੀ ਕਿਸੇ ਨੂੰ ਐਂ ਨਹੀਂ ਪਤਾ ਸੀ ਮਤਲਬ ਕਿ ਵੀ ਮੇਰੀ ਸਟੱਡੀ ਘੱਟ ਹੈ। ਇੱਕ ਵਾਰ ਮੈਨੂੰ MD ਸਰ ਨੇ ਖੁਦ ਕਿਹਾ, ਕਹਿੰਦੇ ਬੇਟੇ ਆਪਣਾ ਸਰਟੀਫਿਕੇਟ ਲੈ ਕੇ ਆਈਓ, ਜਦੋਂ ਅਸੀਂ ਉਹਨੂੰ ਅਸੀਂ ਪਾਣੀਪਤ ਛੱਡਿਆ ਹੀ ਹੋਊਗੀ ਵੀ ਤੇਰੀ ਉਸ ਸਰਕਾਰੀ ਜੋਬ ਦਾ ਇੰਤਜ਼ਾਮ ਕਰਾਉਂਦੇ ਹਾਂ, ਕਿਉਂਕਿ ਸਰ ਦੀ ਪਹੁੰਚ ਸੀ। ਮੈਂ ਕਿਹਾ ਸਰ ਤੁਹਾਡਾ ਸਰਟੀਫਿਕੇਟ ਵੀ ਮੇਰੇ ਕੋਲ ਤਾਂ ਹੀ ਹੈ ਨਾ। ਕਹਿੰਦੇ ਨਹੀਂ ਤੂੰ BA ਨਹੀਂ ਕੀਤੀ? ਮੈਂ ਕਿਹਾ ਨਾ। ਕਹਿੰਦੇ ਤੂੰ ਚੱਲ ਹੋਰ ਨਾ ਕਿਸੇ ਨੂੰ ਕਹਿ ਦੇ। ਕਹਿੰਦੇ ਸੱਚੀ ਨਹੀਂ ਕੀਤੀ? ਮੈਂ ਕਿਹਾ ਸਰ ਨਹੀਂ ਜੀ। ਮਤਲਬ ਕਿ ਫਿਰ ਵੀ ਉਹਨਾਂ ਨੂੰ ਐਂ ਨਹੀਂ ਲੱਗ ਰਿਹਾ ਸੀ ਮੇਰੀ ਪੜ੍ਹਾਈ ਘੱਟ ਹੈ। ਉਹਨਾਂ ਮੇਰੇ ਨਾਲ ਖੋਟਾ ਸਿੱਕਾ ਹੀ ਰੱਖਿਆ ਹੋਇਆ ਸੀ, ਜਦੋਂ ਵੀ ਕੰਮ ਕੋਈ ਨਾ ਕਰਦਾ ਕਹਿੰਦੇ ਮੇਰਾ ਖੋਟਾ ਸਿੱਕਾ ਕਰ ਦੂਗਾ, ਹਰ ਕੰਮ ਕਰ ਦਿੰਦੀ ਸੀ। ਇੱਕ ਵਾਰ ਪਹਿਲਾਂ ਮੈਂ ਮਤਲਬ ਕਿ ਉੱਥੇ HR ਸਭ ਤੋਂ ਪਹਿਲਾਂ ਮੈਂ ਉੱਥੇ ਰਿਸੈਪਸ਼ਨ 'ਤੇ ਜੋਬ ਕੀਤੀ ਸੀਗੀ। ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਕੰਪਿਊਟਰ ਸਿੱਖ ਲਾ। ਕੰਪਿਊਟਰ ਸਿੱਖਿਆ ਮੈਂ ਅਕਾਊਂਟ ਸਿੱਖਿਆ। ਫਿਰ ਅਕਾਊਂਟ 'ਚ ਮੈਂ 2-3 ਸਾਲ ਕੰਮ ਕੀਤਾ। ਅਕਾਊਂਟ ਦੇ ਨਾਲ ਕੰਮ ਕਰਦੇ ਕਰਦੇ ਸਰ ਕਹਿੰਦੇ ਵੀ ਚਲੋ ਤੁਸੀਂ ਇੱਦਾਂ ਕਰੋ, ਇੱਕ ਅਕਾਊਂਟ ਵਾਲਾ BCOM ਮੁੰਡਾ ਮਿਲ ਗਿਆ ਇਹਨਾਂ ਨੂੰ, ਹੁਣ ਮਿਲ ਗਿਆ ਸਾਨੂੰ ਪੜ੍ਹਿਆ ਲਿਖਿਆ ਮੁੰਡਾ ਮਿਲ ਗਿਆ, ਵੀ ਮੇਰੀ ਵੈਲਿਊ ਥੋੜ੍ਹੀ ਜਿਹੀ ਡਾਊਨ ਹੋ ਗਈ। ਸਰ ਕਹਿੰਦੇ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਕੰਮ ਕਰ ਆ ਜਾ। 15-16 ਸਾਲ MD ਸਰ ਦੀ ਅਸਿਸਟੈਂਟ ਰਹੀ ਮੈਂ, ਉਹਨਾਂ ਸਾਰੇ ਕੰਮ ਕਰਦੀ ਸੀ। ਮਤਲਬ ਕਿ ਉਹਨਾਂ ਸਾਡੀ ਕਮਿਊਨੀਕੇਸ਼ਨ ਇੰਨਾ ਜ਼ਿਆਦਾ ਵਧੀਆ ਸੀ, ਉਹ ਮੇਰੀ ਗੱਲ ਵੀ ਬਹੁਤ ਛੇਤੀ ਸਮਝ ਲੈਂਦੇ ਸੀ, ਹੁਣ ਵੀ ਸਮਝ ਲੈਂਦੇ ਆ, ਅਤੇ ਮੈਂ ਉਹਨਾਂ ਦੀ ਵੀ ਜਲਦੀ ਮਤਲਬ ਕਿ ਉਵੇਂ ਆਦਤ ਬਣ ਗਈ। ਸਰ ਨੇ ਮੈਨੂੰ ਕਿਹਾ ਸੀ ਸ਼ੋਰਟ ਹੈਂਡ ਸਿੱਖ ਲਾ, ਮੈਂ ਸਿੱਖੀ ਤਾਂ ਮੈਨੂੰ ਇੰਨੀ ਜ਼ਿਆਦਾ ਸਿੱਖੀ ਨਹੀਂ ਗਈ ਹੈਗੀ। ਮੈਂ ਸਰ ਮੈਨੂੰ ਡਿਕਟੇਸ਼ਨ ਬੋਲਦੇ ਫਟਾਫਟ ਲਿਖ ਕੇ ਟਾਈਪ ਕਰ ਲਿਆਉਂਦੀ। ਸਰ ਮੈਨੂੰ ਕਹਿੰਦੇ ਅੱਛਾ ਤੂੰ ਸਿੱਖੀ ਦੇਖਿਆ ਕਿਹੋ ਜਿਹਾ ਸਿੱਖੀ ਹੈ। ਮੈਂ ਕਿਹਾ ਸਰ ਨਹੀਂ ਮੈਂ ਦਿਖਾ ਨਹੀਂ ਸਕਦੀ, ਮੈਂ ਇੰਗਲਿਸ਼ 'ਚ ਇੰਨੇ ਫਾਸਟ ਲਿਖਦੀ ਸੀਗੀ। ਔਰ ਫਿਰ ਉਹ ਵੀ ਕਮੀ ਪੂਰੀ ਹੋ ਗਈ, ਦੇਖੋ ਵੀ ਇੰਗਲਿਸ਼ ਨਹੀਂ ਆਉਂਦੀ ਸੀ ਕਿਵੇਂ ਸੀ। ਸਰ ਨੇ ਮਤਲਬ ਕਿ ਸਿੱਖਦੇ ਵੀ ਉਹਨਾਂ ਤੋਂ ਕਰਦੇ ਵੀ ਰਹੇ ਕੰਮ, ਅਤੇ ਫਿਰ ਸਰ ਕਹਿੰਦੇ ਤੂੰ ਹੁਣ ਸਾਰੇ ਕੰਮ ਕਰਨ ਲੱਗ ਗਈ, ਐਕਸਲ ਦਾ ਵੀ ਕਰਨ ਲਈ, ਵਰਡ ਦੇ ਕਰਨ ਲੱਗੀ, ਬਸ ਆਪਾਂ ਨੂੰ ਇੱਕ ਕੰਮ ਬਾਹਰੋਂ ਕਰਾਉਣਾ ਪਊ। ਮੈਂ ਕਿਹਾ ਸਰ ਕੀ? ਕਹਿੰਦੇ ਪ੍ਰੈਜੈਂਟੇਸ਼ਨ ਦਾ ਆਪਾਂ ਨੂੰ ਥੋੜ੍ਹਾ ਜਿਹਾ ਔਖਾ ਹੈ ਨਾ। ਮੈਂ ਕਿਹਾ ਸਰ ਪ੍ਰੈਜੈਂਟੇਸ਼ਨ ਆ। ਸਰ ਲੰਚ ਕਰਨ ਗਏ, ਇੱਕ ਨਾ ਮੇਰੇ ਕੋਲ ਮੇਲ ਆਈ ਉਹ 'ਚ ਪ੍ਰੈਜੈਂਟੇਸ਼ਨ ਸੀਗੀ, ਸਰ ਦੇ ਟੇਬਲ ਦੇ ਉੱਤੇ ਪਿਆ ਸੀ। ਮੈਂ ਟੈਪ ਕਰਾਉਣ ਜਾਣਾ ਸੀ ਬਾਜ਼ਾਰ 'ਚ, ਮੈਂ ਦੇਖਿਆ ਮੈਂ ਸਾਰੇ ਟੈਪ ਉਵੇਂ ਕਰਤਾ ਪ੍ਰੈਜੈਂਟੇਸ਼ਨ ਬਣਾਤੀ। 1 ਘੰਟੇ ਪ੍ਰੈਜੈਂਟੇਸ਼ਨ ਸਿੱਖ ਗਈ ਸੀ ਮੈਂ, ਸਰ ਦੇ ਟੇਬਲ 'ਤੇ ਰੱਖੀ ਮੈਂ, ਸਰ ਮੈਂ ਪ੍ਰੈਜੈਂਟੇਸ਼ਨ ਬਣਾਤੀ। ਸਰ ਹੈਰਾਨ ਹੀ ਹੋ ਗਏ, ਸਰ ਕਹਿੰਦੇ ਵੀ ਤੂੰ ਇਹ ਸਿੱਖਣ ਨਹੀਂ ਹੈ। ਮੈਂ ਕਿਹਾ ਸਰ ਬਸ ਜਦੋਂ ਕਹਿੰਦੇ ਵੀ ਆਹ ਰਹਿ ਗਿਆ ਕਰਨ ਵਾਲਾ, ਫਿਰ ਉਹੀ ਕਰਦੀ, ਜਿਹੜਾ ਨਾਮ ਹੈਗਾ ਬਸ ਆਪਾਂ ਸਿੱਖ ਲੈਣਾ। ਬਸ ਮੈਨੂੰ ਆਏ ਸੀ ਵੀ ਹੋਰ ਮੈਂ ਕੀ ਕਰ ਸਕਦੀ, ਮੈਂ ਹਮੇਸ਼ਾ ਹੀ ਨਹੀਂ ਹੁੰਦਾ ਜਦੋਂ ਮੈਂ ਉਹ ਚੀਜ਼ 'ਚ ਪਹੁੰਚ ਜਾਂਦੀ ਨਾ, ਮੈਂ ਹੁੰਦਾ ਵੀ ਹੁਣ ਮੈਂ ਹੋਰ ਕੀ ਕਰਨਾ।
ਹਮੇਸ਼ਾ ਮੈਨੂੰ ਨਵਾਂ ਕੁਛ ਕਰਨ ਨੂੰ ਚਾਹੀਦਾ ਹੀ ਚਾਹੀਦਾ, ਰੁਕਦੀ ਨਹੀਂ। ਜੇ ਰੁਕ ਜਾਂਦੀ ਫਿਰ ਉਹਨੂੰ ਫੀਲ ਹੋਣ ਲੱਗਦਾ ਵੀ ਬਸ ਉਮਰ ਹੋ ਗਈ, ਵੀ ਹੁਣ ਆਪਾਂ ਕੁਛ ਵੀ ਨਹੀਂ ਕਰ ਸਕਦੇ, ਉਸ ਟਾਈਮ ਟੈਂਸ਼ਨ ਹੋਈ ਕੁਛ ਨਹੀਂ ਕਰ ਸਕਦੇ, ਹਰ ਵਕਤ ਕੁਛ ਨਾ ਕੋਈ ਨਵੀਂ ਵੈਰਾਈਟੀ ਚਾਹੀਦੀ, ਜਿਵੇਂ ਖਾਣ ਵਿੱਚ ਨਵੀਂ ਨਵੀਂ ਡਿਸ਼ਿਜ਼, ਤੇ ਲਾਈਫ ਵਿੱਚ ਵੀ ਨਵੀਂ ਨਵੀਂ ਇੱਕ ਮੇਰੀ ਫਰੈਂਡ ਆਂਦੀ ਨੇ, ਹਾਂ ਜਿਵੇਂ ਇੱਕ ਚੀਨੀ ਬਣਾ ਦੋ ਨਹੀਂ, ਮੈਂ ਉਨੀ ਚੀਜ਼ਾਂ ਬਣਾ ਦਿੰਦੀ ਹਾਂ ਕਿ ਸਾਨੂੰ ਟੇਸਟ ਤੁਹਾਨੂੰ ਕਿਵੇਂ ਦੱਸੀਏ, ਕਿਹੜੀ ਚ ਫਸਟ ਹੈ ਕਿਹੜੀ ਸੈਕਿੰਡ ਹੈ, ਸਿੱਧੀ ਇੰਨੀ ਬਣਾ ਦਿੰਦੀ ਹੈ। ਹਾਂ ਨਹੀਂ ਤੁਹਾਡੇ ਪੂਰੀ ਛੋਲੇ ਵੀ ਬੜੇ ਸਵਾਦ ਸੀ, ਆਪਾਂ ਜਿਹੜੇ ਖਾਂਦੇ ਆ ਅੱਜ ਤਾਂ ਥੋੜਾ ਜਿਹਾ ਬਣਾਇਆ, ਨਹੀਂ ਪਰ ਬਹੁਤ ਸਵਾਦ ਸੀ, ਮੈਨੂੰ ਜ਼ਿਆਦਾ ਆਈਟਮਾਂ 'ਚ ਪਤਾ ਨਹੀਂ ਚੱਲਦਾ ਹੁਣ ਕਿ ਟੇਸਟ ਨਹੀਂ ਰਹਿੰਦਾ, ਨਹੀਂ ਮੈਂ ਪਤਾ ਲੱਗ ਜਾਂਦਾ ਕਿ ਇੱਕ ਘਰ ਵੀ ਸੰਭਾਲਣਾ, ਬਾਹਰ ਵੀ ਦੇਖਣਾ ਬਹੁਤ ਔਖਾ ਹੋ ਜਾਂਦਾ ਵਾ, ਪਰ ਮਨ ਲਾ ਕੇ ਕਿਸੇ ਚੀਜ਼ ਨੂੰ ਸਿੱਖਣਾ ਕਰਨਾ ਬਹੁਤ ਘੱਟ ਲੋਕਾਂ ਵਿੱਚ ਇਹ ਸੋਚ ਹੁੰਦੀ ਹੈ, ਹਨਾ ਹਰੇਕ ਜੀ ਚਾਹ ਹੁੰਦਾ। ਬਾਕੀ ਮੇਰੀ ਇਹ ਮੈਨੂੰ ਕਿਤੇ ਵੀ ਕੋਈ ਕਮੀ ਲੱਗ ਜਾਂਦੀ ਹੈ, ਮੈਂ ਕਮੀ ਬੋਲ ਕੇ ਨਹੀਂ ਕਹਿੰਦੀ ਵੀ ਤੇਰੇ 'ਚ ਆਹ ਕਮੀ ਹੈ, ਮੈਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਤੁਸੀਂ ਖੁਦ ਹੀ ਉਹਨੂੰ ਸੋਲਵ ਕਰਦੇ ਹੋ? ਹਾਂ ਸੋਲਵ ਕਰਦੇ ਹਾਂ। ਮੈਂ ਮਤਲਬ ਕਿ ਮੇਰੇ ਇੱਕ ਹਾਊਸ ਹੋਰ ਹੈ, ਤੇ ਉਹ ਹਾਊਸ ਦੇ ਵਿੱਚ ਨਾ ਇੱਕ ਸਾਡੇ ਨਵੇਂ ਕਿਰਾਏਦਾਰ ਆਏ, ਇੱਕ ਵਾਰ ਮਿਲਣ ਦਾ ਮੇਰਾ ਫਰਜ਼ ਸੀ, ਹੈ ਨਾ, ਮੈਂ ਆਫਿਸ 'ਚ ਆ ਰਹੀ ਸੀ, ਉਹਨੇ ਮੈਨੂੰ ਬੁਲਾ ਲਿਆ, ਬੁਲਾ ਕੇ ਉਹਨਾਂ ਨੇ ਮੈਨੂੰ ਘੜੇ 'ਚ ਪਾਣੀ ਦਿੱਤਾ, ਮੈਂ ਪਾਣੀ ਤਾਂ ਪੀ ਲਿਆ, ਫਿਰ ਮੈਨੂੰ ਲੱਗਿਆ ਵੀ ਇਹਨਾਂ ਦੇ ਤਾਂ ਸਮਾਨ ਨਹੀਂ ਹੈਗਾ, ਹੈ ਨਾ। ਮੈਂ ਘਰ ਆ ਕੇ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਆਪਾਂ ਉਹਨਾਂ ਨੂੰ ਫਰਿੱਜ ਲੈ ਦਈਏ ਪੁਰਾਣਾ ਕੋਈ, ਮੈਂ ਕਿਹਾ ਤੁਹਾਨੂੰ ਕਿਹਾ ਉਹਨਾਂ ਨੇ, ਮੈਂ ਕਿਹਾ ਨਾ, ਅਤੇ ਫਿਰ ਤੈਨੂੰ ਕੀ ਹੋ ਪਈ ਹੈ, ਮੈਂ ਕਿਹਾ ਅੱਛਾ, ਮੈਂ ਚਲੋ ਚੁੱਪ ਕਰ ਗਈ, ਹੈ ਨਾ। ਪਰ ਦੂਸਰੇ ਦਿਨ ਮੈਨੂੰ ਫਿਰ ਉਹਦੀ ਮੰਮੀ ਮਿਲ ਗਈ, ਮੈਂ ਕਿਹਾ ਤੁਹਾਡੀ ਬੇਟੀ ਤਿਆਰ ਹੋ ਕੇ ਜਾਂਦੀ ਹੈ, ਕਿੱਥੇ ਜਾਂਦੇ ਨੇ? ਕਹਿੰਦੇ ਵੀ ਸੰਗਰੂਰ ਜਾਂਦੇ ਨੇ ਉਹ, ਵੀ ਦੋ ਬੱਸਾਂ ਛੱਡ ਕੇ ਦੀਦੀ ਜਾਂਦੇ ਨੇ, ਵੀ ਹੁਣ ਬਿਮਾਰ ਸੀ 8 ਦਿਨਾਂ ਤੋਂ ਘਰੇ ਸੀ। ਮੈਂ ਕਿਹਾ ਕਿੰਨੇ ਪੈਸੇ ਦਿੰਦੇ ਨੇ? ਕਹਿੰਦੀ 3500। ਮੈਂ ਕਿਹਾ ਜੇ ਮੈਨੂੰ 10-11 ਹਜ਼ਾਰ ਦੁਬਾਰਾ ਮੇਰੇ ਕੋਲ ਜੋਬ ਕਰਨਗੇ? ਕਹਿੰਦੀ ਤੁਸੀਂ ਸੱਚੀ ਕਹਿ ਰਹੇ ਹੋ? ਮੈਂ ਕਿਹਾ ਹਾਂਜੀ, ਮੇਰੀ ਕੰਪਨੀ ਜੋਬ ਕਰਨਗੇ। ਕਹਿੰਦੀ ਵੀ ਤੂੰ ਅੱਜ ਗਈ ਇੰਨੇ ਦਿਨ, ਮੈਂ ਕਿਹਾ ਉਹਨੂੰ ਵਾਪਸ ਬੁਲਾ ਲਓ, ਬਸ ਭੇਜੋ ਇਹਨੂੰ ਅੱਜ ਵੀ। ਉਹ ਵਾਪਸ ਬੁਲਾ ਲਈ ਤਾਂ ਸਰ ਤੋਂ ਮੈਂ ਇੰਟਰਵਿਊ ਆਈ, ਮੈਂ ਕਿਹਾ ਸਰ ਵੀ ਮੇਰੀ ਕੰਪਨੀ ਵਾਸਤੇ ਇਹ ਕੁੜੀ ਬਹੁਤ ਅੱਛੀ ਹੈ, ਕਿਉਂਕਿ ਇੰਗਲਿਸ਼ ਅਤੇ ਹਿੰਦੀ ਬੋਲ ਸਕਦੀ ਹੈ, ਰਿਸੈਪਸ਼ਨ ਦੇ ਆਪਾਂ ਨੂੰ ਬਿਲਕੁਲ ਸਹੀ ਰਹੂਗੀ। ਸਰ ਨੇ ਉਹਨੂੰ ਰੱਖ ਲਿਆ 11 ਹਜ਼ਾਰ 'ਚ। ਫਿਰ ਉਹ ਜਿਹੜਾ ਬੇਟਾ ਸੀ, ਉਹਦਾ ਬ੍ਰਦਰ ਸੀ, ਉਹਨੂੰ ਵੀ ਜੋਬ ਦਿੱਤੀ, ਉਹਨਾਂ ਨੂੰ ਹੈਂਡੀਕੈਪ ਕਹਿੰਦੇ ਬੇਟਾ, ਬ੍ਰਦਰ ਮਤਲਬ ਕਿ, ਉਹਨੂੰ ਵੀ ਜੋਬ ਮਿਲ ਗਈ, ਤਾਂ ਉਹਨਾਂ ਦੇ ਘਰ ਦੇ ਹਾਲਾਤ ਹੋਏ ਅੱਛੇ ਹੋਏ। ਜਦੋਂ ਲੜਕੀ ਦੀ ਮੈਰਿਜ ਸੀ ਨਾ, ਮੇਰੇ ਸਾਹਮਣੇ ਦਹੀਂ ਭੱਲੇ ਪਲੇਟ ਆਈ, ਉਹ 12 ਬੁਲਾਈ ਦਿੱਤੀ, ਤੁਸੀਂ ਆ ਜਾਓ ਮਤਲਬ ਕਿ ਬਹੁਤ ਉਹਨੇ ਮੇਰਾ ਖਿਆਲ ਰੱਖਿਆ। ਜਦੋਂ ਮੈਂ ਖਾਣ ਲੱਗੀ, ਮੈਨੂੰ ਉਹਨੂੰ ਦੇਖ ਕੇ ਮੈਨੂੰ ਆਂਸੂ ਆ ਗਏ ਵੀ ਇੰਨਾ ਅੱਛਾ, ਵੀ ਆਪਣੀ ਇਹ ਸਕਸੈਸ ਹੈ, ਬਿਲਕੁਲ ਵੀ ਇਹਨਾਂ ਨੇ ਇੰਨਾ ਅੱਛਾ ਕੀਤਾ, ਮਤਲਬ ਕਿ ਇੰਨਾ ਅੱਛਾ ਹਰ ਕੋਈ ਨਹੀਂ ਕਰਦਾ, ਜਿਹਨਾਂ ਕੋਲ ਪੈਸੇ ਹੁੰਦੇ ਉਹ ਵੀ ਨਹੀਂ ਕਰ ਸਕਦਾ ਸੀ, ਉਹਨੇ ਇੰਨੀ ਅੱਛੀ ਮੈਰਿਜ ਕੀਤੀ। ਹੁਣ ਤੁਸੀਂ ਇਸ ਟਾਈਮ ਵੈਸੇ ਕੀ ਕਰ ਰਹੇ ਹੋ? ਇਸ ਟਾਈਮ ਮੈਂ ਰਸੀਲਾ ਹੈਲਥ ਫੂਡ 'ਚ ਜੋਬ ਕਰ ਰਹੀ ਹਾਂ, ਮਤਲਬ ਕਿ HR ਐਗਜ਼ੀਕਿਊਟਿਵ ਮੈਂ ਜੋਬ ਹੈ ਮੇਰੀ, HR ਦਾ ਕੰਮ ਦੇਖਦੀ ਹਾਂ, ਸੈਲਰੀ ਵਗੈਰਾ ਹੋਰ। ਤੁਹਾਡੀ ਫੈਮਿਲੀ 'ਚ ਕੌਣ ਕੌਣ? ਫੈਮਿਲੀ ਵਿੱਚ ਮੇਰੇ ਮੰਮੀ ਡੈਡੀ ਨੇ, 2 ਬ੍ਰਦਰ ਨੇ, 2 ਭਾਬੀਆਂ ਨੇ, ਉਹਨਾਂ ਦੇ ਇੱਕ ਇੱਕ ਬੇਟਾ, ਇੱਕ ਬੇਟੀ ਹੈ ਵੱਡੇ ਬ੍ਰਦਰ ਦੀ, ਸਿਸਟਰ ਵੀ 2 ਬੇਟੇ ਨੇ। ਤੁਹਾਡਾ ਆਪਣਾ ਵੀ ਬੇਟਾ? ਮੇਰਾ ਆਪਣਾ ਬੇਟਾ ਉਹ ਕੈਨੇਡਾ ਹੈ। ਓਕੇ ਜੀ, ਤੇ ਤੁਸੀਂ 17 ਸਾਲਾਂ ਚਲਾ ਗਿਆ ਕੈਨੇਡਾ, ਸੋ ਉਹਦਾ ਆਪਣਾ ਮਾਈਂਡ ਸੀ ਵੀ ਮੈਂ ਕੈਨੇਡਾ ਹੀ ਜਾਣਾ ਹੈਗਾ। ਤੇ ਤਾਂ ਤੁਸੀਂ ਮਤਲਬ ਇੱਥੇ ਬਹਿ ਕੇ ਬਸ ਸੇਵਾ ਕਰਨੀ, ਤੁਸੀਂ ਇਹ ਸੋਚਿਆ? ਬਹੁਤ ਕਰਨ ਤਾਂ ਕਿ ਜਿਹੋ ਜਿਹਾ ਮੇਰਾ ਬੇਟਾ, ਉਹ ਜਿਹੇ ਬੇਟੇ ਮੈਨੂੰ ਬਹੁਤ ਮਿਲੇ ਹੋਏ ਨੇ, ਜਿਹੜੇ ਉਸ ਨਾਲੋਂ ਜ਼ਿਆਦਾ ਖਿਆਲ ਰੱਖਦੇ ਨੇ, ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ, ਔਰ ਮਿੰਟ ਮਿੰਟ ਦਾ ਮੇਰਾ ਖਿਆਲ ਰੱਖਦੇ ਨੇ, ਕਿੱਥੇ ਮਰਜ਼ੀ ਰਹਿੰਦੇ ਨੇ ਉਹ। ਜੀ, ਕੋਈ ਦਿੱਲੀ ਹੁਣ ਚਲਾ ਗਿਆ, ਇੱਥੇ ਮੈਨੂੰ ਛੱਡ ਕੇ ਆਨੰਦ ਰਹਿੰਦਾ ਸੀ ਮੇਰੇ ਕੋਲ ਕਰੋਨਾ ਟਾਈਮ ਦੇ ਵਿੱਚ, ਇੱਕ ਟਾਈਮ ਮੇਰੀ ਫੈਮਿਲੀ ਵੀ ਦੂਰ ਖੜੀ ਹੋ ਗਈ ਸੀ, ਉਹ ਬੇਟੇ ਨੇ ਮੇਰਾ ਇੰਨਾ ਸਾਥ ਦਿੱਤਾ, ਉਹ ਬੈੱਡ ਤੋਂ ਨਹੀਂ ਹਿੱਲਦਾ ਸੀ, ਮੈਂ ਕਿਹਾ ਪੁੱਤ ਨਾ ਬੈਠ, ਸਾਰਿਆਂ ਨੇ ਤੈਨੂੰ ਆਫਿਸ 'ਚ ਨਹੀਂ ਵੜਨ ਦੇਣਾ, ਨਹੀਂ ਆਂਟੀ ਮੈਨੂੰ ਨਹੀਂ ਕੁਛ ਹੋਗਾ। ਬਾਥਰੂਮ ਜਾਂਦੀ ਸੀ, ਬਾਥਰੂਮ ਗੇਟ ਅੱਗੇ ਖੜਾ ਰਹਿੰਦਾ ਸੀ ਵੀ ਮੇਰੀ ਆਂਟੀ ਗਿਰ ਨਾ ਜਾਵੇ, ਬ੍ਰਸ਼ ਕਰਨੀ ਮੇਰੇ ਪਿੱਛੇ ਖੜਾ ਰਹਿੰਦਾ ਸੀ, ਮਤਲਬ ਕਿ ਮੈਨੂੰ ਹੱਥ ਨਹੀਂ ਲਾਉਂਦਾ ਸੀ ਕਿਸੇ ਕੰਮ ਨੂੰ, ਸਾਰੀ ਸਫਾਈ ਵਗੈਰਾ ਵੀ ਆਪ ਕਰਦਾ, ਖਾਣਾ। ਤੁਸੀਂ ਸਭ ਦੇ ਲਈ ਇੰਨਾ ਸੋਚ ਰਹੇ ਹੋ, ਉਹਨਾਂ ਨੂੰ ਸਟੈਂਡ ਕਰਨਾ ਚਾਹੁੰਦੇ, ਇੱਕ ਮਾਂ ਬਾਪ ਇਹੀ ਚਾਹੁੰਦੇ ਕਿ ਉਹਨਾਂ ਦੇ ਬੱਚੇ ਸਟੈਂਡ ਹੋ ਜਾਣ, ਕਿਸੇ ਅੱਗੇ ਹੱਥ ਨਾ ਫੈਲਾਉਣ, ਬਲਕਿ ਆਪਣਾ ਕਮਾਈ ਕਰੋ। ਤੁਸੀਂ ਬੜਿਆਂ ਨਾਲ ਇਹ ਸਭ ਕਰ ਚੁੱਕੇ ਹੋ, ਤੇ ਆਲਰੇਡੀ ਤੁਹਾਡੇ ਅਫਕੋਰਸ ਹੋਣਾ ਹੀ ਹੋਣਾ ਸੀ, ਇਸ ਤਰ੍ਹਾਂ ਇਹੋ ਜਿਹਾ ਪਿਆਰ ਸਤਿਕਾਰ ਤੁਹਾਨੂੰ ਮਿਲਣਾ ਬਣਦਾ ਵੀ ਹੈ। ਅੱਛਾ, ਇਹ ਸਭ ਕੁਝ ਕਰਨ ਦੇ ਨਾਲ ਨਾਲ ਤੁਸੀਂ ਕੁਝ ਹੋਰ ਵੀ ਕਰ ਰਹੇ ਹੋ, ਮਤਲਬ ਕੋਈ ਸੋਸਾਇਟੀ ਚਲਾ ਰਹੇ ਹੋ ਪਰਿਵਰਤਨ ਨਾਮ ਦੀ? ਹਾਂਜੀ ਹਾਂਜੀ, ਸੋਸਾਇਟੀ ਹੈ ਸਾਡੀ ਪਰਿਵਰਤਨ ਨੂੰ, ਮਤਲਬ ਕਿ ਮਾਲਵਾ ਫਰੈਂਡਸ ਵੈਲਫੇਅਰ ਸੋਸਾਇਟੀ ਸਾਡੀ, ਇਹਦੇ ਰਜਿਸਟਰਡ ਹੈ,
ਜਿਹਦੇ ਵਿੱਚ ਮਤਲਬ ਸਾਡੇ ਉਹਨਾਂ ਨੇ ਡਾਕਟਰ ਸੰਦੀਪ ਜੋਤ IRS ਆਫਿਸਰ ਨੇ, ਅਸੀਂ ਮਤਲਬ ਕਿ ਉਹਨਾਂ ਨਾਲ ਜੁੜੇ ਹੋਏ ਹਾਂ। ਉਹਨਾਂ ਨਾਲ ਜੁੜਨ ਦੀ ਵੀ ਇੱਕ ਕਹਾਣੀ ਸੀਗੀ। ਜਦੋਂ ਪਹਿਲਾਂ ਮੈਂ ਬੇਟੇ ਦੀ ਕਹਾਣੀ ਸੁਣਾ ਦਾ, ਪਰਿਵਰਤਨ ਚ ਕੈਸੀ ਆਈ ਆ? ਹਾਂ ਬਿਲਕੁਲ, ਪਰਿਵਰਤਨ ਵਿੱਚ ਤੁਸੀਂ ਕਿਵੇਂ ਐਂਟਰੀ ਕੀਤੀ, ਕਿਵੇਂ ਤੁਹਾਡੀ ਸੋਚ ਹੈ? ਪਰਿਵਰਤਨ ਕਿਉਂ ਅੱਛਾ ਲੱਗਿਆ, ਪਰਿਵਰਤਨ ਦੀ ਕਿਉਂ ਜ਼ਰੂਰਤ ਸੀ ਮੈਨੂੰ? ਜੀ ਜੀ, ਜਦੋਂ ਮਤਲਬ ਕਿ ਮੇਰਾ ਬੇਟਾ ਕੈਨੇਡਾ ਗਿਆ, ਉਸ ਟਾਈਮ ਮੈਂ ਬਿਲਕੁਲ ਹਾਰ ਚੁੱਕੀ ਸੀ, ਟੁੱਟ ਚੁੱਕੀ ਸੀਗੀ, ਔਰ ਮੈਨੂੰ ਜ਼ਿੰਦਗੀ ਸਮਝ ਨਹੀਂ ਆ ਰਹੀ ਸੀ ਹੁਣ ਮੈਂ ਕੀ ਕਰਾਂ, ਕਿਉਂਕਿ ਹਮੇਸ਼ਾ ਤਾਂ ਮੈਂ ਚਾਹੁੰਦੀ ਸੀ ਮੈਂ ਕੋਈ ਨਾ ਕੋਈ ਕੰਮ ਕਰਾਂ, ਹੈ ਨਾ। ਉਸ ਟਾਈਮ ਮੇਰੇ ਵਾਸਤੇ ਕੋਈ ਕੰਮ ਵੀ ਨਹੀਂ ਸੀ, ਔਰ ਮੈਂ ਡਿਪਰੈਸ਼ਨ 'ਚ ਚਲੀ ਗਈ ਸੀਗੀ। ਔਰ ਉਸ ਟਾਈਮ ਮਤਲਬ ਕਿ ਮੇਰੇ ਨਾਲ ਕੁਛ ਵੈਸੇ ਵੀ ਇੱਕ ਧੋਖਾ ਹੋ ਗਿਆ ਸੀ, ਇੱਕ ਪਲੋਟ ਮੇਰਾ ਫਸ ਗਿਆ ਸੀਗਾ, ਪਰ ਮੇਰੇ ਬੇਟੇ ਜਦੋਂ ਪੈਸੇ ਲੱਗ ਗਏ ਸੀ, ਮੈਨੂੰ ਬਹੁਤ ਔਖਾ ਪੈਸਾ ਇਕੱਠਾ ਕਰਕੇ ਭੇਜਿਆ ਉਹਨੂੰ ਬਾਹਰ, ਜਿਹੜਾ ਕਿ ਮੇਰੇ ਸਿਰ 'ਤੇ 8-9 ਲੱਖ ਦਾ ਕਰਜ਼ਾ ਚੜ ਗਿਆ ਸੀਗਾ। ਔਰ ਮੈਂ ਸੋਚ ਰਹੀ ਸੀ ਮੈਂ ਕਰਜ਼ਾ ਕਿਵੇਂ ਉਤਾਰਾਂ, ਤਾਂ ਮੈਂ ਲੜਾਈ ਕਰ ਰਹੀ ਸੀ, ਜਿੱਦਾਂ ਮੇਰਾ ਪਲੋਟ ਫਸਿਆ ਸੀ ਵੀ ਉਹਨਾਂ ਦੇ ਪੈਸੇ ਲੈ ਕੇ ਮੈਂ ਉਤਾਰ ਦੂੰਗੀ, ਇਸ ਕਰਕੇ ਉਹ ਲੋਕ ਦੇ ਨਹੀਂ ਸੀ, ਮੈਂ ਡਿਪਰੈਸ਼ਨ ਚਲੀ ਗਈ ਸੀ, ਇੱਕ ਮੇਰਾ ਬੇਟਾ ਚਲੇ, ਮੈਂ ਇਕੱਲੀ ਰਹਿ ਗਈ ਸੀ, ਮੈਂ ਬਹੁਤ ਔਖਾ ਹੋ ਗਿਆ ਸੀ ਉਸ ਟਾਈਮ। ਇੱਕ ਲੜਕੀ ਮਤਲਬ ਕਿ ਮੇਰੇ ਔਫਿਸ ਦੇ ਵਿੱਚ ਟ੍ਰੇਨਿੰਗ ਵਾਸਤੇ ਆਈ ਸੀ, ਉਹਨੇ ਮੈਨੂੰ ਕਿਹਾ ਵੀ ਇਸ ਤਰ੍ਹਾਂ ਸਾਡੇ ਇੱਕ ਇੰਪਾਵਰਮੈਂਟ ਪ੍ਰੋਗਰਾਮ ਹੁੰਦਾ, ਤੁਸੀਂ ਉਹ ਲਗਾਓਗੇ ਤਾਂ ਤੁਸੀਂ ਠੀਕ ਹੋ ਜਾਓਗੇ। ਮੈਂ ਕਿਹਾ ਵੀ ਇਹੋ ਜਿਹੇ ਕੀ ਹੋਇਆ ਵੀ ਡਾਕਟਰ ਦੇ ਹੋ? ਕਹਿੰਦੇ ਹਾਂ ਡਾਕਟਰ ਨੇ। ਮੈਂ ਕਿਹਾ ਚਲੋ ਮੈਂ ਡਾਕਟਰ ਨੂੰ ਮਿਲ ਲਵਾਂਗੀ ਵੀ ਮੈਨੂੰ ਜ਼ਰੂਰਤ ਹੈਗੀ ਹੈ ਮੈਂਟਲੀ ਤੌਰ 'ਤੇ। ਜਦੋਂ ਅਸੀਂ ਡਾਕਟਰ ਜੋਤ ਨੂੰ ਮਿਲੇ, ਉਹ ਬਚਪਨ ਤੋਂ ਲੈ ਕੇ ਉਹਨਾਂ ਨੇ ਅੰਦਰ ਉਹ ਸਾਰਾ ਕਲੀਨ ਕਰਦੇ ਗਏ, ਕਲੀਨ ਮਤਲਬ ਕਿ ਗੱਲਾਂ ਵਿੱਚ ਉਹਨਾਂ ਨੇ ਸਾਨੂੰ ਸਾਰਾ ਕੁਝ ਬਾਹਰ ਕੱਢਤਾ ਵੀ ਜ਼ਿੰਦਗੀ ਸਭ ਕੁਝ ਅਸੀਂ ਖੁਦ ਹੀ ਕਰ ਸਕਦੇ ਹੁੰਦੇ ਹਾਂ, ਖੁਦ ਹੀ ਹਾਰ ਜਾਂਦੇ ਹਾਂ, ਖੁਦ ਹੀ ਆਪਾਂ ਅਚੀਵ ਕਰ ਲੈਂਦੇ, ਜਿੱਤ ਜਾਂਦੇ ਹਾਂ। ਪਰ ਉਹਨਾਂ ਦੀ ਜਿਹੜੀ ਸੋਚ ਸੀ ਮੈਨੂੰ ਉਹ ਬਹੁਤ ਅੱਛੀ ਲੱਗੀ, ਉਹਨਾਂ ਨੂੰ ਦੇਖ ਕੇ ਮੈਨੇ ਪਰਿਵਰਤਨ ਜੁਆਇਨ ਕਰ ਲਿਆ। ਪਰਿਵਰਤਨ ਜਦ ਜੁਆਇਨ ਕਰਿਆ ਤਾਂ ਸਾਨੂੰ ਉਹਨਾਂ ਨੇ ਵਧੀਆ ਜ਼ਿੰਦਗੀ ਦਾ ਟੈਂਗਲ ਤੇ ਲਿਆਉਂਦੀ, ਸਾਨੂੰ ਸੁਪਨੇ ਦੇਖਣੇ ਸਿਖਾਏ ਵੀ ਤੁਸੀਂ ਉਹਨੂੰ ਪੂਰੇ ਕਰੋ, ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਸੀਂ ਹੀ ਆਪਣਾ ਕਰ ਸਕਦੇ ਹੋ, ਵੀ ਆਪਾਂ ਹਾਰ ਨਹੀਂ ਮੰਨਣੀ ਹੈਗੀ। ਤਾਂ ਜਦੋਂ ਅਸੀਂ ਹਾਰ ਨਹੀਂ ਮੰਨਣੀ ਸੀ ਕਿ ਅਸੀਂ ਆਪਣੇ ਵਾਸਤੇ ਜਿੰਨੇ ਉਹਨਾਂ ਨੂੰ ਸਿਖਾਇਆ ਵੀ ਦੂਜੇ ਵਾਸਤੇ ਵੀ ਜੀਓ, ਤੁਸੀਂ ਤਾਂ ਜੀ ਰਹੇ ਹੋ, ਸਭ ਨੂੰ ਥੋੜ੍ਹਾ ਪਤਾ ਤੁਸੀਂ ਅੱਛਾ ਜੀ ਸਕਦੇ ਹੋ, ਵੀ ਤੁਸੀਂ ਹੋਰ ਵੀ ਤੁਸੀਂ ਕੁਛ ਕਰ ਸਕਦੇ ਹੋ, ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਇਸ ਕਰਕੇ ਅਸੀਂ ਫਿਰ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਣਾ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਇੰਪਾਵਰਮੈਂਟ ਪ੍ਰੋਗਰਾਮ ਪਹਿਲਾਂ ਲਗਵਾਉਂਦੇ, ਫਿਰ ਅਸੀਂ ਆਪਣਾ ਮੈਂਬਰ ਬਣਾਉਂਦੇ, ਅਦਰਵਾਈਜ਼ ਨਹੀਂ ਬਣਾਉਂਦੇ, ਕਿਉਂਕਿ ਉਹਨਾਂ ਦੀ ਸੋਚ ਤਾਂ ਕਮ ਸੇ ਕਮ ਸਾਡੇ ਵਰਗੀ ਹੋਵੇ ਨਾ। ਸਾਡੀ ਸੋਚ ਕੀ ਹੈ, ਅਸੀਂ ਦੇਖਦੇ ਹਾਂ, ਅਸੀਂ ਪਹਿਲੀ ਗੱਲ ਖੂਨਦਾਨ ਕੈਂਪ ਲਗਾਉਂਦੇ ਹਾਂ, ਖੂਨਦਾਨ ਵਿੱਚ ਸਾਨੂੰ 9 ਵਾਰ ਸਟੇਟ ਅਵਾਰਡ ਮਿਲ ਚੁੱਕਿਆ, ਸਭ ਤੋਂ ਵੱਧ ਸਾਡੀ ਸੰਸਥਾ ਖੂਨਦਾਨ ਖੂਨ ਇਕੱਠਾ ਕਰ ਰਹੀ ਹੈ ਪੂਰੇ ਆਪਣੇ ਵਿੱਚ। ਹਾਂਜੀ, ਦੂਸਰਾ ਅਸੀਂ ਕੰਮ ਕਰਦੇ ਹਾਂ ਵੀ ਜਿਹੜੇ ਲੜਕੀਆਂ ਨੇ ਜਾਂ ਕੋਈ ਵੀ ਬੱਚੇ ਨੇ ਵਿਚਾਰੇ ਹੁਸ਼ਿਆਰ ਨੇ, ਪੜ੍ਹ ਨਹੀਂ ਸਕਦੇ ਸੀ, ਉਹਨਾਂ ਨੂੰ ਪੜ੍ਹਾਉਂਦੇ ਵੀ ਹਾਂ। ਬਾਕੀ ਇਨਵਾਇਰਮੈਂਟ ਨੂੰ ਠੀਕ ਕਰਨ ਵਾਸਤੇ ਆਪਾਂ ਪੇੜ ਪੌਦੇ ਲਗਾ ਕੇ ਉਹਨੂੰ ਪਾਲਦੇ ਹਾਂ, ਅਸੀਂ ਲੱਖਾਂ ਹੀ ਪੇੜ ਪੌਦੇ ਲਗਾ ਚੁੱਕੇ, ਉਹਨੂੰ ਪਾਲ ਚੁੱਕੇ, ਵੱਡਾ ਕਰਦੇ ਹਾਂ, ਅਸੀਂ ਵਿਚਾਰੇ ਨਹੀਂ ਛੱਡਦੇ ਵੀ ਲਗਾ ਕੇ ਛੱਡ ਤੇ ਇਕੱਲੀ ਫੋਟੋ ਖਿਚਾ ਲਈਆਂ। ਫੋਟੋ ਫੋਟੋ ਅਸੀਂ ਘੱਟ ਖਿਚਾਉਂਦੇ, ਤੁਸੀਂ ਨਾਮ ਸਾਡਾ ਬਹੁਤ ਘੱਟ ਹੀ ਸੁਣਿਆ ਹੋਊਗਾ, ਪਰ ਹੁਣ ਅਸੀਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਆਉਣ ਲੱਗੇ ਹਾਂ। ਪਰ ਲੱਗੇ ਸਾਨੂੰ ਉਦੋਂ ਆਈ ਸੀ ਤਾਂ ਸੇਵਾ ਹੀ ਕਰਦੇ, ਸਾਰਿਆਂ ਦੇ ਮਨ 'ਚ ਭਾਵਨਾ ਸੇਵਾ ਦੀ, ਸਾਰੇ ਗੱਜਡ ਔਫਿਸਰ ਨੇ ਸਾਡੇ, ਟੀਚਰ ਨੇ, ਕੋਈ ਵੱਡੀਆਂ ਵੱਡੀਆਂ ਪੋਸਟਾਂ ਸਾਰੇ ਕੰਮ ਕਰੇ ਜਿਹੜੇ ਸਾਡੇ ਪਰਿਵਰਤਨ ਦੇ ਮੈਂਬਰ ਨੇ, ਵੀ ਸਾਰਿਆਂ ਨੂੰ ਸਾਨੂੰ ਅੱਛਾ ਲੱਗਦਾ ਕੰਮ ਕਰਕੇ। ਖੂਨਦਾਨ ਕੋਈ ਕਰੀ ਜਾਂਦਾ, ਕੋਈ ਕੈਂਪ ਲਗਾ ਰਿਹਾ, ਕੋਈ ਕੁਛ ਕਰ ਰਿਹਾ, ਇਹਦੇ ਵਿੱਚ ਅਸੀਂ ਇੱਕ ਦੇਖਦੇ ਹਾਂ ਵੀ ਜਿਹੜੇ ਲੜਕੀਆਂ ਨੂੰ ਅੱਗੇ ਕਿਵੇਂ ਲੈ ਕੇ ਆਈਏ, ਕਿਉਂਕਿ ਲੜਕੀਆਂ ਆਪਣੀਆਂ ਬਹੁਤ ਪਿਛੜੀਆਂ ਪਈਆਂ ਸੀ। ਅਸੀਂ 2013 ਤੋਂ ਇੱਕ ਪ੍ਰੋਗਰਾਮ ਮਨਾਉਣ ਆ ਰਹੇ ਹਾਂ ਵਰਲਡ ਡੋਟਰ ਡੇ, ਜਦ ਦੇਖਿਆ ਵੀ ਕੋਈ ਮੁੰਡੇ ਵਾਸਤੇ ਸਭ ਕੁਛ ਕਰ ਰਿਹਾ ਵੀ ਫਾਦਰ ਡੇ ਆ ਗਿਆ, ਵੀ ਕੁੜੀਆਂ ਵਾਸਤੇ ਕੋਈ ਦਿਨ ਨਹੀਂ ਹੈਗਾ ਸੀਗਾ। ਪਰ ਅਸੀਂ ਦੇਖਿਆ ਜਿਵੇਂ ਕਿ ਰਾਧਾ ਕ੍ਰਿਸ਼ਨ ਹੋ ਗਏ, ਸੀਤਾ ਰਾਮ ਹੋ ਗਿਆ, ਅਸੀਂ ਕਿਹਾ ਵੀ ਜਿਵੇਂ ਲੋਹੜੀ ਮੁੰਡੇ ਦੀ ਹੁੰਦੀ, ਫਿਰ ਅਸੀਂ ਕੁੜੀਆਂ ਦਾ 12 ਜਨਮ ਦਾ ਨਾਮ ਚੁਣਿਆ ਸੀਗਾ। ਅਸੀਂ ਉਹ ਮਤਲਬ ਕਿ ਹੁਣ ਤਾਂ ਵਰਡ ਦੇ ਵਿੱਚ ਹੀ ਬਣਾਉਣ ਲੱਗ ਗਏ ਜੀ, ਅਸੀਂ ਐਂ ਨਹੀਂ ਗੱਲਾਂ ਧੂਰੀ 'ਚ ਬਣਾਉਣਾ ਸ਼ੁਰੂ ਕੀਤਾ ਸੀ, ਸੰਗਰੂਰ ਤੋਂ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਸਾਡੇ ਕੋਲ ਗੁਰਦਾਸ ਮਾਨ ਜੀ, ਅਸੀਂ ਫ੍ਰੀ ਆਏ ਸੀ, ਸਾਡੇ ਕੋਲ ਪੈਸੇ ਤਾਂ ਹੈ ਨਹੀਂ ਸੀ ਇੰਨੇ, ਅਸੀਂ ਕਿਸੇ ਸਿੰਗਰ ਨੂੰ ਜਾਂ ਕਿਸੇ ਨੂੰ ਬੁਲਾ ਸਕਦੇ ਸੀ।
ਉਹਨਾਂ ਨੂੰ ਸਾਡੀ ਸੋਚ ਇੰਨੀ ਅੱਛੀ ਲੱਗੀ, ਉਹ ਸਾਡੇ ਫ੍ਰੀ ਪ੍ਰੋਗਰਾਮ ਕਰ ਗਏ, ਕਨਵਰ ਗਰੇਵਾਲ ਜੀ ਸਾਡੇ ਨਾਲ ਆਏ, ਮਤਲਬ ਕਿ ਹਰ ਵਾਰ ਕੋਈ ਨਾ ਕੋਈ ਆਪਣੀ ਸੇਵਾ ਨਿਭਾਉਂਦਾ ਹੈਗਾ ਸਾਡੇ ਪ੍ਰੋਗਰਾਮ ਆ ਕੇ, ਬਹੁਤ ਵਧੀਆ ਬਣਾ ਦਿੱਤੇ ਨੇ। ਉਹਨੂੰ ਅਸੀਂ ਉਹ ਲੜਕੀਆਂ ਚੁਣਦੇ ਹਾਂ, ਇੱਕ ਲੜਕੀ ਦੇਖੀ ਸੀ ਅਸੀਂ, ਉਹਦੇ ਹਸਬੈਂਡ ਨੂੰ ਮਤਲਬ ਡੈਥ ਹੋ ਗਈ, ਉਹ ਰਾਜਗਿਰੀ ਦਾ ਕੰਮ ਕਰ ਰਹੀ ਮਿਸਤਰੀਆਂ ਦਾ, ਦੇਖੋ ਮਿਸਤਰੀ ਲੇਡੀਜ਼ ਕਰ ਲੂ, ਉਹ ਕੁੜੀ ਠੇਕੇਦਾਰ ਬਣ ਗਈ ਜੀ, ਕੋਠੇ ਬਣਵਾ ਰਹੀ ਹੈ ਤਾਂ ਲੇਬਰ ਲਾਈ ਹੋਈ ਉਹਨੇ, ਕੁੜੀ ਲੇਡੀਜ਼ ਕਰ ਰਹੀ ਹੈ ਕੰਮ। ਇੱਕ ਸਾਨੂੰ ਮਨਜੀਤ ਕੌਰ ਮਿਲੀ, ਉਹਦੀ 15 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀਗਾ, ਜਿਹੜਾ ਹਸਬੈਂਡ ਉਹਦਾ ਬਹੁਤ ਜ਼ਿਆਦਾ ਮਾਰਦਾ ਕੁੱਟਦਾ ਸੀਗਾ, ਉਹਨੂੰ ਮਤਲਬ ਕਿ ਇੱਕ ਕੂੜੇ ਵੱਲ ਚੋਂ ਇੱਕ ਐਂਬੂਲੈਂਸ ਸੋਚ ਰਹੀ ਸੀ, ਇੱਕ ਬੈਨ ਪਈ ਹੁੰਦੀ ਸੀ ਵੀ ਉਹ ਲੈ ਕੇ ਐਂਬੂਲੈਂਸ ਬਣਾਉਣੀ, ਉਹ ਐਂਬੂਲੈਂਸ ਚਲਾ ਰਹੀ ਸੀ, ਉਹ ਬਿਲਕੁਲ ਅਨਪੜ੍ਹ ਹੈ, ਉਹ ਅੱਜ ਵੀ ਐਂਬੂਲੈਂਸ ਚਲਾ ਰਹੀ ਹੈਗੀ ਹੈ। ਹਾਂਜੀ, ਮਤਲਬ ਕਿ ਉਹਨੇ ਵੀ ਕੁਛ ਵੱਖਰਾ ਕੀਤਾ, ਕਿਉਂਕਿ ਜ਼ਿੰਦਗੀ 'ਚ ਰੋਂਦੇ ਰਹੋ, ਅਸੀਂ ਮਰ ਜਾਓ ਕੀ ਫਾਇਦਾ, ਬਿਲਕੁਲ ਸਹੀ, ਉਹਨੂੰ ਵਧੀਆ ਬਣਾ ਲਓ। ਫਿਰ ਇੱਕ ਲੜਕੀ ਸਾਨੂੰ ਮਿਲੀ, ਉਹ ਗੰਨੇ ਦੀ ਰੇਹੜੀ ਜੂਸ ਵੇਚਦੀ, ਸਾਰੇ ਉਹਨੂੰ ਦੇਖ ਕੇ ਲਾਉਂਦੇ ਵੀ ਜੂਸ ਵੇਚਦੀ ਹੈ, ਗੰਨੇ ਦਾ ਜੂਸ ਕੱਢਦੀ ਹੈ। ਉਹਦੇ ਫਾਦਰ ਡੈਥ ਹੋ ਗਈ, ਉਹਨੇ ਆਪਣੇ ਪਰਿਵਾਰ ਪਾਲਣਾ ਸੀ, ਮੈਨੂੰ ਉਹਨੇ ਕੁਛ ਅੱਛਾ ਦਿੱਤਾ ਵੀ, ਜੋ ਬੱਚੀਆਂ ਵੱਖਰਾ ਕਰਦੀਆਂ ਨੇ, ਕੋਈ ਮੈਡਲ ਜਿੱਤਦੀਆਂ ਨੇ, ਕੋਈ ਖੇਡਾਂ 'ਚ ਅੱਗੇ ਹੁੰਦੀਆਂ, ਕੋਈ ਪੜ੍ਹਾਈ 'ਚ ਅੱਗੇ ਹੁੰਦੀਆਂ, ਅਸੀਂ ਉਹਨੂੰ ਸਪੋਰਟ ਕਰਕੇ ਹੋਰ ਅੱਗੇ ਲੈ ਕੇ ਆਉਂਦੇ ਹਾਂ ਵੀ ਉਹਨਾਂ ਨੂੰ ਅੱਛਾ ਲੱਗੇ ਵੀ ਸਾਡਾ ਵੀ ਕੋਈ ਦੇਖਣ ਵਾਲਾ ਹੈ, ਅਸੀਂ ਉਹਨਾਂ ਨੂੰ ਅਸੀਂ ਆਵਾਜ਼ ਕਰਦੇ ਹਾਂ, ਦੇਖਦੇ ਹਾਂ, ਫਿਰ ਪੂਰਾ ਸਾਲ ਲੱਭਦੇ ਹਾਂ ਕੁੜੀਆਂ ਨੂੰ, ਕਈ ਵਾਰ ਤਾਂ 21 ਤੋਂ ਹੀ ਵੱਧ ਹੁੰਦੇ ਹਾਂ, ਅਸੀਂ 21 ਕੁੜੀਆਂ ਨੂੰ ਸਨਮਾਨਿਤ ਕਰਦੇ ਹਾਂ, ਕਿਤੇ ਸਾਨੂੰ ਉਦੋਂ ਵੱਧ ਹੀ ਮਿਲ ਜਾਂਦੇ ਹਾਂ, ਅਸੀਂ ਉਹਨੇ ਹੀਰੇ ਇਕੱਠੇ ਕਰਕੇ ਉਹਨਾਂ ਨੂੰ ਚਮਕਾਉਂਦੇ ਹਾਂ, ਪੋਲਿਸ਼ ਕਰਦੇ ਹਾਂ। ਬਹੁਤ ਵਧੀਆ। ਸਾਨੂੰ ਝੁੱਗੀ ਝੋਪੜੀ ਇੱਕ ਬੇਟੀ ਮਿਲ ਗਈ, ਜਿਹਦੇ ਮਾਂ ਬਾਪ ਮਰ ਗਏ, ਦਾਦੀ ਪਾਲਦੇ ਸੀ, ਅਸੀਂ ਕਿ ਸਾਰਿਆਂ ਨੇ ਕਿਹਾ ਅਸੀਂ ਅਡੋਪਟ ਕਰਦੇ ਹਾਂ ਜੀ ਉਹਨੂੰ, ਉਹਨੂੰ ਪੜ੍ਹਾਈ ਦਾ ਖਰਚਾ ਚੱਕ ਕੇ ਹੋਇਆ ਕਰਦੇ ਹਾਂ, ਸਾਰਿਆਂ ਨੇ ਕਰ ਰਹੇ ਹਾਂ। ਦੂਜੀ ਗੱਲ ਹੈ ਸਾਡੇ ਸ਼ਹਿਰ ਦਾ ਸਹਿਯੋਗ ਹੈ ਸਾਨੂੰ, ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ, ਅਤੇ ਅਸੀਂ ਕਿਤੇ ਵੀ ਜਾਂਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਇਹ ਪੁੱਛਣਗੇ ਹੁਣ ਪਰਿਵਰਤਨ ਵਾਲੇ ਵੀ ਹੁਣ ਕੀ ਕਰ ਰਹੇ ਹੋ, ਉਹਨਾਂ ਨੂੰ ਪਹਿਲਾਂ ਗੱਲੇ 'ਚ ਹੱਥ ਚੱਲਣ ਦਾ ਵੀ ਕੀ ਲੈਣ ਆਏ ਹੋ, ਕਿਸੇ ਨੂੰ ਐਂ ਨਹੀਂ ਮੱਥੇ ਵੱਟ ਬੰਦੇ ਵੀ ਪੈਸੇ ਲੈਣ ਆਗੇ, ਮੰਗਦੇ ਤਾਂ ਅਸੀਂ ਹੈ ਹੀ ਨਹੀਂ, ਜਾ ਕੇ ਕਹਿੰਦੇ ਵੀ ਆਹ ਪ੍ਰੋਜੈਕਟ ਐਂ ਕਰ ਰਹੇ ਹਾਂ। ਅਸੀਂ ਇੱਕ ਧੂਰੀ ਦਾ ਅਸੀਂ ਵੈਸੇ ਵੀ ਇੱਕ ਗਰੁੱਪ ਬਣਾਇਆ ਹੈ, ਜਿਹ 'ਚ ਅਸੀਂ ਆਪਣੀ ਪ੍ਰੋਬਲਮ ਲਿਖ ਦਿੰਦੇ ਵੀ ਕਿਸੇ ਨੂੰ ਆਹ ਇਲਾਜ ਦੀ ਜ਼ਰੂਰਤ ਹੈ, ਕਿਸੇ ਨੂੰ ਇੰਨੇ ਸਾਨੂੰ ਪੈਸੇ ਦੀ ਲੋੜ ਹੈ, ਤਾਂ ਕਈ ਵਾਰ ਇੱਕ ਬੰਦੇ ਦੇਣ ਦਾ ਕਹਿਣਗੇ ਨਾਮ ਵੀ ਨਹੀਂ ਅੱਗੇ ਆਉਣ ਦਿੰਦੇ ਹੈਗੇ, ਬਹੁਤ ਲੋਕ ਇਹੋ ਜਿਹੇ ਨੇ, ਮਤਲਬ ਧੂਰੀ ਵਾਲਾ ਸਹਿਯੋਗ ਹੈ, ਸਾਡੀ ਸੁਸਾਇਟੀ ਸਾਰੇ ਕੰਮ ਕਰਦੀ ਹੈ, ਮੈਂ ਐਕਚੁਅਲ 'ਚ ਕੰਮ ਕਰਦੀ, ਕਿਸੇ ਦਾ ਨਾਮ ਹੁੰਦਾ ਸਾਡਾ ਨਾਮ ਨਹੀਂ, ਅਸੀਂ ਐਕਚੁਅਲ 'ਚ ਕੰਮ ਕਰਦੇ ਹਾਂ ਸਾਰੀ। ਇੱਕ ਸਾਡੀ ਮੈਡਮ ਕਿਰਨ ਨੇ, ਹਾਂਜੀ, ਉਹ ਕੀ ਕਰਦੇ ਨੇ ਜਿਵੇਂ ਕਈ ਤਾਂ ਬੱਚੇ ਕੁੜੀਆਂ ਨੂੰ ਵੀ ਤਰਸਿਆ ਕਿ ਕੁੜੀਆਂ ਨੂੰ ਮਰਵਾ ਦਿੰਦੇ ਨੇ, ਪਰ ਜੇ ਕਿਸੇ ਨੂੰ ਪਤਾ ਲੱਗਦਾ ਕੁੜੀਆਂ ਨੂੰ ਕੁੜੀ ਲੋੜ ਨਹੀਂ, ਉਹ ਕਹਿੰਦੇ ਕੁੜੀ ਪੈਦਾ ਕਰਨੀ ਹੈ, ਤੁਹਾਨੂੰ ਨਹੀਂ ਲੋੜ ਕਿਸੇ ਨੂੰ ਤੇਰੀ ਜ਼ਰੂਰਤ ਹੈਗੀ ਹੈ, ਉਹ ਕੁੜੀ ਅੱਗੇ ਅਡੋਪਟ ਕਰਾ ਦਿੰਦੀਆਂ, ਉਹ 17-18 ਲੜਕੀਆਂ ਅਡੋਪਟ ਕਰਾ ਚੁੱਕੀ ਹੈ, ਮਤਲਬ ਕਿ ਉਹਨਾਂ ਦੇ ਘਰ ਵੀ ਖੁਸ਼ੀ ਆ ਗਈ, ਉਹ ਵੀ ਤੁਹਾਡੀ ਹੀ ਸੁਸਾਇਟੀ ਦਾ ਮੈਂਬਰ ਨੇ। ਹਾਂਜੀ, ਉਹ ਮੈਡਮ ਇੱਥੇ ਹੀ ਰਹਿੰਦੇ, ਉਹਨਾਂ ਨੂੰ ਬੁਲਾ ਸਕਦੀ ਹਾਂ ਮੈਂ, ਸਾਰੇ ਮਤਲਬ ਕਿ ਮੇਰੇ ਨਾਲ ਹੀ ਆ, ਸਾਰੇ ਅਸੀਂ ਇਕੱਠੇ ਕੰਮ ਕਰਦੇ ਹਾਂ, ਮਤਲਬ ਮੈਮ ਤੁਹਾਡੀ ਸੁਸਾਇਟੀ ਦੇ ਪਾਰਟ ਨੇ, ਮਤਲਬ ਜਿੰਨੇ ਵੀ ਲੇਡੀਜ਼ ਦੇ ਤੁਸੀਂ ਨਾਮ ਦੱਸੇ ਸੀ ਜੋ ਕਰ ਰਹੀਆਂ ਕੰਮ, ਮੈਂ ਤੁਹਾਡੀ ਸੁਸਾਇਟੀ ਨਾਲ ਕਿਸੇ ਨਾ ਕਿਸੇ ਵੀ ਨਾਲ ਜੁੜੀਆਂ ਹੋਈਆਂ ਨੇ ਔਰ ਅੱਜ ਕੰਮ ਕਰ ਰਹੀਆਂ ਨੇ। ਵੈਸੇ ਵੀ ਇਹ ਪਰਿਵਰਤਨ ਜੋ ਨਾਮ ਹੈ ਬੜਾ ਵਧੀਆ ਤੇ ਢੁਕਵਾਂ ਨਾਮ ਹੈ, ਕਿਉਂਕਿ ਦੇਸ਼ ਨੂੰ ਲੋੜ ਹੈ ਪਰਿਵਰਤਨ ਦੇਣ ਦੀ, ਹੈ ਨਾ, ਬਦਲਾਅ ਕਰਨ ਦੀ, ਕਿਉਂਕਿ ਜੋ ਹਾਲਾਤ ਬਣਦੇ ਜਾ ਰਹੇ ਨੇ ਉਹਨੂੰ ਚੇਂਜ ਕਰਨਾ ਬਹੁਤ ਜ਼ਰੂਰੀ ਹੈ, ਤੇ ਕਿਸੇ ਨਾ ਕਿਸੇ ਨੂੰ ਤੇ ਚਲੋ ਪਹਿਲਾ ਕਦਮ ਚੱਕਣਾ ਪੈਣਾ, ਔਰ ਤੁਸੀਂ ਚੱਕਿਆ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ ਵੀ ਕਿ ਅਸੀਂ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਸਾਨੂੰ ਅੱਜ ਇਹ ਸੁਣਨ ਨੂੰ ਪਤਾ ਲੱਗਿਆ, ਜਾਣਨ ਨੂੰ ਅੱਜ ਸਾਨੂੰ ਮਿਲਿਆ ਕਿ ਜੋ ਜਿਹੜਾ ਧੀਆਂ ਦਾ ਪਹਿਲਾ ਦਿਨ ਜੋ ਮਨਾਇਆ ਜਾਂਦਾ ਲੋਹੜੀ ਦੇ ਇੱਕ ਦਿਨ ਪਹਿਲਾਂ, ਉਹਦੀ ਸ਼ੁਰੂਆਤ ਵੀ ਤੁਹਾਡੇ ਵੱਲੋਂ ਹੋਈ, ਤੇ ਕੋਈ ਐਸਾ ਕੰਮ ਨਹੀਂ ਹੈਗਾ ਜਿਹਦੇ ਵਿੱਚ ਤੁਸੀਂ ਕੋਸ਼ਿਸ਼ ਨਹੀਂ ਕੀਤੀ ਉਹਨੂੰ ਪਰਿਵਰਤਨ ਕਰਨ ਦੀ, ਉਹਨੂੰ ਉਭਾਰਨ ਦੀ, ਉਹਨਾਂ ਨੂੰ ਇੰਪਰੂਵ ਕਰਨ ਦੀ, ਚਾਹੇ ਉਹ ਵਾਤਾਵਰਣ ਹੈ, ਚਾਹੇ ਉਹ ਧੀਆਂ ਦੇ ਪੱਖ ਤੋਂ ਹੈ, ਚਾਹੇ ਉਹ ਲੋੜਵੰਦਾਂ ਦੇ ਪੱਖ ਤੋਂ ਹੈ, ਚਾਹੇ ਉਹ ਦੀਨ ਦੁਨੀਆ ਜਾਂ ਹੋਰ ਜ਼ਰੂਰਤਮੰਦਾਂ ਦੇ ਪੱਖ ਤੋਂ ਹੈਗਾ ਸੀ ਸਾਰੇ। ਹਾਂ, ਨਹੀਂ ਤੇ ਆਮ ਤੌਰ ਤੇ ਚੈਰਿਟੀਜ਼ ਜਿਹੜੀਆਂ ਹੈਗੀਆਂ ਜਾਂ ਤਾਂ ਕੋਈ ਧੀਆਂ ਨੂੰ ਲੈ ਕੇ ਕਰਦਾ, ਕੁੜੀਆਂ ਨੂੰ ਲੈ ਕੇ ਕਰਦਾ, ਜਾਂ ਸਿਰਫ ਪੜ੍ਹਾਈ ਨੂੰ ਲੈ ਕੇ ਕਰਦਾ, ਜਾਂ ਸਿਰਫ ਇਨਵਾਇਰਮੈਂਟ ਨੂੰ ਲੈ ਕੇ ਕਰਦਾ, ਪਰ ਤੁਸੀਂ ਹਰ ਪਾਸੇ ਕੋਸ਼ਿਸ਼ ਕੀਤੀ ਹੈ ਕਿ ਚਾਰੇ ਕੋਨਿਆਂ ਤੋਂ ਕੋਈ ਵੀ ਜੇ ਹੈਗਾ ਲੋੜਵੰਦ ਉਹ ਮਤਲਬ ਖਾਲੀ ਹੱਥ ਨਾਲ ਖੜੇ, ਕੁਛ ਨਾ ਕੁਛ ਲੈ ਕੇ ਹੀ ਜਾਏ, ਤੇ ਇਹ ਕੋਈ ਨਿਸਵਾਰਥ ਭਾਵਨਾ ਵਾਲਾ ਹੀ ਕਰ ਸਕਦਾ ਵਾ ਜਿਹਦੇ ਅੰਦਰ ਪਿਆਰ ਹੀ ਪਿਆਰ ਹੋਵੇ। ਔਰ ਆਲਰੇਡੀ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਲੱਗ ਰਿਹਾ ਕਿ ਤੁਸੀਂ ਬਹੁਤ ਕੇਅਰ ਕਰਦੇ ਹੋ ਸਾਰਿਆਂ ਦੀ, ਮੈਂ ਤੁਹਾਡਾ ਬੇਟਾ ਇੱਥੇ ਨਹੀਂ, ਤੁਸੀਂ ਇਕੱਲਿਆਂ ਟਾਈਮ ਕੱਢ ਰਹੇ ਹੋ, ਔਰ ਤੁਸੀਂ ਉਹ ਵੀ ਕਹਿ ਰਹੇ ਹੋ ਕਿ
ਉਹ ਬੱਚੇ ਤੁਹਾਡੇ ਆਪਣੇ ਨੇ ਜਿਨ੍ਹਾਂ ਨਾਲ ਤੁਸੀਂ ਇੰਨਾ ਕਰ ਰਹੇ ਹੋ, ਤੁਹਾਡੀ ਉਹ ਕੇਅਰ ਕਰ ਰਹੇ, ਇਹ ਸਭ ਤੋਂ ਵੱਡਾ ਪਰੂਫ ਇਹੀ ਹੋ ਜਾਂਦਾ। ਤੁਸੀਂ ਆਏ ਕਿਵੇਂ, ਮਤਲਬ ਬੇਟੇ ਨੂੰ ਤੁਸੀਂ ਕਿਉਂ ਨਹੀਂ ਇਸ ਪਾਸੇ ਲੈ ਕੇ ਆਏ? ਉਹਨੂੰ ਤਾਂ ਬੜਾ ਪ੍ਰਾਊਡ ਫੀਲ ਹੁੰਦਾ। ਵੈਸੇ ਮੇਰਾ ਬੇਟਾ ਮੇਰੇ ਵਾਲੇ ਕੰਮ ਹੀ ਕਰਦਾ ਜੀ, ਉੱਥੇ ਕੈਨੇਡਾ ਲੋਕ ਸਾਰਿਆਂ ਦੇ ਸੈਲਰੀ ਮਾਰ ਲੈਂਦੇ ਨੇ, ਉਹਨੂੰ ਕਰਦੇ। ਮੇਰਾ ਬੇਟਾ ਫਿਰ ਲੋਕਾਂ ਨੇ ਫੀਸਾਂ ਭਰ ਦਿੰਦੇ, ਉਹਦੀ ਫੀਸਾਂ ਮਾਰ ਲੈਂਦੇ ਲੋਕ, ਨਾਲੇ ਭਰ ਦੂਗਾ ਉਹ, ਅੰਦਰੋਂ ਤਾਂ ਮੇਰੇ ਵਰਗੇ ਹੀ ਹੈ। ਪਰ ਜੋ ਕੁਛ ਮੈਂ ਅੱਜ ਸਕਸੈਸ ਇੱਥੇ ਪਹੁੰਚੀ ਹੈ, ਮੈਂ ਆਪਣੇ ਬੇਟੇ ਕਰਕੇ ਪਹੁੰਚ ਗਈ ਜੀ। ਕਿਉਂਕਿ ਜੋ ਜ਼ਿੰਦਗੀ 'ਚ ਮੈਨੇ ਦੁੱਖ ਦੇਖੇ ਸੀ, ਜਾਂ ਜਿਹਾ ਪਰਿਵਾਰ ਮਿਲ ਗਿਆ ਸੀ, ਨਹੀਂ ਤਾਂ ਮੇਰੇ ਬੱਚਿਆਂ ਨੇ ਵੀ ਰੁਲ ਰਲ ਕੇ ਪਲਣਾ ਸੀਗਾ, ਕਿ ਦੁਕਾਨ ਦੁਕਾਨ 'ਤੇ ਲੱਗਿਆ ਹੁੰਦਾ 5-7 ਹਜ਼ਾਰ 'ਚ। ਪਰ ਮੈਂ ਸੋਚਿਆ ਵੀ ਜੋ ਜ਼ਿੰਦਗੀ 'ਚ ਮੈਨੂੰ ਇਹ ਚੀਜ਼ ਪਸੰਦ ਨਹੀਂ ਸੀ, ਮੇਰਾ ਬੇਟੇ ਨੂੰ ਕਿਵੇਂ ਹੋ ਸਕਦੀ ਹੈ, ਤਾਂ ਮੈਂ ਉਹਦੇ ਵਾਸਤੇ ਬੈਸਟ ਬੈਸਟ ਕਰਦੀ ਗਈ। ਉਹ ਮੰਮੀ ਆਏ, ਮੰਮੀ ਆਏ, ਮੈਂ ਮਤਲਬ ਕਿ ਦੋਨੇ ਮਿਲ ਕੇ ਅਸੀਂ ਕਰਦੇ ਰਹਿੰਦੇ। ਬਹੁਤ ਅੱਛੇ ਦਿਨ ਸੀ ਸਾਡੇ, ਜਦੋਂ ਬਚਪਨ 'ਚ ਵੱਡੇ ਹੁੰਦੇ ਸੀ, ਸੈਲਰੀ ਮਿਲਦੀ, ਮੈਨੂੰ ਪਤਾ ਯਾਦ ਹੁੰਦਾ ਮੈਨੂੰ ਸੈਲਰੀ ਮਿਲੂ, ਫਿਰ ਅਸੀਂ ਜਾਂਦੇ ਬਾਹਰ ਖਾਣਾ ਖਾਣ ਜਾਂਦੇ, ਹੈ ਨਾ। ਮੈਨੂੰ ਤਾਂ ਇਹ ਨਹੀਂ ਪਤਾ ਕਿੱਥੇ ਕੀ ਚੀਜ਼ ਵਧੀਆ ਮਿਲਦੀ ਹੈ, ਉਹਨੇ ਸਪੈਸ਼ਲ ਦੁਕਾਨਾਂ ਲੱਭੀਆਂ ਹੁੰਦੀਆਂ ਸੀਗੀਆਂ। ਅੱਛਾ, ਇੱਕ ਜਦੋਂ ਜਾਂਦਾ ਪੋਕਟ ਮਿਲ ਲੈਂਦਾ, ਤਾਂ ਗਿਆਨੀ ਟਿੱਕੀ ਵੱਲੇ ਜਾਂਦਾ, ਜਾਂ ਕਿਤੇ ਵੀ ਕੁਛ ਖਾ ਰਿਹਾ ਹੁੰਦਾ, ਪਹਿਲਾਂ ਉਹਨੇ ਪੁੱਛਿਆ ਮੰਮਾ ਮੈਂ ਇੱਥੇ ਆਏ ਹੋਏ ਹਾਂ, ਤੁਸੀਂ ਕੁਛ ਖਾਓਗੇ, ਤੁਹਾਡੇ ਵਾਸਤੇ ਕੀ ਪੈਕ ਕਰਾਵਾਂ। ਹੁਣ ਵੀ ਪੁੱਛਿਆ ਜਦੋਂ ਉਹਨਾਂ ਹੋਇਆ, ਉਹਨੂੰ ਚੰਗਾ ਲੱਗਦਾ ਸੀ, ਮਤਲਬ ਕਿ ਪੁੱਛ ਕੇ ਫਿਰ ਖਾਂਦਾ ਸੀ। ਬਹੁਤ ਵਧੀਆ ਗੱਲ ਹੈ, ਜਿਵੇਂ ਚੰਗੀ ਤੁਹਾਡੀ ਸੋਚ ਹੈ ਆਲਰੇਡੀ, ਉਹ ਉਹੀ ਸੋਚ ਬੱਚਿਆਂ ਵਿੱਚ ਹੋਣੀ ਬਣਦੀ ਹੈ। ਹਾਂਜੀ, ਬਿਲਕੁਲ ਸਹੀ ਗੱਲ। ਉਹ ਵੀ ਆਇਆ ਤਾਂ ਦੇਖਦੇ ਵੀ ਤੁਹਾਡੇ ਇੰਨੇ ਅੱਛੇ ਫਰੈਂਡ ਨੇ, ਤੁਸੀਂ ਇੰਨਾ ਅੱਛਾ ਰਹਿੰਦੇ ਆ, ਉਹ ਪ੍ਰਾਊਡ ਫੀਲ ਕਰਦੇ, ਉਹਨੂੰ ਅੱਛਾ ਲੱਗਦਾ ਹੈ। ਰਿਜੂ ਸ਼ਰਮਾ ਮੈਮ ਦੇ ਘਰ ਅਸੀਂ ਬੈਠੇ ਹੋਏ ਹਾਂ, ਅੱਜ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਬੈਠਾ ਹੋਇਆ, ਉਹਨਾਂ ਦਾ ਸਾਰਾ ਪਰਿਵਾਰ ਸਾਡੇ ਕੋਲ ਬੈਠਾ ਹੈ, ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ, ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਘਰ ਦੇ ਵਿੱਚ, ਅਤੇ ਰਿਜੂ ਮੈਮ ਕਿਸ ਤਰ੍ਹਾਂ ਇੱਕ ਵੱਡੇ ਭੈਣ ਦੇ ਤੌਰ 'ਤੇ, ਇੱਕ ਧੀ ਦੇ ਤੌਰ 'ਤੇ ਕਿਵੇਂ ਦੇ ਨੇ? ਅਤੇ ਤੁਸੀਂ ਛੋਟੇ ਭੈਣ ਹੋ? ਹਾਂਜੀ, ਮੈਂ ਛੋਟੀ ਸਿਸਟਰ ਹਾਂ। ਅੱਛਾ, ਤੁਹਾਡਾ ਨਾਮ? ਮੇਰਾ ਨਾਮ ਰੀਤੂ ਸ਼ਰਮਾ ਜੀ। ਹਾਂਜੀ, ਐਜ ਏ ਸਿਸਟਰ ਦੀਦੀ ਮੇਰੇ ਮਤਲਬ ਵੀ ਸਾਡੀ ਸਾਰੀ ਫੈਮਿਲੀ ਦੀ ਜਾਨ ਹੈ। ਜੇ ਘਰ 'ਚ ਇਹ ਨਾ ਹੋਣ, ਜਿੱਦਾਂ ਬਾਹਰ ਚਲੇ ਜਾਂਦੇ ਆਪਣੇ ਬੇਟੇ ਕੋਲ, ਤਾਂ ਸਾਡਾ ਦਿਲ ਨਹੀਂ ਲੱਗਦਾ। ਔਰ ਐਜ਼ ਏ ਡੋਟਰ ਇਹ ਬਹੁਤ ਅੱਛੇ ਹੈ। ਜਿਵੇਂ ਮੰਮੀ ਪਾਪਾ ਨੂੰ ਮੈਨੂੰ ਇਹਨਾਂ ਨੇ ਟ੍ਰਿਪ ਦਿੱਤਾ ਕਸ਼ਮੀਰ ਸ਼੍ਰੀਨਗਰ ਦਾ, ਜਿੱਥੇ ਜਾਣਾ ਇੱਕ ਸੁਪਨਾ ਸੀਗਾ। ਅੱਛਾ, ਇਹਨਾਂ ਨੇ ਉੱਥੋਂ ਦੇ ਲੋਕ ਵੀ ਦੇਖ ਰਹੇ ਸੀਗੇ ਵੀ ਬੇਟੀ ਮਤਲਬ ਆਪਣੇ ਮਦਰ ਫਾਦਰ ਨੂੰ ਘੁੰਮਣ 'ਚ ਲੈ ਕੇ ਘੁੰਮ ਰਹੇ ਹਾਂ ਕਸ਼ਮੀਰ 'ਚ। ਉਹਨਾਂ ਨੂੰ ਪਾਪਾ ਨੂੰ ਮੰਮੀ ਨੂੰ ਪ੍ਰੋਪਰ ਮੈਨੂੰ ਬੜਾ ਇੰਜੋਏ ਕਰਵਾਇਆ, ਹਰ ਇੱਕ ਫੈਸਿਲਿਟੀਜ਼ ਦਿੱਤੀਆਂ ਉੱਥੇ, ਮਤਲਬ ਪੂਰਾ ਧਿਆਨ ਰੱਖਿਆ ਤੁਹਾਡਾ, ਵੀ ਜੋ ਤੁਹਾਡਾ ਸੁਪਨਾ, ਤੁਹਾਡੀ ਖੁਸ਼ੀ, ਉਹਦਾ ਪੂਰਾ ਖਿਆਲ ਰੱਖਦੇ ਨੇ, ਘਰ ਦੀ ਰੌਣਕ ਬਣ ਕੇ ਰਹਿੰਦੇ। ਸਰਪ੍ਰਾਈਜ਼ ਦੇ ਰਹੇ ਨੇ, ਇਹਨੂੰ ਦੱਸਿਆ ਨਹੀਂ ਸੀਗਾ ਮੈਂ ਵੀ ਕਸ਼ਮੀਰ ਲੈ ਕੇ ਜਾ। ਅੱਛਾ ਅੱਛਾ, ਸ਼ੁਰੂ ਤੋਂ ਸਰਪ੍ਰਾਈਜ਼ ਦੇਣ ਦਾ ਬੜਾ ਸ਼ੌਂਕ ਆ ਦੇ ਰਹੇ ਨੂੰ। ਹਾਂ ਹਾਂ, ਤਾਂ ਬਿਨਾ ਦੱਸੇ ਹੀ ਪਲੈਨਿੰਗ ਕਰ ਦਿੰਦੇ ਨੇ, ਐਕਸ਼ਨ ਲੈਂਦੇ ਆ ਤੁਰੰਤ, ਕੁਝ ਵੀ ਸੋਚਦੇ ਤਾਂ ਐਕਸ਼ਨ ਲੈ ਲੈਂਦੇ ਆ। ਅੱਛਾ, ਮਤਲਬ ਇਹਨਾਂ ਲਾਈਫ ਸਟਰਗਲ 'ਚ ਹੋਵੇ ਤੇ ਉਹ ਕਿਸੇ ਦੀ ਚਿਹਰੇ ਦੀ ਖੁਸ਼ੀ ਦੇ ਕੇ ਸਕੂਨ ਮਿਲ ਜਾਂਦਾ ਇਹਨਾਂ ਨੂੰ, ਚੰਗਾ ਲੱਗਦਾ ਹੈ ਆਪਣੇ ਪਰਿਵਾਰ ਨੂੰ ਖੁਸ਼ ਦੇ ਕੇ। ਹਾਂਜੀ, ਤੇ ਭੈਣ ਜੀ ਤੁਸੀਂ ਇਹਨਾਂ ਦੇ ਭਾਬੀ ਜੀ? ਹਾਂਜੀ, ਕੰਚਨ ਸ਼ਰਮਾ। ਕੰਚਨ ਸ਼ਰਮਾ ਜੀ, ਹਾਂਜੀ ਹਾਂਜੀ ਹਾਂਜੀ। ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ? 30 ਸਾਲ ਹੋ ਗਏ। ਅੱਛਾ, ਮਤਲਬ ਤੁਹਾਡਾ ਵਿਆਹ ਹੋਇਆ ਸੀ ਜਦੋਂ ਇਹ ਹੈਗੇ ਸੀ? ਹਾਂਜੀ, ਮੇਰਾ ਵਿਆਹ ਪਹਿਲਾਂ ਹੋਇਆ ਨਾ। ਪਹਿਲਾਂ ਦੇ ਤੁਹਾਡਾ ਪਹਿਲਾਂ ਹੋਇਆ? ਹਾਂਜੀ। ਉਹ ਤੇ ਕਿਸ ਤਰ੍ਹਾਂ ਦਾ ਤੁਹਾਡਾ ਤਾਂ ਫਿਰ ਨਨਾਣ ਭਰਜਾਈ ਦਾ ਤਾਂ ਰਿਸ਼ਤਾ, ਜਾਂ ਤਾਂ ਸਹੇਲੀਆਂ ਵਾਲਾ ਹੋ ਜਾਂਦਾ, ਜਾਂ ਤਾਂ ਫਿਰ ਪੂਰਾ ਮਤਲਬ ਠੀਕ ਵਧੀਆ ਰਿਹਾ। ਹਾਂਜੀ ਹਾਂਜੀ, ਬਹੁਤ ਵਧੀਆ, ਬਹੁਤ ਹਿੰਮਤੀ ਨੇ ਸਾਡੇ ਦੀਦੀ, ਤੇ ਬਹੁਤ ਸਭ ਦੀ ਬਹੁਤ ਹੈਲਪ ਕਰਦੇ ਨੇ। ਅੱਛਾ, ਹਾਂਜੀ, ਭੈਣਾਂ ਤੋਂ ਵੀ ਵੱਧ ਕੇ ਪਿਆਰ ਦਿੰਦੇ ਆ। ਉਹ ਤਾਂ ਘਰ ਲੱਗ ਚੱਕੇ ਹੀ ਆ ਆਪਣਾ। ਹਾਂਜੀ ਹਾਂਜੀ, ਸਾਰਾ ਕੋਈ ਕੰਮ ਵੀ ਸ਼ੁਰੂ ਕਰਨਾ ਤਾਂ ਪਹਿਲਾਂ ਆਈਡੀਆ ਦੱਸਣਗੇ ਵੀ ਏਦਾਂ ਏਦਾਂ ਕਰਨਾ,
ਰਾਏ ਸਭ ਦੀ ਲੈਂਦੇ ਨੇ ਮਤਲਬ ਕਿ। ਅੱਛਾ, ਸਲਾਹ ਦੇ ਨਾਲ ਚੱਲਦੇ? ਹਾਂਜੀ, ਸਲਾਹ ਦੇ ਨਾਲ ਚੱਲਦੇ। ਬਹੁਤ ਵਧੀਆ। ਤੇ ਤੁਸੀਂ ਭੈਣ ਜੀ ਇਹਨਾਂ ਦੇ? ਮੈਂ ਛੋਟੇ ਭਾਬੀ ਹਾਂ ਜੀ। ਤੁਸੀਂ ਛੋਟੇ ਭਾਬੀ ਜੀ ਹੋ, ਬਹੁਤ ਵਧੀਆ। ਕਿਵਿਆ ਸ਼ਰਮਾ ਮੇਰਾ ਨਾਮ ਹੈ ਜੀ। ਉਹ ਭਾਈ ਸਾਹਿਬ ਛੋਟੇ ਭਾਜੀ? ਹਾਂਜੀ। ਅੱਛਾ, ਸਾਡੇ ਲਈ ਤੇ ਜੇ ਛੋਟੀ ਮਾਂ ਹੈ ਬਸ। ਅਰੇ ਵਾਹ, ਗੱਲ ਕਹਿਣ ਦੀ ਲੋੜ ਹੀ ਨਹੀਂ ਹੁਣ ਮੈਂ ਪੁੱਛਾਂ ਵੀ ਕੀ ਵੀ ਤੁਸੀਂ ਦੱਸੋ ਰਿਸ਼ਤਾ ਕੀ ਹੈ ਨਾ, ਜਦੋਂ ਉਹ ਛੋਟੀ ਮਾਂ ਹੀ ਕਿਹਾ ਦਿੱਤਾ ਨਾ ਪਤਾ ਲੱਗਦਾ ਹੀ ਗਿਆ ਇਹਨਾਂ ਦਾ ਮਤਲਬ ਮਾਂ ਰਿਸ਼ਤਾ ਬਣਾ ਹੁੰਗੇ ਇਹਨਾਂ ਨੂੰ, ਮੈਂ ਪਾਲ ਲਿਆ ਦੋਨੋਂ। ਅਸਾਂ ਮਤਲਬ ਤੇ ਤੇ ਮੰਮੀ ਵਿਸ਼ ਕਰਦੇ ਪਹਿਲਾਂ ਦੀਦੀ ਨਾਲ ਕਰਦੇ ਪਹਿਲੇ। ਬਹੁਤ ਵਧੀਆ, ਸਾਡੇ ਲਈ ਤਾਂ ਬਸ ਇਹੀ ਨੇ, ਸਾਡੇ ਲਈ ਹਰੇਕ ਚੀਜ਼ ਪਹਿਲਾਂ ਤਿਆਰ ਹੁੰਦੀ ਹੈ ਨਾ ਕੋਲ। ਬਹੁਤ ਵਧੀਆ ਗੱਲ ਹੈ ਵੀ ਇੱਕ ਧੀ ਨਹੀਂ ਪੁੱਤਰ ਹੋਣ ਦਾ ਫਰਜ਼ ਨਿਭਾ ਰਹੇ ਹੈ। ਸਭ ਦਾ ਬਹੁਤ ਧਿਆਨ ਰੱਖਦੇ ਨੇ ਕਿ ਇਹਨੂੰ ਕੇਅਰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਤੇ ਕਦੀ ਆਪਸ 'ਚ ਹੋਈ ਨਹੀਂ ਖਟਪੜ? ਖਟਪੜ ਵੀ ਕਈ ਵਾਰ ਨਾਮ ਵੀ ਕਈ ਵਾਰ ਰਿਸ਼ਤਾ ਵੀ ਥੋੜ੍ਹਾ ਚਾਹੀਦਾ ਵਾ ਨਾ, ਵੀ ਮਾੜੇ ਹੋਣ ਦੇ ਦੋ ਕੋਈ ਗਾਲ ਦੇ ਜਿਹੜੇ ਮਾਰਦੇ ਆ ਕਿਸੇ ਨੇ ਪਤਾ ਕੀ ਹੁੰਦਾ ਐਕਚੁਅਲੀ। ਦੇਖੋ ਫੈਮਿਲੀ ਵਿੱਚ ਹਨਾ ਮਾੜਾ ਚੱਲਦਾ ਹੀ ਰਹਿੰਦਾ, ਪਰ ਇਹ ਹੈ ਵੀ ਕਿਸੇ ਕੋਈ ਕਿਸੇ ਦੀ ਗੱਲ ਨੂੰ ਆਪਣੇ ਦਿਲ ਨਾਲ ਨਹੀਂ ਲਗਾ ਕੇ ਰੱਖਦਾ। 10 ਮਿੰਟ ਬਾਅਦ ਫੇਰ ਹੋ ਗਈ, ਪਰ ਹੁੰਦਾ ਹੈ ਨਾ, ਬਸ ਸਵਰ ਹੋ ਗਿਆ, ਮਤਲਬ ਪ੍ਰੂਫ ਹੋ ਗਿਆ ਵੀ ਹੈ ਨਾ ਨਾਲ ਪਰ ਐਦਾਂ ਨਹੀਂ ਨਾ ਨਾਲ ਪਰ ਵਾਲੀ ਕੋਈ ਗੱਲ ਨਹੀਂ ਹੁੰਦੀ। ਨਹੀਂ ਪਰ ਰਿਸ਼ਤਾ ਤੇ ਹੋਣਾ ਚਾਹੀਦਾ। ਦੇਖੋ ਰਿਸ਼ਤਾ ਹੋਣਾ ਹੀ ਨਾ, ਮੇਰੇ ਰਿਸ਼ਤੇ ਦੇ ਵਿੱਚ ਦੁੱਧ ਨਾਲੋਂ ਜ਼ਿਆਦਾ ਨਾ ਦਹੀਂ ਸਵਾਦ ਵੀ ਲੱਗਦਾ ਤੇ ਪੌਸ਼ਟਿਕ ਵੀ ਹੁੰਦਾ। ਕਿਉਂ ਹੁੰਦਾ? ਕਿਉਂਕਿ ਉਹ ਥੋੜੀ ਜਿਹੀ ਖਟਾਸ ਭਰੀ ਜਾਂਦੀ ਹੈ। ਦੇਖੋ ਪਿਆਰ ਹੁੰਦਾ ਉੱਥੇ ਇੱਕ ਹਾਰਮੋਨ, ਜਿਹੜਾ ਰਿਸ਼ਤੇ ਵਿੱਚ ਖਟਾਸ ਨਹੀਂ ਭਰੀ ਜਾਂਦੀ ਨਾ ਤੇ ਉਹ ਰਿਸ਼ਤਾ ਕਹਿੰਦੇ ਨਕਲੀ ਜਿਹਾ ਹੀ ਲੱਗਦਾ, ਉਹ ਸਿੰਪਲ ਸੋਬਰ ਦਾ ਨਿਕਲ ਜਾਂਦਾ। ਦੋ ਤਾਂ ਆਪੇ ਹੀ ਸੋਹਣੇ ਲੱਗਦੇ, ਬਾਕੀ ਰਿਸ਼ਤੇ ਤਾਂ ਦਹੀਂ ਭਰ ਪਹਿਲੇ ਵੀ ਸ਼ਰਨ ਨੂੰ ਜੇ ਪਤਾ ਜਦੋਂ ਗੱਲ ਕਮੀ ਵੀ ਦੱਸਣੀ ਹੈ, ਜਦੋਂ ਮੇਰੀ ਕਮੀ ਦੱਸਦੇ ਮੈਂ ਵੀ ਐਕਸੈਪਟ ਕਰਦੀ ਹਾਂ। ਜੇ ਗਲਤੀ ਕਿਸੇ ਦੇ ਮੂੰਹ ਤੇ ਕਹਿ ਦਿੰਦੇ ਆ, ਸਾਰੇ ਬਸ ਸਹੀ ਸਵੇਰ ਨੂੰ ਹੋ ਜਾਂਦੇ ਤਾਂ ਸ਼ਾਮ ਨੂੰ ਇਕੱਠੇ ਹੋ ਜਾਣਾ ਸੀ। ਬਸ ਤੜਕਾ ਲੱਗਦਾ ਰਹਿਣਾ ਚਾਹੀਦਾ, ਦਹੀਂ ਦਾ ਤੜਕਾ ਪੈਣਾ ਚਾਹੀਦਾ ਜਿਹੜਾ ਮਰਜ਼ੀ ਪੈ। ਮੇਨ ਗਲਤੀ ਇਹ ਹੈ ਇਹ ਮਨ 'ਚ ਆਪਣੇ ਜ਼ਹਿਰ ਨਹੀਂ ਰੱਖਦੇ, ਜੋ ਬੋਲ ਕੇ ਕੱਢਦਾ ਮਨ 'ਚ ਨਹੀਂ ਕੋਈ ਗੱਲ ਨਹੀਂ ਕਰਦੇ। ਹਾਂਜੀ, ਜੇ ਇੱਕ ਵਾਰ ਗੱਲ ਹੋ ਗਈ ਕਹਿਤੀ ਦੁਬਾਰਾ ਰਿਪੀਟ ਨਹੀਂ ਕਰਨਗੇ ਕਦੇ ਵੀ, ਨਾ ਮਨ 'ਚ ਰੱਖਣਗੇ ਵੀ ਮੈਨੂੰ ਐਂ ਬੋਲਿਆ ਸੀ ਇਹ ਮੈਨੂੰ ਬੋਲਿਆ ਨਹੀਂ। ਮੇਰੀ ਗੱਲ ਦਿਲ ਵਿੱਚ ਕੁਛ ਨਹੀਂ ਰੱਖਦੇ, ਦਿਲ ਦੇ ਸਾਫ ਨੇ, ਔਰ ਮੇਰੇ ਹਿਸਾਬ ਨਾਲ ਸਾਰੇ ਤੁਸੀਂ ਦਿਲ ਦੇ ਬੜੇ ਸਾਫ ਹੋ, ਜਿਹੜੇ ਦਿਲ ਤੇ ਰੱਖਦੇ ਹੀ ਨਹੀਂ ਹੋ। ਕੋਈ ਵੀ ਇੱਕ ਤੇ ਰਿਸ਼ਤਾ ਨਹੀਂ ਕਰ ਸਕਦਾ ਜਦੋਂ ਸਾਰੇ ਅੰਡਰਸਟੈਂਡਿੰਗ ਰੱਖਦੇ ਨੇ। ਇਕੱਠਾ ਕੋਈ ਰਿਸ਼ਤੇਦਾਰ ਸਾਰੇ ਦੋਨੇ ਇਕੱਠੇ ਹੋ ਕੇ ਇੱਕ ਮਿੰਟ 'ਚ ਕੀ ਕਰ ਦਿੰਦੇ ਨੇ ਜੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦੀਆਂ। ਮਿੰਟਾਂ ਵਿੱਚ ਕਿੰਨੇ ਜਾਣੇ ਮਰਜ਼ੀ ਆ ਜਾਂਦੇ ਮਹਿਮਾਨ, ਦੋਨੇ ਪਲੇ ਸ਼ਿਫਟ ਹੈ। ਹਾਂਜੀ, ਮੇਰੇ ਮੰਮੀ ਡੈਡੀ ਨੇ ਅੱਛਾ ਸੰਭਾਲਿਆ ਹੈ ਇਹਨਾਂ ਨੇ, ਮਤਲਬ ਕਿ ਮੈਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਪਿਆਰ ਹੈ ਮੈਨੂੰ, ਮਤਲਬ ਕਿ ਆਸ਼ੀਰਵਾਦ ਹੈ ਵੀ ਇਹ ਆਪ ਵੀ ਖੁਸ਼ ਰਹਿਣਗੇ, ਖੁਸ਼ੀ ਮਿਲਣਗੇ ਜਦੋਂ ਦੂਜੇ ਨੂੰ ਖੁਸ਼ੀ ਦਿੰਦੇ ਨੇ। ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਮੰਮੀ ਡੈਡੀ ਦਾ। ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ। ਚਲੋ, ਇਸੇ ਤਰ੍ਹਾਂ ਹੀ ਤੁਸੀਂ ਸੇਵਾ ਕਰਦੇ ਰਹੋ ਵੱਡਿਆਂ ਦੀ। ਅਤੇ ਕਹਿੰਦੇ ਵੀ ਇੱਕ ਜਿਹੜਾ ਇੱਕ ਨੂੰ ਖੁਸ਼ੀ ਮਿਲਦੀ ਹੈ ਅਤੇ ਉਹ ਖੁਸ਼ੀ ਜਦੋਂ ਸਾਰੇ ਪਰਿਵਾਰ ਨਾਲ ਜੁੜੀ ਹੁੰਦੀ ਹੈ ਅਤੇ ਘਰ ਸਵਰਗ ਬਣ ਜਾਂਦਾ, ਤਾਂ ਫਿਰ ਘਰ ਦੇ ਪਰਿਵਾਰ ਦੇ ਜੀਆਂ ਨਾਲ ਹੀ ਹੁੰਦਾ, ਜਦੋਂ ਸਾਰੇ ਜੀ ਰਲ ਕੇ ਘਰ ਬਣਾ ਦਿੰਦੇ ਆ ਵਜ੍ਹਾ ਤੇ, ਹੈ ਨਾ। ਸ਼ਗਨ ਕਰ ਲਈਏ ਕੁਛ, ਛੋਟੇ ਛੋਟੇ ਸ਼ਗਨ ਕੀਤੇ, ਉਹਨੂੰ ਬੜੀ ਖੁਸ਼ੀ ਮਿਲੀ, ਇਹਨਾਂ ਨੂੰ ਵੀ ਇਹੀ ਮਿਲੀ, ਕਹਿੰਦੇ ਸਾਨੂੰ ਤਾਂ ਇੱਕੋ ਹੀ ਆਉਣਾ ਸੀ ਵਿਆਹ ਸਾਡਾ ਤਾਂ। ਹਾਂਜੀ, ਇੱਕ ਇੱਕ ਬੇਟਾ ਹੀ ਆ ਸਾਰਿਆਂ ਕੋਲ, ਇਹਨੇ ਕੋਲ ਦੋ ਬੇਟੇ ਨੇ। ਅੱਛਾ, ਤੇ ਤੁਸੀਂ ਸਾਰੇ ਮਤਲਬ ਸੈਲੀਬ੍ਰੇਟ ਤੇ ਕਰਦੇ ਹੋਗੇ ਕੋਈ ਨਾ ਕੋਈ ਦਿਨ ਤੇ ਆ, ਤੇ ਕੀ ਇੱਧਰ ਦੇ ਪਾਸੇ ਜਾਂ ਉੱਧਰ ਦੇ ਪਾਸੇ ਕਿਵੇਂ ਦੀ ਮੈਂ ਇੱਧਰ ਮੈਂ ਦੋਨੋਂ ਪਾਸੇ ਡਬਲ ਵਾਰ ਕਰਦੇ ਹੋ? ਹਾਂਜੀ, ਮੈਂ ਦੀਵਾਲੀ ਆ ਉੱਧਰ ਵੀ ਕਰਦੇ ਇੱਧਰ ਵੀ ਕਰਦੇ। ਹਾਂਜੀ, ਪਰ ਜਨਮ ਦਿਨ ਦਾ ਤੇ ਕੇਕ ਕੋਈ ਕੱਟਿਆ ਜਾਂਦਾ? ਹਾਂਜੀ ਹਾਂਜੀ, ਉਹ ਇੱਕ ਤੇ ਜਗ੍ਹਾ ਤੇ ਮਤਲਬ ਕਿ ਚਾਹੇ ਇੱਧਰ ਇਕੱਠੇ ਹੋ ਜੀ ਚਾਹੇ ਉੱਧਰ, ਬਾਕੀ ਦੇ ਤਿਉਹਾਰ ਜਿਹੜੇ ਦਿਨ ਦੇ ਆ ਰਹੇ ਹੁੰਦੇ ਉਹ ਤੁਸੀਂ ਦੋਨਾਂ ਪਾਸੇ ਦੇ ਬਰਾਬਰ ਕਰਦੇ ਹੋ। ਠੀਕ ਹੈ, ਤੇ ਹੁਣ ਜਿਵੇਂ ਇਹਨਾਂ ਦਾ ਬੇਟਾ ਵੀ ਬਾਹਰ ਗਿਆ ਹੋਇਆ ਵਾ, ਕੱਲਿਆਂ ਨੂੰ ਮੁਸ਼ਕਲ ਹੋ ਜਾਂਦੀ ਹੈ ਕਿਸੇ ਟਾਈਮ, ਦੁੱਖ ਸੁੱਖ ਸੌ ਪੈ ਜਾਂਦਾ ਹੈ। ਬਸ ਮੈਂ ਫੋਨ ਹੀ ਕਰਦੀ ਇਹਨਾਂ ਨੂੰ, ਸਾਰੇ ਆ ਜਾਂਦੇ ਫੋਨ ਵੀ ਆਈ ਕਿ ਫੋਨ ਕਰੋ ਫੋਨ ਵੀ ਬਹੁਤ ਬਹੁਤ ਸਾਰੇ ਦੋ ਘਰ ਦਾ ਧਿਆਨ ਤਾਂ ਦੇਖੋ ਅਸੀਂ ਹੀ ਰੱਖਣਾ ਹੈ ਜੇ ਸਾਡਾ ਮੈਂਬਰ ਹੈ ਇਹ, ਦੋ ਘਰ ਦਾ ਹੀ ਫਰਕ ਹੈ, ਜ਼ਿਆਦਾ ਦੂਰ ਨਹੀਂ ਹੈ।
ਦੋ ਘਰ ਛੋੜ ਕੇ ਇਹ ਘਰ ਮੰਮੀ ਪਾਪਾ ਤੁਸੀਂ ਵੀ ਇੱਥੇ ਰਹਿੰਦੇ ਹੋ ਨਹੀਂ ਜੀ ਮੈਂ ਪਟਿਆਲਾ ਤੋਂ ਤੁਸੀਂ ਪਟਿਆਲੇ ਤੋਂ ਹਾਂਜੀ ਦੀਦੀ ਪਹਿਲੇ ਦੱਸ ਕੇ ਤੇ ਵੀ ਸਾਡੇ ਘਰ ਦੀ ਜਾਨ ਨੇ ਹੁਣ ਜਾਨ ਦਾ ਖਿਆਲ ਤਾਂ ਸਭ ਨੂੰ ਰੱਖਣਾ ਪੈਂਦਾ ਨਾ ਆਪਣੀ ਆਪਣੀ ਮੈਂ ਹੈਗੇ ਛੋਟੇ ਲੇਕਿਨ ਗੱਲ ਸਭ ਤੋਂ ਤਕੜੀ ਹੈ ਵੀ ਜਾਨ ਦਾ ਖਿਆਲ ਰੱਖਣਾ ਪੈਂਦਾ ਛੋਟੇ ਜਿਹੜੇ ਛੋਟੇ ਵੀ ਐਸੇ ਜਾਨ ਹੀ ਹੁੰਦੇ ਆ ਵੱਡਿਆਂ ਦੀ ਉਹ ਅਸੀਂ ਇਹਨਾਂ ਦੀ ਆ ਫਿਰ ਇਹ ਸਾਡੇ ਦੀ ਬਿਲਕੁਲ ਸਹੀ ਗੱਲ ਹੈ ਹਮੇਸ਼ਾ ਕਰੀ ਦਿੰਦੇ ਇਹ ਸੋਚਦੇ ਵੀ ਏਡਾ ਵੱਡਾ ਵੱਡਾ ਸਾਨੂੰ ਤਾਂ ਡਰਦਾ ਹੁੰਦਾ ਕਹਿੰਦਾ ਮੈਨੂੰ ਡਰ ਨਹੀਂ ਲੱਗਦਾ ਹੈਗਾ ਏਡੇ ਵੱਡੇ ਗੱਲਾਂ ਕਰ ਦਿੰਦੀ ਹੈ ਉਹ ਫਿਰ ਜਿਹੜਾ ਛੋਟਾ ਹੁੰਦਾ ਨਾ ਉਹ ਸਿੱਖਦਾ ਬੜਾ ਸਾਰੇ ਪਾਸੇ ਮੱਤਾਂ ਦੇਣ ਵਾਲੇ ਤੇ ਹੁੰਦੇ ਆ ਫਿਰ ਉਹ ਜਿਹੜਾ ਵੱਡਾ ਉਹਦੇ ਕੋਲ ਤੇ ਆਪਣੇ ਵਾਸਤੇ ਵਾਸਤੇ ਜਿਹੜੀ ਹੁੰਦੀ ਹੈ ਮਾਤਾ ਆਪਣੇ ਜੋਗੀ ਹੁੰਦੀ ਹੈ ਜਿਹੜਾ ਛੋਟਾ ਹੁੰਦਾ ਨਾ ਉਹ ਸਾਰਿਆਂ ਦੇ ਇਕੱਠੀਆਂ ਕਰ ਦਿੰਦਾ ਉਹ ਇਸ ਕਰਕੇ ਜ਼ਿਆਦਾ ਸਿਆਣਾ ਹੋ ਜਾਂਦਾ ਐਕਸ਼ਨ ਲੈਣ ਡਰਦੀ ਹੁੰਦੀ ਸੀ ਹੁਣ ਐਕਸ਼ਨ ਲੈਣ ਲੱਗ ਗਈ ਤਾਂ ਹੁਣ ਮੈਨੂੰ ਇਹਦੀ ਫਿਕਰ ਨਹੀਂ ਮਤਲਬ ਬਹੁਤ ਵਧੀਆ ਇਹ ਐਸਟ੍ਰੋਲੋਜਰ ਹੈ ਔਰ ਬਹੁਤ ਅੱਛਾ ਦਾ ਕੰਮ ਚੱਲਦਾ ਪਟਿਆਲੇ ਨਾ ਬਹੁਤ ਦੂਰ ਦੂਰ ਕਲਾਈਂਟ ਦੇ ਤੁਸੀਂ ਐਸਟ੍ਰੋਲੋਜੀ ਦਾ ਕੰਮ ਕਰਦੇ ਇਹਦੀ ਸਟੱਡੀ ਕੀਤੀ ਹੈ ਤੁਸੀਂ ਹਾਂਜੀ ਸਟੱਡੀ ਵੀ ਕੀਤੀ ਹੈ ਕੁਝ ਖਾਨਦਾਨੀ ਹੈ ਜੋ ਦਾਦਾ ਜੀ ਸੀ ਜੋ ਛੱਡਿਆ ਸੀ ਉਹ ਤੁਸੀਂ ਪੂਰਾ ਕਰ ਹੋਰ ਵੀ ਕੋਈ ਕੰਮ ਹੈਗਾ ਜਿਹੜਾ ਤੁਸੀਂ ਛੱਡਿਆ ਹੋਵੇ ਐਸਾ ਕੋਈ ਵੀ ਨਹੀਂ ਮਤਲਬ ਸਾਰੇ ਕੰਮ ਸੋਚ ਕੇ ਜਰੂਰ ਰੱਖਾਂਗੇ ਕੁਛ ਰਹਿ ਤਾਂ ਨਹੀਂ ਗਿਆ ਸਾਡਾ ਕਰਨ ਵਾਲਾ ਮੈਂ ਵੀ ਸੋਚ ਕੇ ਹੀ ਆਵਾਂਗੀ ਫਿਰ ਨਹੀਂ ਬਹੁਤ ਵਧੀਆ ਤੇ ਤੁਸੀਂ ਮਤਲਬ ਆਪਣਾ ਪਟਿਆਲੇ ਸਪੈਸ਼ਲ ਆਪਣਾ ਹੀ ਆਫਿਸ ਖੋਲਿਆ ਹੋਇਆ ਉੱਥੇ ਕਰਦੇ ਹੋ ਸਾਰਾ ਹਾਂਜੀ ਘਰ ਵਿੱਚ ਹੀ ਆਫਿਸ ਖੋਲਿਆ ਹੋਇਆ ਜੀ ਔਰ ਜ਼ਿਆਦਾ ਕੋਲ ਤੇ ਮਤਲਬ ਜੋ ਵੀ ਦੂਰੋਂ ਨਹੀਂ ਆ ਸਕਦੇ ਦੂਰ ਦੇ ਕਲਾਇੰਟ ਹੈ ਫੋਨ ਤੇ ਅਟੈਂਡ ਕਰ ਸਕਦੇ ਤੇ ਤੁਸੀਂ ਮੰਨਦੇ ਹੋ ਵੈਸੇ ਇਹ ਚੀਜ਼ਾਂ ਐਸਟ੍ਰੋਲੋਜੀ ਵਿਗਿਆਨ ਹਾਂਜੀ ਸਾਇੰਸ ਹੈ ਜੀ ਜੋਤਿਸ਼ ਇੱਕ ਸਾਇੰਸ ਦਾ ਕੋਈ ਚਮਤਕਾਰ ਨਹੀਂ ਹੈ ਜੀ ਪਰ ਜੋ ਅਸੀਂ ਪਾਠ ਪੂਜਾ ਕਰਦੇ ਹਾਂ ਉਹ ਚਮਤਕਾਰ ਹੈ ਦੁੱਖ ਦੂਰ ਕਰਦੇ ਹਾਂ ਤੇ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਰੱਬ ਨੇ ਕੁਛ ਸੇਵਾ ਕਰਨ ਲਈ ਲਗਾਇਆ ਅੱਛਾ ਤੁਸੀਂ ਸ਼ੁਰੂ ਤੋਂ ਹੀ ਇਹ ਪੜ੍ਹਾਈ ਕਰਦੇ ਰਹੇ ਇਕੱਠਿਆਂ ਸਹੇਲੀਆਂ ਸਹੇਲੀਆਂ ਸੀ ਇਹ ਦੋਨੋਂ ਇਕੱਠੇ ਸੀ ਡੈਡੀ ਕਿਉਂਕਿ ਡੈਡੀ ਦੇ ਇੱਕ ਸਿੱਖੇ ਹੋਇਆ ਸੀ ਲੜਕਾ ਤੁਸੀਂ ਘਰ ਵਿਚ ਸਭ ਤੋਂ ਵੱਡੇ ਸੀ ਤੁਸੀਂ ਤੇ ਆਲ ਰਾਉਂਡਰ ਹੈਗੇ ਸੀ ਤਾਂ ਹੋਰ ਕੰਮ ਜਾਰਿਆਂ ਨੂੰ ਟਾਈਮ ਨਹੀਂ ਨਾ ਹੈਗਾ ਮਤਲਬ ਤੁਸੀਂ ਕਹੇ ਕਿ ਇਹਨਾਂ ਨੂੰ ਘਰੇ ਬਿਠਾਣਾ ਸਾਰੇ ਕੰਮ ਮੈਂ ਹੀ ਸਾਂਭਣੇ ਜੋਤਿਸ਼ ਸਿੱਖਣ ਲਈ ਵੀ ਸਾਨੂੰ ਪਹਿਲੇ ਕੁੰਡਲੀ ਦੇਖਣੀ ਪੈਂਦੀ ਹੈ ਵੀ ਜੋਤਿਸ਼ ਸਿੱਖ ਸਕਦਾ ਜਾਂ ਨਹੀਂ ਸਿੱਖ ਸਕਦਾ ਕੋਈ ਚੀਜ਼ ਕਿਸੇ ਅੱਛਾ ਮਤਲਬ ਇਹਨਾਂ ਦੀ ਕੁੰਡਲੀ ਚ ਅੱਛਾ ਹੁਣ ਤਾਂ ਰਿਕਾਰਡ ਟੁੱਟ ਗਿਆ ਮਤਲਬ ਮੈਂ ਸਮਝਦੀ ਸੀ ਕਿ ਸਾਰੇ ਕੰਮ ਕਰ ਸਕਦੇ ਮਤਲਬ ਕੁੰਡਲੀ ਨਹੀਂ ਹੈ ਇਹਨਾਂ ਨੂੰ ਵੇਖਣੀ ਆਉਂਦੀ ਉਹ ਨਹੀਂ ਕਰ ਰਹੇ ਅਸੀਂ ਹੁਣ ਅਸੀਂ ਨੈਕਸਟ ਟਾਈਮ ਇਹਨਾਂ ਨੂੰ ਇਸ ਚੀਜ਼ ਲਈ ਤਿਆਰ ਕਰਕੇ ਰੱਖਾਂਗੇ ਇਹ ਵੀ ਚੈਲੰਜ ਨਹੀਂ ਨਹੀਂ ਜੇ ਕੋਸ਼ਿਸ਼ ਕਰਨ ਤਾਂ ਵੀ ਕਰ ਸਕਦੇ ਨਹੀਂ ਹੁਣ ਇੱਕ ਨਵਾਂ ਚੈਲੰਜ ਇਹਨਾਂ ਦੀ ਲਾਈਫ ਤੇ ਜੁੜ ਗਿਆ ਹਨਾ ਵੀ ਐਸਟ੍ਰੋਲੋਜੀ ਦੇਖੋ ਹੁਣ ਬੇਟਾ ਤੇ ਹੈ ਨਹੀਂ ਤੁਸੀਂ ਡਿਸਕਸ ਕਰਦੇ ਬੇਟੇ ਨਾਲ ਫੋਨ ਤੇ ਵੀ ਕਰ ਲਏ ਕਿ ਨਵਾਂ ਚੈਲੰਜ ਮਿਲ ਚੁੱਕਿਆ ਹੋਇਆ ਤੇ ਕੋਸ਼ਿਸ਼ ਰਹੇਗੀ ਦੁਬਾਰਾ ਫੇਰ ਆਪਾਂ ਤੁਹਾਡੇ ਦਰਸ਼ਨ ਕਰੀਏ ਹਨਾ ਤੇ ਇਹ ਭਾਈ ਸਾਹਿਬ ਤੁਹਾਡੇ ਛੋਟੇ ਛੋਟੇ ਬ੍ਰਦਰ ਨੇ ਛੋਟੇ ਭਾਈਆਂ ਮੇਰੇ ਅੱਛਾ ਅੱਛਾ ਭੈਣ ਭਰਾ ਦਾ ਤਾਂ ਰਿਸ਼ਤਾ ਹੀ ਬੜਾ ਵੱਡਾ ਬੜਾ ਪਿਆਰਾ ਜਿਹਾ ਹੁੰਦਾ ਹੈ ਮਾਵਾਂ ਵਰਗਾ ਹਨਾ ਵੱਡੀ ਭੈਣ ਮਾਵਾਂ ਵਰਗਾ ਮਾਵਾਂ ਵਰਗੀ ਜੀ ਕੀ ਮਤਲਬ ਤੁਸੀਂ ਕੀ ਕਰਦੇ ਹੋ ਭਾਈ ਸਾਹਿਬ ਮੈਂ ਜੌਬ ਕਰਦਾ ਜੀ ਅੱਛਾ ਜੌਬ ਕਰਦੇ ਹੋ ਕਿੰਨੇ ਛੋਟੇ ਹੋ ਇਹਨਾਂ ਨੂੰ 10 ਸਾਲ 10 ਸਾਲ ਛੋਟੇ ਨੇ ਫਿਰ ਤਾਂ ਸੱਚੀ ਗੱਲ ਮਾਵਾਂ ਪੁੱਤਾਂ ਵਾਲਾ ਹੀ ਹਿਸਾਬ ਹੈ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਤੁਹਾਡਾ ਪਾਲਿਆ ਨਾ ਨਹੀਂ ਮੈਨੂੰ ਅੱਛਾ
ਠੀਕ ਹੈ, ਅਸੀਂ ਇੱਕੋ ਹੀ ਕੰਪਨੀ 'ਚ ਕੰਮ ਕਰਦੇ ਹਾਂ, ਇਹ ਕੈਮਿਸਟ ਨੇ ਸਾਡੀ ਲੈਬ 'ਚ। ਓਕੇ, ਕੈਮਿਸਟ ਨੇ। ਅਤੇ ਤੁਹਾਡੇ ਵੱਡੇ ਭਾਈ ਸਾਹਿਬ? ਵੱਡੇ ਭਾਈ ਸਾਹਿਬ ਗਏ ਹੋਏ ਅੱਜ, ਉਹ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਨੇ। ਓਕੇ, ਉਹ ਪਹਿਲਾਂ ਕੰਪਨੀ 'ਚ ਸੀ, ਹੁਣ ਉਹ ਆਪਣਾ ਕੰਮ ਕਰਨ ਲੱਗ ਗਏ। ਠੀਕ ਹੈ। ਅੱਛਾ, ਇੱਕ ਗੱਲ ਹੋਰ ਕਿ ਜਿਸ ਤਰ੍ਹਾਂ ਅਸੀਂ ਭਾਵੇਂ ਆਪਣੇ ਪਰਿਵਾਰ ਵਿੱਚ ਹੀ ਰਹਿੰਦੇ ਹੁੰਦੇ ਹਾਂ, ਹੈ ਨਾ, ਹੱਸਦੇ ਹਾਂ, ਖੇਡਦੇ ਹਾਂ, ਗੱਲਬਾਤ ਕਰਦੇ ਹਾਂ, ਪਰ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦੇ ਪਲ, ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਕਦੇ ਕਹਿ ਨਹੀਂ ਪਾਉਂਦੇ, ਲੇਕਿਨ ਕਹਿਣਾ ਚਾਹੁੰਦੇ ਹਾਂ। ਜੇ ਤੁਸੀਂ ਅੱਜ ਆਪਣੇ ਪਰਿਵਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਦਿਓ। ਮੇਰਾ ਪਰਿਵਾਰ ਸਪੋਰਟਿਵ ਹੈ, ਜਦੋਂ ਮਤਲਬ ਕਿ ਮੈਨੂੰ ਕਿਤੇ ਵੀ ਪ੍ਰੋਬਲਮ ਹੁੰਦੀ ਹੈ, ਫਟਾਫਟ ਮੈਂ ਕਹਿੰਦੀ ਇੱਕ ਮਿੰਟ 'ਚ ਆ ਜਾਓ ਥੱਲੇ, ਭੱਜ ਭੱਜ ਕੇ ਆ ਜਾਂਦੇ ਨੇ ਮੇਰੇ ਕੋਲ, ਮੈਂ ਸਾਰੀ ਗੱਲ ਕਹਿ ਦਿੰਦੀ ਹੈ, ਫਿਰ ਕਹਿੰਦੇ ਕੋਈ ਗੱਲ ਨਹੀਂ ਦੀਦੀ ਅਸੀਂ ਹੈਗੇ, ਮਤਲਬ ਕੋਈ ਗੱਲ ਨਹੀਂ ਹੈਗੀ, ਸਾਰਾ ਕੁਝ ਕਲੀਅਰ ਹੈ। ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਹੀ ਚੰਗਾ ਲੱਗਿਆ ਤੁਹਾਡੇ ਸਾਰਿਆਂ ਨਾਲ ਮਿਲ ਕੇ, ਔਰ ਇੰਨਾ ਪਰਿਵਾਰ ਦਾ ਪਿਆਰ ਦੇ ਕੇ, ਇਸ ਤਰ੍ਹਾਂ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਨਾ ਇੰਨਾ ਹੀ ਪਿਆਰ ਬਣਿਆ ਰਹੇ, ਅਤੇ ਤੁਸੀਂ ਇਹਨਾਂ ਦਾ ਸਤਿਕਾਰ ਕਰਦੇ ਰਹੋ, ਅਤੇ ਤੁਸੀਂ ਮਾਵਾਂ ਵਾਂਗੂ ਇਹਨਾਂ ਨੂੰ ਪਿਆਰ ਦਿੰਦੇ ਰਹੋ, ਅਤੇ ਤੁਹਾਡੇ ਮੰਮੀ ਪਾਪਾ ਨੂੰ ਵੀ ਅਸੀਂ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਕਹਿਣਾ। ਰਿਜੂ ਮੈਮ ਦੇ ਪਰਿਵਾਰ ਨਾਲ ਤਾਂ ਅਸੀਂ ਬਹੁਤ ਸੋਹਣੀ ਤਰ੍ਹਾਂ ਮਿਲ ਲਿਆ, ਪਰ ਇਹਨਾਂ ਦਾ ਇੱਕ ਹੋਰ ਪਰਿਵਾਰ ਹੈ, ਪਰਿਵਰਤਨ ਸੁਸਾਇਟੀ। ਪਰਿਵਰਤਨ ਸੁਸਾਇਟੀ ਦਾ ਪਰਿਵਾਰ ਜੋ ਹੈ ਉਹ ਵੀ ਬੜਾ ਪਿਆਰਾ, ਉਹਨਾਂ ਦੇ ਕੰਮ ਬੜੇ ਪਿਆਰੇ ਨੇ, ਅਤੇ ਉਹਨਾਂ ਨਾਲ ਗੱਲ ਕਰਨੀ ਤਾਂ ਬਣਦੀ ਹੈ, ਕਿਵੇਂ ਭੁੱਲ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ। ਆਪ ਜੀ ਪਰਿਵਰਤਨ ਸੁਸਾਇਟੀ ਦੇ ਪ੍ਰੈਜ਼ੀਡੈਂਟ, ਨਾਮ ਕੀ ਤੁਹਾਡਾ? ਮੇਰਾ ਗੁਰਦਰਸ਼ਨ ਸਿੰਘ ਨਾਮ ਹੈ। ਡਿੰਪੀ ਜੀ ਕਹਿੰਦੇ ਸੀ, ਅਸੀਂ ਡਿੰਪੀ ਜੀ ਕਹਿੰਦੇ ਹਾਂ, ਗੁਰਦਰਸ਼ਨ ਸਿੰਘ ਡਿੰਪੀ ਜੀ। ਅਤੇ ਭਾਈ ਸਾਹਿਬ, ਇਹ ਪਰਿਵਰਤਨ ਸੁਸਾਇਟੀ ਬਾਰੇ, ਇੱਕ ਤਾਂ ਨਾਮ ਬੜਾ ਸੋਹਣਾ, ਵੈਸੇ ਤਾਂ ਪਤਾ ਹੀ ਲੱਗ ਜਾਂਦਾ ਪਰਿਵਰਤਨ ਮਤਲਬ ਵੀ ਬਦਲ ਜਾਣਾ, ਬਦਲ ਦੇਣਾ ਚੀਜ਼ ਨੂੰ, ਤੇ ਕੀ ਕਰ ਕੀ ਰਹੇ ਸੋਸਾਇਟੀ ਦਾ ਮੋਟਿਵ ਕੀ ਹੈਗਾ, ਕੀ ਗੋਲਸ ਨੇ ਤੁਹਾਡੇ? ਇਹ ਸੋਸਾਇਟੀ ਅਸੀਂ 2007 ਤੋਂ ਸਟਾਰਟਿੰਗ ਹੋਈ ਸੀਗੀ ਜੀ। ਇਹਦਾ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਰਜਿਸਟਰ ਧੂਰੀ ਨਾਂ ਸੀਗਾ, ਵੀ ਮਾਲਵਾ ਦੇ ਨਾਲ ਖਿੱਤੇ ਦੇ ਅਸੀਂ, ਹੈ ਨਾ, ਫਰੈਂਡਜ਼ ਸਾਰੇ ਇਕੱਠੇ ਹੋ ਕੇ ਕੰਮ ਸ਼ੁਰੂ ਕੀਤੇ ਸੀਗੇ ਜੀ। ਅਤੇ ਹੌਲੀ ਹੌਲੀ ਪਰਿਵਰਤਨ ਸ਼ੋਰਟ ਨੇਮ ਕਰਤਾ, ਕਿਉਂਕਿ ਪਰਿਵਰਤਨ ਕਰ ਰਹੇ ਹਾਂ, ਇੱਕ ਸੋਚ ਦਾ ਨਾਂ ਪਰਿਵਰਤਨ ਆ ਸੰਸਥਾ, ਅਤੇ ਉਹਦੇ ਆਧਾਰ 'ਤੇ ਅਸੀਂ ਕੰਮ ਕਰਨੇ ਸ਼ੁਰੂ ਕੀਤੇ ਹੈ। ਅਤੇ ਕੰਮ ਹੈਗਾ ਬਹੁਤ ਪ੍ਰੋਜੈਕਟ ਨੇ ਸਾਡਾ, ਜਿਵੇਂ ਖੂਨਦਾਨ ਕੈਂਪ ਦਾ ਹੈ, ਅਤੇ ਸੰਸਥਾ ਉਦੋਂ ਤੋਂ ਖੂਨਦਾਨ ਕੈਂਪ ਲਾ ਰਹੀ ਆ, ਅਤੇ ਹਰੇਕ ਸਾਲ ਘੱਟੋ ਘੱਟ 2 ਤੋਂ ਲੈ ਕੇ ਕਈ ਵਾਰੀ 4,000 ਤੱਕ ਯੂਨਿਟ ਖੂਨਦਾਨ ਵੱਖ ਵੱਖ ਹਸਪਤਾਲ ਨੇ ਜਿੱਥੇ ਵੀ ਰਿਕੁਆਇਰਮੈਂਟ ਆ ਉੱਥੇ ਦਿੰਦੀ ਆ, TMC, CMC ਜਾਂ PGI ਨਾਲ ਜਾਂ ਸੰਗਰੂਰ, ਬਰਨਾਲਾ, ਮਤਲਬ ਸਾਰੇ ਕਿਤੇ। ਅਤੇ ਹੁਣ ਤੱਕ ਸੰਸਥਾ ਨੂੰ 9 ਸਟੇਟ ਅਵਾਰਡ ਮਿਲ ਚੁੱਕੇ ਆ, ਇਹ ਬਹੁਤ ਵੱਡੀ ਗੱਲ ਆ ਲਗਾਤਾਰ, ਕਿਉਂਕਿ ਸੰਸਥਾ ਦਾ ਹਰੇਕ ਮੈਂਬਰ ਪੂਰਾ ਸਮਰਪਿਤ ਹੋ ਕੇ ਕੰਮ ਕਰ ਰਿਹਾ ਜੀ ਸਾਰੇ। ਬਹੁਤ ਵਧੀਆ। ਇਹਦੇ ਨਾਲ ਨਾਲ ਕੋਈ ਹੋਰ ਵੀ ਕੰਮ ਕਰ ਰਹੇ ਹੋ? ਹਾਂਜੀ, ਸੰਸਥਾ ਵਿੱਚ ਸੰਸਥਾ ਦੇ ਅਸੀਂ ਕਾਫੀ ਕੰਮ ਕਰ ਰਹੇ ਹਾਂ, ਜਿਵੇਂ ਤਾਂ ਗਰੀਬ ਨਾ ਪੂਰ ਬੱਚਿਆਂ ਨੂੰ ਪੜ੍ਹਾਉਣਾ ਹੋ ਗਿਆ, ਅਤੇ ਉਹਨਾਂ ਦਾ ਇਲਾਜ ਕਰਨਾ ਹੋ ਗਿਆ, ਅਤੇ ਧੂਰੀ ਸ਼ਹਿਰ ਦੇ ਵਿੱਚ ਅਤੇ ਇਹਦੇ ਆਲੇ ਦੁਆਲੇ ਪੇੜ ਪੌਦੇ ਲਗਾਉਣਾ ਤਾਂ ਕਿ ਗ੍ਰੀਨ ਧੂਰੀ ਰਹੇ। ਮੇਰਾ ਧੂਰੀ ਸਭ ਤੋਂ ਸੋਹਣਾ ਇਹ ਪ੍ਰੋਜੈਕਟ ਸੀ, ਕਾਫੀ ਟਾਈਮ ਦਾ ਲਿਆ ਹੋਇਆ ਉਹ, ਅਤੇ ਧੂਰੀ ਦੇ ਵੱਖ ਵੱਖ ਰੋਡਾਂ ਦੇ ਜਿਵੇਂ ਤੋਤਾਪੁਰੀ ਰੋਡ ਆ ਉਹ ਵੱਜਦਾ, ਸਾਰੇ ਰੋਡ 'ਤੇ ਬੂਟੇ ਲਗਾਏ ਨੇ, ਅਤੇ ਬਾਜ਼ਾਰ ਦੇ ਵਿੱਚ ਵੀ ਇਸ ਤਰ੍ਹਾਂ ਬੂਟੇ ਲਾਏ ਨੇ। ਅਤੇ ਇਸ ਤੋਂ ਇਲਾਵਾ ਹੈਗਾ ਐਜੂਕੇਸ਼ਨ ਦਾ ਹੋ ਗਿਆ, ਇਹਦਾ ਹੋ ਗਿਆ ਇੱਕ 12 ਜਨਵਰੀ ਧੀ ਦਿਵਸ ਅਸੀਂ ਉਹ ਇੰਟਰਨੈਸ਼ਨਲ ਪੱਧਰ 'ਤੇ ਸੰਸਥਾ ਪੂਰੀ ਤਰ੍ਹਾਂ ਮਨਾ ਰਹੀ ਹੈ ਜੀ। ਉਹ 2013 ਤੋਂ ਸ਼ੁਰੂ ਕੀਤਾ, ਅਤੇ ਲਗਾਤਾਰ ਉਹ ਸਾਰੇ ਵਰਲਡ ਲੈਵਲ 'ਤੇ ਮਨਾਇਆ ਜਾ ਰਿਹਾ ਸੀ। ਇਹ ਵੀ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਵੈਸੇ। ਅਤੇ ਵੈਸੇ ਭਾਈ ਸਾਹਿਬ, ਤੁਸੀਂ ਸੰਸਥਾ ਦੇ ਨਾਲ ਨਾਲ ਆਪਣਾ ਵੀ ਕੁਛ ਕੰਮ ਕਰਦੇ ਹੋਵੋਗੇ, ਤੁਸੀਂ ਕੀ ਪਰਸਨਲ ਲਾਈਫ 'ਚ ਤੁਸੀਂ ਕੀ ਕਰ ਰਹੇ ਹੋ?
ਮੈਂ ਜੀ ਹੈਲਥ ਡਿਪਾਰਟਮੈਂਟ 'ਚ ਜੋਬ ਕਰਦਾ, ਇੰਪਲਾਈ ਹਾਂ ਜੀ। ਸਾਡੇ ਸਾਰੇ ਮੈਂਬਰ ਕਿਤੇ ਨਾ ਕਿਤੇ ਕੰਮ ਕਰਦੇ ਆ ਆਪਦੇ ਵੀ ਲੈਬ 'ਚ, ਬਹੁਤ ਵਧੀਆ ਢੰਗ ਨਾਲ ਕੰਮ ਕਰਦੇ ਆ, ਅਤੇ ਬਾਕੀ ਟਾਈਮ ਅਸੀਂ ਸੰਸਥਾ 'ਚ ਪਰਿਵਾਰ ਵਾਂਗੂ ਕੰਮ ਕਰਦੇ। ਬਹੁਤ ਵਧੀਆ, ਮਤਲਬ ਕਿਤੇ ਨਾ ਕਿਤੇ ਇਹ ਹੈ ਕਿ ਜੋ ਸਮਾਂ ਆਪਾਂ ਖਾਲੀ ਹੈਗਾ ਉਹ ਲੋੜਵੰਦਾਂ ਦੇ ਲੇਖੇ ਲਾਇਆ ਹੋਇਆ, ਅਤੇ ਬਹੁਤ ਸੋਹਣੀ ਗੱਲ ਹੈ। ਤੁਸੀਂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਕੀ ਭਾਈ? ਮੇਰਾ ਨਾਮ ਜਸਵਿੰਦਰ ਹੈ ਜੀ, ਅਤੇ ਆਪ ਜੀ? ਪਰਿਵਰਤਨ ਨਾਲ ਜੁੜਿਆ ਹੋਇਆ ਤੇ ਮੈਂ ਨਾਲ ਐਜੂਕੇਸ਼ਨ ਡਿਪਾਰਟਮੈਂਟ ਚ ਜੌਬ ਕਰਦਾ ਪਿਆ। ਓਕੇ, ਪਰਸਨਲ ਮਤਲਬ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਜੌਬ ਕਰ ਰਹੇ ਹੋ, ਉਹਦੇ ਨਾਲ ਨਾਲ ਸੰਸਥਾ ਵੀ ਚਲਾ ਰਹੇ? ਜੀ ਜੀ, ਸੰਸਥਾ ਦੇ ਵਿੱਚ ਵੀ ਜਿੰਨਾ ਹੁੰਦਾ ਯੋਗਦਾਨ ਪਾਈ ਜਾਂਦਾ। ਕਿਸ ਤਰ੍ਹਾਂ ਯੋਗਦਾਨ ਪਾ ਰਹੇ ਹੋ, ਕਰ ਕੀ ਰਹੇ ਹੋ ਤੁਸੀਂ? ਮਤਲਬ ਜਿਵੇਂ ਕਿ ਅਸੀਂ ਡਿੰਪੀ ਨੇ, ਪ੍ਰਧਾਨ ਜੀ ਨੇ ਦੱਸਿਆ ਹੈਗਾ, ਸੰਸਥਾ ਦੁਆਰਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਉਹ ਲਗਾਏ ਜਾਂਦੇ ਨੇ, ਜਿਹਦੇ ਵਿੱਚ ਕੋਈ ਵੀ ਵਿਅਕਤੀ ਆ, ਹੈ ਨਾ, ਸਾਨੂੰ ਐਂ ਹੁੰਦਾ ਸੋਚ ਹੈਗੀ ਆ ਵੀ ਉਹ ਖੂਨ ਦੀ ਕਮੀ ਨਾਲ ਨਾ ਉਹਦੀ ਜਾਨ ਜਾਵੇ, ਹੈ ਨਾ। ਅਸੀਂ ਉਹਦੇ ਲਈ ਕੈਂਪ ਲਗਾਉਂਦੇ ਹਾਂ ਜਾਂ ਆਪਣੇ ਡੋਨਰਸ ਭੇਜਦੇ ਹਾਂ ਜਿਵੇਂ ਜਿਵੇਂ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਆ। ਉਸ ਤੋਂ ਇਲਾਵਾ ਜਿਹੜਾ ਸੰਸਥਾ ਨੇ ਸ਼ੁਰੂ ਕੀਤਾ ਜੀ ਕੌਮਾਂਤਰੀ ਧੀ ਦਿਵਸ 12 ਜਨਵਰੀ ਨੂੰ ਮਨਾਉਣਾ, 2013 ਤੋਂ ਮਨਾਇਆ ਜਾ ਰਿਹਾ। ਇਹ ਬਹੁਤ ਵੱਡਾ ਉਪਰਾਲਾ ਸੀ ਜਿਹੜਾ ਸੰਸਥਾ ਦੁਆਰਾ ਸ਼ੁਰੂ ਕੀਤਾ ਗਿਆ। ਅਜੇ ਦਿਨ ਜਿਹੜਾ ਹੈਗਾ ਬਾਕੀ ਵੱਖ ਵੱਖ ਸ਼ਹਿਰਾਂ ਅਤੇ ਹੋਰ ਸਟੇਟਸ ਦੇ ਵਿੱਚ ਵੀ ਮਨਾਇਆ ਜਾ ਰਿਹਾ, ਹੈ ਨਾ। ਇਸ ਤੋਂ ਇਲਾਵਾ ਹੋਰ ਕਈ ਕੰਮ ਨੇ ਜਿਵੇਂ ਕਿ ਮੈਡੀਕਲ ਚੈੱਕਅਪ ਕੈਂਪ ਹੋ ਗਏ, ਕਈ ਜਿਹੜੇ ਲੋੜਵੰਦ ਨੇ ਵਿਅਕਤੀ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ, ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਹੈਲਪ ਕੀਤੀ ਜਾ ਰਹੀ ਹੈਗੀ ਆ, ਇਹ ਚੀਜ਼ਾਂ ਹੋ ਗਈਆਂ। ਜਾਂ ਨਸ਼ੇ ਭਰੂਣ ਹੱਤਿਆ ਅਤੇ ਨਾਟਕ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ। ਵਾਤਾਵਰਨ ਦੇ ਲਈ ਅਸੀਂ ਬੂਟੇ ਲਗਾਉਂਦੇ ਹਾਂ, ਉਹਨਾਂ ਦੀ ਸੰਭਾਲ ਵੀ ਕਰਦੇ ਹਾਂ। ਉਰੇ ਇੱਕ ਰੋਡ ਆ ਸੀ ਜਿਹੜਾ APU ਸੋਲਵੈਕਸ ਨੂੰ ਜਾਂਦਾ ਹੈਗਾ ਰੋਡ, ਤੋਤਾਪੁਰੀ ਰੋਡ ਕਹਿੰਦੇ ਆ ਉਹਨੂੰ, ਵੈਸੇ ਉਹਦਾ ਨਾਮ ਅਸੀਂ ਬਦਲ ਕੇ ਹੁਣ ਪਰਿਵਰਤਨ ਰੋਡ ਰੱਖਤਾ, ਕਿਉਂਕਿ ਉੱਥੇ ਬੂਟੇ ਅਸੀਂ 150 ਦੇ ਕਰੀਬ ਲਾਏ ਨੇ, ਔਰ ਉਹ ਬਹੁਤ ਵਧੀਆ ਉਹਨਾਂ ਦੀ ਗਰੋਥ ਆ। ਅੱਜ ਜਿਹੜੇ ਪੂਰਾ ਸ਼ਾਨਦਾਰ ਜਿਹੜਾ ਹੈਗਾ ਰੋਡ ਬਣ ਚੁੱਕੇ, ਸੋਹਣਾ ਲੱਗਦਾ। ਇੱਕ ਵਾਰ ਮੈਂ ਬਿਮਾਰ ਸੀਗੀ, ਮੈਨੂੰ ਆਫਿਸ ਚੋਂ ਘਰ ਛੱਡਣ ਆ ਰਹੇ ਸੀ, ਮੈਂ ਹਾਏ ਹਾਏ ਕਰ ਰਹੀ ਸੀ, ਬਹੁਤ ਹੀ ਤਬੀਅਤ ਖਰਾਬ ਸੀ, ਔਰ ਮੈਂ ਆਪਣੇ ਰੋਡ ਨੂੰ ਕੋਈ ਲੰਘ ਰਹੀ ਸੀ, ਆਪਣੇ ਬੂਟੇ ਨੂੰ ਦੇਖ ਕੇ ਅਸੀਂ ਖੁਸ਼ ਹੋਏ ਸੀ, ਅਡੋਪਟ ਕੀਤੇ ਹੋਏ ਨੇ ਬੂਟੇ, ਨਾਮ ਲਿਖੇ ਵੀ ਮੇਰਾ ਆਹ ਬੂਟਾ, ਅਸੀਂ ਅਡੋਪਟ ਕੀਤੇ ਸੀ, ਸਾਰਿਆਂ ਨੇ ਪੈਸੇ ਪਾਉਂਦੇ ਜਦੋਂ ਬੂਟੇ ਖਰੀਦੇ, ਤਾਂ ਮੈਨੂੰ ਉਹ ਠੀਕ ਹੋ ਗਈ ਆਪਣੇ ਬੂਟਿਆਂ ਨੂੰ ਦੇਖ ਕੇ, ਮੈਂ ਖੁਸ਼ ਹੋ ਗਈ, ਇੱਕਦਮ ਆਪਣਾ ਦੁੱਖ ਭੁੱਲ ਗਈ, ਮੈਂ ਸਾਡੇ ਪੂਰੇ ਦਿਲੋਂ ਤਨ ਮਨ ਨਾਲ ਅਸੀਂ ਜੁੜੇ ਹੋਏ ਉੱਥੇ। ਬਹੁਤ ਵਧੀਆ ਗੱਲ ਹੈ। ਔਰ ਕਿਸ ਤਰ੍ਹਾਂ ਤੁਸੀਂ ਆਪਸ 'ਚ ਸਾਰੇ ਕਿਵੇਂ ਕੰਮ ਕਰਦੇ ਹੋ, ਕਿੰਨੇ ਮੈਂਬਰ ਹੋ? ਠੀਕ ਹੈ, ਮੈਂਬਰ ਨੇ ਜਿਹੜੇ ਸਾਡੇ ਐਕਟਿਵ ਮੈਂਬਰ ਉਹ ਹੈਗੇ ਨੇ 50 ਦੇ ਕਰੀਬ ਹੈਗੇ ਨੇ ਮੈਂਬਰ। ਉਹਦੇ ਵਿੱਚ ਜੇ ਗੱਲ ਕਰੀਏ ਆਪਾਂ ਰਿਜੂ ਸ਼ਰਮਾ ਜੀ ਦਾ ਯੋਗਦਾਨ ਉਹ ਬਹੁਤ ਜ਼ਿਆਦਾ ਰਿਹਾ ਜੀ, ਕਾਬਲੇ ਤਾਰੀਫ਼। ਜਿਹੜੇ ਰਿਜੂ ਸ਼ਰਮਾ ਜੀ ਨੇ, ਜਿਵੇਂ ਇਹਨਾਂ ਨੇ ਜਿਹੜੇ ਡੋਟਰਸ ਡੇ ਨੇ ਧੀਆਂ ਦਾ ਜਿਹੜਾ ਆਪਾਂ ਦਿਨ ਮਨਾਉਂਦੇ ਹਾਂ 12 ਜਨਵਰੀ ਨੂੰ, ਉਹਦੇ 'ਚ ਬਹੁਤ ਇਹਨਾਂ ਦਾ ਅਹਿਮ ਯੋਗਦਾਨ ਰਹਿੰਦਾ। ਜਿਵੇਂ ਬੱਚਿਆਂ ਦੀ ਅਸੀਂ ਸਿਲੈਕਸ਼ਨ ਕਰਦੇ ਹਾਂ, ਉਹਦੇ ਉਹ ਦਿਨ ਡੋਟਰ ਆਫ ਪੰਜਾਬ ਇੱਕ ਅਵਾਰਡ ਅਸੀਂ ਨੇ ਸ਼ੁਰੂ ਕੀਤਾ ਹੋਇਆ, ਉਹ ਲੜਕੀਆਂ ਨੂੰ ਦਿੰਦੇ ਹਾਂ, ਉਹਦੀ ਜਿਵੇਂ ਸਿਲੈਕਸ਼ਨ ਕਰਨੀ ਆ ਜਾਂ ਉਹਨਾਂ ਨੂੰ ਸਾਰਾ ਉਹਦਾ ਨੇਜ ਕਰਨਾ ਉਹ ਮੈਡਮ ਦੇਖਦੇ ਆ ਜੀ, ਹੈ ਨਾ। ਉਸ ਤੋਂ ਇਲਾਵਾ ਜਿੱਦਾਂ ਕਿ ਇੱਕ ਸੈਲਫ ਡਿਫੈਂਸ ਪ੍ਰੋਗਰਾਮ ਚੱਲਦਾ ਹੁੰਦਾ, ਉਹ ਮੈਡਮ ਉਹਨੂੰ ਵੀ ਦੇਖਦੇ ਨੇ। ਉਹ ਸ਼ੁਰੂ ਜਦੋਂ ਅਸੀਂ ਕੀਤਾ ਸੀਗਾ ਵੀ ਬੱਚਿਆਂ ਨੂੰ ਜਿਵੇਂ ਕਿ ਜ਼ਰੂਰਤ ਸੀ ਅੱਜ ਕੱਲ੍ਹ ਲੜਕੀਆਂ ਵੀ ਕੋਈ ਕਰਾਟਿਆਂ ਦੀ ਟ੍ਰੇਨਿੰਗ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਸੈਲਫ ਡਿਫੈਂਸ ਖੁਦ ਕਰ ਸਕਣ। ਹਾਂ, ਉਹ ਵੀ ਦੇਖਦੇ ਹਾਂ। ਉਸ ਤੋਂ ਇਲਾਵਾ ਥੋੜ੍ਹਾ ਇੱਕ ਅਸੀਂ ਕਲਚਰਲ ਪ੍ਰੋਗਰਾਮ ਹੁੰਦਾ ਜਿਵੇਂ ਕਿ ਤੀਆਂ, ਜਿਹੜਾ ਆਪਣਾ ਇੱਕ ਉਹ ਅਸੀਂ ਸੰਸਥਾ ਵੱਲੋਂ ਸ਼ੁਰੂ ਕੀਤਾ, ਉਹ ਉਹਦੇ ਵਿੱਚ ਮੇਨ ਯੋਗਦਾਨ ਜਿਵੇਂ ਮੈਡਮ ਨੇ ਸ਼ੁਰੂ ਕੀਤਾ ਇਹ ਵੀ ਕਾਫੀ ਉਹਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ। ਸ਼ੁਰੂਆਤੇ ਹੁੰਦੇ ਸੀ ਆਪਣਾ ਖੁੱਲ ਕੇ ਅੱਗੇ ਨਹੀਂ ਆ ਰਹੇ ਸੀ, ਅਸੀਂ ਉਹਦਾ ਥੀਮ ਰੱਖਤਾ ਵੀ ਸਾਰੇ ਘੱਗਰਾ ਚੋਲੀ ਪਾ ਕੇ ਆਉਣੇ ਆ। ਔਰ ਮੈਨੇ ਜਦੋਂ ਉੱਥੇ ਲੈਤੀ ਸੀ ਨਾ ਪਰਮਿਸ਼ਨ ਲੈਤੀ ਸੀ, ਅਸੀਂ ਕਿਹਾ ਸਰ 2000 ਕੱਟੋ, ਸਾਨੂੰ ਅਸੀਂ ਸੰਗਰੂਰ ਵਾਲੀ ਕੋਠੀ ਸਾਡੀ ਬਹੁਤ ਸਪੇਸ ਹੈ ਵੀ ਉੱਥੇ ਕਰਨੀ ਹੈ। ਉਹ ਮੈਨੂੰ ਕਹੀ ਜਾਣ ਨਹੀਂ ਜੀ ਤੁਸੀਂ ਖਾਲਸਾ ਸਕੂਲ 'ਚ ਕਰ ਲਓ ਵੀ ਤੁਹਾਡਾ ਨਾ ਨਹੀਂ ਕੱਟ ਹੋਣੇ ਮੈਡਮ, ਮੈਂ ਸਰ 2000 ਕਹੀ ਜਾਂ 2000 ਹੀ ਹੋਊਗਾ।
ਉਹ ਉਸ ਦਿਨ ਦਾ ਮੈਨੂੰ ਸਾਰਿਆਂ ਨੇ ਇਹੋ ਕਰਿਆ ਜੀ, ਮਤਲਬ ਕਿ ਸਾਰਿਆਂ ਨੂੰ ਜਿੰਨੇ ਮੈਂਬਰਾਂ ਨੂੰ ਵੀ ਤੁਸੀਂ ਕਹੀ ਇਹ ਕਰਤਾ, ਸਾਰੇ ਲੋਕ ਅੱਜ ਘੱਗਰਾ ਚੋਲੇ 'ਚ ਹੀ ਸਾਡੇ ਨਜ਼ਰ ਆ ਰਹੇ ਸੀ ਪੂਰੇ ਧੂਈ, ਔਰ ਇੰਨਾ ਇਕੱਠ ਹੋ ਗਿਆ। ਦੂਜੇ ਦਿਨ ਐਸ ਐਚ ਓ ਨੇ ਮੈਨੂੰ ਫੋਨ ਕਰਕੇ ਕਿਹਾ, ਮੈਡਮ ਕਮਾਲ ਕਰਤੀ, 7000 ਸੰਭਾਲੇ ਨੂੰ ਜਾ ਰਹੇ ਸੀ ਇਕੱਠ, ਤੁਸੀਂ 2000 ਕੇ 2000 ਤੋਂ ਵੱਧ ਹੋ ਗਿਆ ਸੀ। ਸ਼ੁਰੂਆਤ ਕੀਤਾ, ਇਹਨਾਂ ਦਾ ਕਾਫੀ ਯੋਗਦਾਨ ਰਿਹਾ ਹਨਾ, ਹੋਰ ਇਹਨਾਂ ਦੇ ਨਾਲ ਲੇਡੀਜ਼ ਵਿੰਗ ਨੇ ਜਿਹੜੇ ਉਹਨਾਂ ਦਾ ਸਾਥ ਰਿਹਾ, ਤੇ ਉਹ ਵਧੀਆ ਹੁਣ ਤਰੀਕੇ ਨਾਲ ਮਨਾਇਆ ਜਾ ਰਿਹਾ ਕਾਫੀ ਸਾਲਾਂ ਤੋਂ ਲਗਾਤਾਰ। ਰੂੜੀਵਾਦੀ ਸੋਚਾਂ ਕੀ ਨੇ, ਕੀ ਸਾਡੇ ਰੀਤੀ ਰਿਵਾਜ ਸੀ, ਹਨਾ, ਤੇ ਇਹ ਵੀ ਬੜੀ ਵੱਡੀ ਗੱਲ ਹੈ ਕਿ ਆਪਣੇ ਜੜਾਂ ਨਾਲ ਜੋੜ ਕੇ ਰੱਖਣਾ ਆਪਣੇ ਯੂਥ ਨੂੰ। ਬਹੁਤ ਸੋਹਣਾ ਤੁਸੀਂ ਉਪਰਾਲਾ ਕੀਤਾ। ਹੁਣ ਲੋੜਵੰਦ ਤੇ ਦੇਸ਼ ਦੇ ਕਿਸੇ ਵੀ ਕੋਨੇ 'ਚ ਵੀ ਵੇਖ ਲਓ, ਤੁਹਾਨੂੰ ਹਰ ਪਾਸੇ ਮਿਲ ਜਾਏਗਾ। ਜੇ ਤੁਹਾਡੇ ਕੋਲ ਕੋਈ ਬਾਹਰ ਦਾ, ਧੂਰੀ ਤੋਂ ਬਾਹਰ ਦਾ ਵੀ ਆ ਜਾਏ, ਤਾਂ ਉਹਦੀ ਵੀ ਤੁਸੀਂ ਹੈਲਪ ਕਰਦੇ ਹੋ ਜੀ? ਹਾਂਜੀ ਹਾਂ, ਮੋਸਟਲੀ ਆਏ ਨੇ ਬੱਚੇ ਸਾਡੇ ਕੋਲ, ਕੋਈ ਬੱਚਾ ਸੀ ਜਿਵੇਂ ਉਹਨੂੰ ਪੜ੍ਹਾਈ ਦੇ ਵਿੱਚ ਕਾਫੀ ਜ਼ਿਆਦਾ ਜ਼ਰੂਰਤ ਸੀ। ਬਹੁਤ ਸੋਹਣੇ ਕੰਮ ਕਰ ਰਹੇ ਹੋ ਤੁਸੀਂ ਸਾਰੇ। ਆਪਣਾ ਸਮਾਂ, ਆਪਣਾ ਟਾਈਮ ਦੇਣਾ ਕਿਸੇ ਨੂੰ ਬਹੁਤ ਔਖਾ ਹੈ, ਆਪਣਾ ਪੈਸਾ ਦੇਣਾ ਬਹੁਤ ਔਖਾ ਹੈ, ਐਸਾ ਦਾਨ ਕਰਨਾ ਬਹੁਤ ਔਖਾ ਹੈ, ਔਰ ਸਭ ਤੋਂ ਵੱਡਾ ਦਾਨ ਤਾਂ ਉਹ ਕਿ ਆਪਣੇ ਜ਼ਿੰਦਗੀ ਦਾ, ਆਪਣੇ ਨਸਾਂ ਵਿੱਚ ਜੋ ਵਗ ਰਿਹਾ ਸਾਡਾ ਖੂਨ, ਉਹਦਾ ਦਾਨ। ਸਾਡੇ ਵਿੱਚ ਉਹ ਵੀ ਪਰਸਨ ਬੈਠੇ ਹੋਏ ਨੇ ਜਿਨ੍ਹਾਂ ਨੇ ਪਤਾ ਨਹੀਂ 126 ਵਾਰ ਆਪਣੇ ਖੂਨ ਦਾ ਦਾਨ ਕੀਤਾ ਇਸ ਸੁਸਾਇਟੀ ਦੇ ਅੰਦਰ। ਬਹੁਤ ਔਖਾ ਹੈ ਸਭ ਕਰਨਾ, ਔਰ ਮੈਂ ਤੁਹਾਨੂੰ ਹੁਣੇ ਉਹਨਾਂ ਨਾਲ ਮਿਲਵਾਉਣ ਜਾ ਰਹੀ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਮ ਤੁਹਾਡਾ? ਸੁੰਦਰਲਾਲ ਸ਼ਰਮਾ। ਤੁਸੀਂ ਵੀ ਪਰਿਵਰਤਨ ਦੇ ਹਿੱਸਾ ਹੈ? ਹਾਂਜੀ, ਮੈਂ ਇਹਨਾਂ ਦੇ ਨਾਲ 2013 ਜੁੜਿਆ ਜੀ। ਅੱਛਾ। ਹਾਂਜੀ, 13 'ਚ ਮੈਂ ਰਿਟਾਇਰ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨਾਲ ਮੈਂ ਜੁੜ ਗਿਆ ਜੀ ਅੰਮ੍ਰਿਤਸਰ, ਅਤੇ ਇਹਨਾਂ ਨੇ ਮੈਨੂੰ ਭਰਤੀ ਕਰ ਲਿਆ ਜੀ। ਜੀ, ਯਾਨੀ ਕਿ ਇਹ ਸਾਰੇ ਜੰਗਮੈਨ ਨੇ, ਇਹਨਾਂ 'ਚ ਛੋਟਾ ਬੱਚਾ ਮੈਂ ਹੀ ਹਾਂ ਜੀ। ਲੱਗ ਹੀ ਰਿਹਾ, ਮੈਂ ਦੇਖ ਰਹੀ ਸੀ ਕਿ ਅੰਕਲ ਨੇ ਜਦੋਂ ਰਿਟਾਇਰ ਦੀ ਗੱਲ ਕਹੀ ਨਾ, ਤਾਂ ਮੈਨੂੰ ਲੱਗ ਗਿਆ ਵੀ ਸਭ ਤੋਂ ਜ਼ਿਆਦਾ ਸਿਆਣੇ ਔਰ ਸਭ ਤੋਂ ਸਮਝਦਾਰ ਪਰਸਨ ਮੈਨੂੰ ਮਿਲ ਗਏ ਨੇ। ਤੇ ਔਰ 126 ਵਾਰ ਖੂਨ ਦਾਨ ਇਸ ਏਜ ਵਿੱਚ ਆ ਕੇ ਬਹੁਤ ਔਖਾ ਜਿਹਾ ਕੰਮ ਹੈਗਾ। ਪਤਾ ਕੀ ਚੀਜ਼ ਹੈ, ਉਹ ਮੇਰੀ 70 ਸਾਲ ਦੀ ਉਮਰ ਹੋ ਗਈ, 65 ਸਾਲ ਤੱਕ ਆਪਾਂ ਦੇ ਸਕਦੇ ਹਾਂ। ਯਾਨੀ ਮੈਂ ਝੂਠ ਬੋਲ ਬੋਲ ਕੇ ਫਿਰ ਵੀ ਮੈਂ 2-3 ਸਾਲ ਉੱਤੋਂ ਦੀ ਨਿਕਾ ਦੀ। ਤਲੀਆਂ ਫਲੀਆਂ ਚੀਜ਼ਾਂ ਮੈਂ ਬੰਦ ਕਰਤੀਆਂ, ਜਿਵੇਂ ਚਾਹ ਛੱਡੀ ਨੂੰ 22-23 ਸਾਲ ਹੋ ਗਏ। ਅੱਛਾ। ਸਿਰਫ ਸਿੰਪਲ ਰੋਟੀ ਦਾਲ ਦਾਲ ਫੁਲਕਾ। ਤੇ ਚਾਹ ਵੀ ਖੂਨ ਸਾੜਦੀ ਹੈ? ਹਾਂਜੀ, ਇਹ ਵੀ ਸਾੜਦੀ ਹੈ ਜੀ, ਰੰਗ ਵੀ ਕਾਲਾ ਕਰਦੀ ਹੈ, ਤਾਂ ਹੀ ਮੇਰਾ ਰੰਗ ਕਾਲਾ ਹੈ। ਇਹ ਤਾਂ ਸਾਡੇ ਬੀਬੀਆਂ ਭੈਣਾਂ ਵਾਸਤੇ ਬੜਾ ਔਖਾ ਹੋ ਜਾਣਾ ਨਾ, ਚਾਹ ਛੱਡਣੀ ਬੜੀ ਔਖੀ ਹੈ। ਹਾਂਜੀ। ਤੇ ਹੋਰ ਇਸ ਦੇ ਨਾਲ ਨਾਲ ਕੀ ਕਰਦੇ ਹੋ ਤੁਸੀਂ ਵੈਸੇ? ਹੁਣ ਮੈਂ ਪਹਿਲਾਂ ਬੀਜਪੁਰ 'ਚ ਫੋਰਮਲ ਰਿਟਾਇਰ ਹੋਇਆ ਜੀ। ਜੀ। ਅਤੇ ਮੈਨੂੰ 2013 'ਚ ਰਿਟਾਇਰ ਹੋਇਆ ਸੀ, ਨਾਲ ਦੀ ਨਾਲ ਮੈਂ ਇਹਨਾਂ ਨਾਲ ਜੁੜ ਗਿਆ ਜੀ। ਜੀ। ਅਤੇ ਇਹਨਾਂ ਨੇ ਮੇਰੀ ਜਿੱਥੇ ਡਿਊਟੀ ਲਾਈ, ਪਹਿਲਾਂ ਅਸੀਂ 500+ ਸਕੂਲਾਂ ਦੇ ਵਿੱਚ ਨਾਟਕ ਕਰ ਚੁੱਕੇ ਹਾਂ ਜੀ, ਨੁੱਕੜ ਨਾਟਕ, ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਭਰੂਣ ਹੱਤਿਆ ਨੂੰ ਰੋਕਣਾ, ਇਹ ਅਸੀਂ ਘੱਟੋ ਘੱਟ 500+ ਸਕੂਲਾਂ ਦੇ ਵਿੱਚ ਨਾਟਕ ਕਰ ਚੁੱਕੇ ਹਾਂ ਜੀ। ਉਸ ਤੋਂ ਬਾਅਦ ਫਿਰ ਮੇਰੀ ਇਹਨਾਂ ਨੇ ਡਿਊਟੀ ਲਾਤੀ ਮਰੀਜ਼ਾਂ 'ਤੇ, ਘੱਟੋ ਘੱਟ 18 ਮਰੀਜ਼ ਸੀ ਜਿਹਨਾਂ ਦਾ ਇਲਾਜ ਚੱਲ ਰਿਹਾ, ਜਿਹਦੇ ਵਿੱਚੋਂ 8-9 ਮਰੀਜ਼ ਸਾਡੇ ਜਮ੍ਹਾਂ ਓਕੇ ਹੋ ਗਏ ਜੀ, ਉਹਨਾਂ ਨੂੰ ਅਸੀਂ ਘਰ ਛੱਡਤਾ, ਅਲਵਿਦਾ ਕਰਤਾ। ਹੁਣ ਇੱਕ ਬਿਹਾਰ ਦਾ ਸੀਗਾ, ਇੱਥੇ ਬਿੰਡੜੇ ਨੇ, ਯੂਪੀ 'ਚ ਜੋ ਬਿਹਾਰ ਦਾ ਸੀ, ਉਹਦੀ ਕੋਈ ਲੱਤ ਤੋੜਿਆ ਜਾਂਦਾ ਜਾਂਦਾ, ਕੋਈ ਮੋਟਰਸਾਈਕਲ ਮਾਰਿਆ ਵਿਚਾਰੇ ਦੀ ਲੱਤ ਟੁੱਟ ਗਈ, ਅਤੇ ਫੈਕਟਰੀ 'ਚ ਲੱਗਿਆ ਹੋਇਆ ਸੀ।
ਉਹਨੂੰ ਅਸੀਂ ਰਾਸ਼ਨ ਵੀ ਦੇ ਕੇ ਆਉਂਦੇ ਰਹੇ, ਉਹਦਾ ਪਲਸਤਰ ਵੀ ਕਰਾਇਆ, ਉਹਦੀ ਲੱਤ ਵੀ ਠੀਕ ਕਰਾਈ ਹੈ, ਹੁਣ ਉਹ ਆਪਦੇ ਕੰਮ 'ਤੇ ਜਾਂਦਾ ਜੀ। ਇੱਕ ਨੰਗਲ ਪਿੰਡ ਹੈ ਜੀ ਇੱਥੇ ਖੇੜੀ ਸ਼ੇਰਪੁਰ ਦੇ ਨਾਲ, ਉਹਦਾ ਗੋਡਾ ਜਮ੍ਹਾਂ ਗਲ ਗਿਆ ਸੀ ਜੀ, ਚੱਪਣੇ ਟੁੱਟ ਕੇ ਦੋ ਟੁੱਟੇ ਹੋ ਗਏ ਸੀ, ਉਹਦੇ 2-3 ਲੱਖ ਰੁਪਇਆ ਲੱਗਿਆ ਜੀ। ਪਰ ਉਹਦਾ ਅਸੀਂ ਖਹਿੜਾ ਨਹੀਂ ਛੱਡਿਆ ਜਿੰਨਾ, ਉਹ ਕਹਿੰਦੇ ਸੀ ਵੀ ਮੇਰੀ ਪਹਿਲਾਂ ਮਾਂ ਮਰ ਗਈ ਆ, 25 ਵਿਘੇ ਜ਼ਮੀਨ ਸੀ, ਖਤਮ ਹੋ ਗਿਆ ਸਾਡਾ, ਮੇਰਾ ਭਰਾ ਵੀ ਮਰ ਗਿਆ ਅਤੇ ਸਾਡਾ ਪੈਸਾ ਸਾਰਾ ਲੱਗ ਗਿਆ ਜੀ ਉਹਨਾਂ 'ਤੇ, ਵੀ ਹੁਣ ਮੇਰੀ ਵਾਰੀ ਹੈ ਜੀ। ਅਸੀਂ ਕਿਹਾ ਤੇਰੀ ਸਾਡੀ ਭਾਈ ਪਰਮਾਤਮਾ ਨੇ ਸਾਨੂੰ ਸਾਡੀ ਸੇਵਾ ਲਾਈ ਹੈ ਅਤੇ ਵੀ ਅਸੀਂ ਤੈਨੂੰ ਕੁਛ ਨਹੀਂ, ਬਾਲ ਗੰਗਾ ਨਹੀਂ ਹੋਣ ਦਿੰਦੇ, ਉਹ 'ਤੇ ਭਰੋਸਾ ਰੱਖ ਸਤਿਗੁਰ 'ਤੇ। ਮੈਂ ਉਹਨੂੰ ਚੰਡੀਗੜ੍ਹ ਲੈ ਕੇ ਪੀ ਜੀ ਆਈ, ਉਹ 3-4 ਦਿਨ ਰੁਲਦਾ ਰਿਹਾ, ਕਿਸੇ ਨੇ ਉਹਦੀ ਬਾਤ ਹੀ ਨਹੀਂ ਪੁੱਛੀ। ਅੱਛਾ, ਹਾਂਜੀ। ਉਹਨੂੰ ਅਸੀਂ ਜਦੋਂ ਮੈਂ ਲੈ ਕੇ ਆਇਆ, ਡਾਕਟਰ ਨੇ ਵੀ ਜਵਾਬ ਦਿੱਤਾ, ਕਹਿੰਦਾ ਡਾਕਟਰ ਕਹਿੰਦੇ ਯਾਰ ਸਾਰਾ ਤਾਂ ਬੁਰਾ ਹਾਲ ਹੈ, ਹੱਡੀਆਂ ਨਿਕਲੀਆਂ ਪਈਆਂ, ਕੀੜੀਆਂ ਨੂੰ ਖਾਈ ਜਾਂਦੀਆਂ ਵਿਚਾਰੇ ਨੂੰ, ਕਹਿੰਦਾ ਮੈਂ 2.5 ਸਾਲ ਕੋਈ ਸੁੱਤਾ ਨਹੀਂ, ਜਦੋਂ ਮੈਂ ਅੱਖ ਮੇਰੀ ਅੱਖ ਲੱਗ ਜਾਂਦੀ, ਕਹਿੰਦਾ ਉਹ ਕੀੜੀਆਂ ਚਿੰਬੜ ਜਾਂਦੀਆਂ ਗੋਡੇ 'ਤੇ। ਅਸੀਂ ਉਹ ਪਹਿਲਾਂ ਡਾਕਟਰ ਸਾਹਿਬ ਸਾਡੇ ਪਾਸ਼ੀ ਨੇ, ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਕਾਬਲ ਡਾਕਟਰ ਹੈ ਜੀ, ਉਹ ਗੋਡਿਆਂ ਦਾ ਅਤੇ ਚੋਲੇ ਦੇ ਮਾਹਰ ਨੇ। ਉਹਨਾਂ ਨੇ ਮੈਨੂੰ ਕਹਿੰਦੇ ਵੀ ਇਹਨੂੰ PGI ਲੈ ਕੇ ਜਾ ਪਹਿਲਾਂ, ਉਹ ਮੈਂ ਉਹਨੂੰ PGI ਲੈ ਕੇ ਜਾਂਦਾ ਰਿਹਾ ਜੀ 3-4 ਮਹੀਨੇ। ਚਲੋ ਉਹਦਾ ਮਾਸ ਭਰਨਾ ਸ਼ੁਰੂ ਹੋ ਗਿਆ ਜੀ, ਜਦੋਂ ਉਹਨਾਂ ਨੇ ਪਹਿਲਾਂ ਸਾਫ਼ ਕਰਕੇ ਪੱਟੀ ਕਰੀ PGI ਵਾਲੇ ਨੇ, 3 ਦਿਨ ਨਹੀਂ ਉੱਠਿਆ ਜੀ ਉਹ ਮੁੰਡਾ, ਆਉਣ ਸਾਰ ਹੀ ਸੌਂ ਗਿਆ। 4th ਦਿਨ ਅਸੀਂ ਪੱਟੀ ਕਰਨੀ ਸੀ ਦੁਬਾਰਾ, ਮੈਂ ਫਿਰ ਪੱਟੀ ਹਫ਼ਤੇ ਬਾਅਦ 4th ਦਿਨ ਕਰਾ ਕੇ ਲਿਆਉਂਦਾ ਜੀ ਪੱਟੀ। ਹੁਣ ਉਹ ਮੁੰਡਾ ਓਕੇ ਹੈ ਜੀ, ਆਪਦਾ ਕੰਮ ਕਾਰ ਕਰਦਾ, ਜਮ੍ਹਾਂ ਟੱਲੀ ਹੈ। ਬਹੁਤ ਵਧੀਆ। ਮਤਲਬ ਤੁਸੀਂ ਉਹ ਖਾਲੀ ਉਸ ਬੱਚੇ ਵਾਸਤੇ ਹੀ ਹਮਦਰਦੀ ਆਈ ਜਾਂ ਤੁਸੀਂ ਸਾਰਿਆਂ ਨਾਲ ਹੀ ਇਸ ਤਰ੍ਹਾਂ ਕਰਦੇ ਹੋ ਵੀ ਉਹਨਾਂ ਨੂੰ ਸਪੈਸ਼ਲ ਲੈਣ ਜਾਣਾ ਜਾਂ ਉਹਨਾਂ ਦਾ ਸਮਾਨ ਉਹਨਾਂ ਤੱਕ ਪਹੁੰਚਾਉਣਾ, ਦਵਾਈਆਂ ਦਾਰੂ ਦਾ ਇੰਤਜ਼ਾਮ ਕਰਨਾ? ਦਵਾਈ ਦਾਰੂ ਵੇਖੋ ਜੀ, ਦਾਨੀ ਸੱਜਣ ਨੇ ਜਿਹੜੇ ਦਾਨ ਕਰਦੇ ਆ, ਅਤੇ ਅਸੀਂ ਭੈਣ ਦਾ ਬਹੁਤ ਧੰਨਵਾਦ ਕਰਦੇ ਹਾਂ। ਕਿਸੇ ਨੂੰ ਰਾਸ਼ਨ ਦੇਣਾ, ਮੈਂ ਇਹਨਾਂ ਨੂੰ ਫੋਨ ਮਾਰਦਾ, ਕਹਿੰਦੀ 1100 ਰੁਪਇਆ ਤਾਂ ਮੇਰਾ ਹੁਣੇ ਕਰ ਲਓ, ਇੱਕ ਇਹਨਾਂ ਦੀ ਸਹੇਲੀ ਹੈ, ਨਾਲ ਦੀ ਨਾਲ 1100 ਦਾ ਪੁਆਤਾ, 2200 ਰੁਪਏ ਦਾ ਉਹ ਜਨਾਨੀ ਦਾ ਘਰ ਵਾਲਾ ਮਰ ਗਿਆ, 3 ਕੁੜੀਆਂ ਨੇ ਜੀ, 2 ਦਿਨ ਹੋ ਗਏ ਭੁੱਖੀਆਂ ਬੈਠੀਆਂ ਸੀ। ਤੇ ਮੈਂ ਇਹਨਾਂ ਨੂੰ ਫੋਨ ਕਰਤਾ, ਇਹਨਾਂ ਨੇ ਮੈਨੂੰ ਨਾਲ ਦਿਨ 2200 ਰੁਪਇਆ ਪਾਤਾ, ਮੈਂ ਦੂਜੇ ਦਿਨ 2200 ਰੁਪਏ ਦਾ ਰਾਸ਼ਨ ਲਿਆ ਕੇ ਉਹਨਾਂ ਨੂੰ ਬੁਲਾ ਕੇ ਅਤੇ ਉਹਨਾਂ ਨੂੰ ਨਾਲ ਦਿਨ ਅਸੀਂ ਦਿੱਤਾ ਜੀ। ਕਿਸੇ ਦੀ ਵੀ ਜ਼ਰੂਰਤ ਹੈ, ਕਦੋਂ ਵੀ ਜ਼ਰੂਰਤ ਹੈ, ਇਹ ਭੈਣ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਇਹ ਹਰ ਟਾਈਮ ਸਾਡੇ ਨਾਲ ਖੜ੍ਹਦੀ ਹੈ। ਮੈਂ ਇਹਨਾਂ ਨੂੰ ਮਾੜਾ ਜਿਹਾ ਵੀ ਸੁਨੇਹਾ ਲਾ ਦਾਂ, ਭੈਣ ਆਹ ਕੰਮ ਹੈ, ਕੋਈ ਪੁੱਤਰ ਆਹ ਮਰੀਜ਼ ਨੂੰ ਲੈ ਕੇ ਜਾਣਾ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ, ਤੁਸੀਂ ਟੱਕੋ ਮਰੀਜ਼ ਜਿੱਥੇ ਫਿਰ ਆ, ਘੱਟੋ ਘੱਟ ਅਸੀਂ ਜੇ ਹੁਣ ਸਾਨੂੰ ਕਿਤੇ ਵੀ ਪਤਾ ਲੱਗ ਜੇ। ਹੁਣ ਇੱਕ ਲੇਡੀ ਹੈ ਜਮ੍ਹਾਂ ਤੁਹਾਡੇ ਅਰਗੀ ਵਿਚਾਰੀ, ਉਹਦਾ ਕੀ ਹੈ ਕੈਂਸਰ ਦਾ ਨਾ ਹੁਣ ਪਤਾ ਲੱਗਿਆ ਫਰਵਰੀ 'ਚ, ਵੀ ਉਹ ਜਿਹੜੇ ਅਸੀਂ ਬੇਟੀ ਦਾ ਅਸੀਂ ਇਲਾਜ ਕਰਾ ਰਹੇ ਹਾਂ, ਉਹਦਾ ਹੁਣ ਅਸੀਂ ਮੈਂ ਨਿਊ ਚੰਡੀਗੜ੍ਹ ਟਾਟਾ ਮੈਮੋਰੀਅਲ ਹੈ, ਮੈਂ ਉਹਦੇ ਜਦੋਂ ਟੈਸਟ ਕਰਾ ਕੇ ਆਇਆ, ਉਹਦਾ ਪੀਸ ਭੇਜਿਆ ਕੱਢ ਕੇ ਬੰਬੇ, 10 ਦਿਨਾਂ ਬਾਅਦ ਰਿਪੋਰਟ ਆਊਗੀ, ਉਸ ਤੋਂ ਬਾਅਦ ਟਾਟਾ 'ਚ ਉਹਦਾ ਰਲਾ ਚੱਲੂਗਾ ਜੀ। ਇੱਕ ਕੁੜੀ ਇੱਥੇ ਧੋਰੀ ਪਿੰਡ ਦੀ ਹੈ ਜੀ, ਉਹਦਾ ਵਿਚਾਰੀ ਉਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ, ਉਹ ਸਟੋਵ ਦੇ ਉੱਤੇ ਡਿੱਗ ਪਈ ਜੀ, ਉਹਦਾ ਅਸੀਂ ਘੱਟੋ ਘੱਟ ਸਾਰੀ ਮੱਚ ਗਈ ਸੀ, ਜਿਹੜੀ ਆਹ ਚੀਜ਼ ਹੈ ਠੋਡੀ ਜਿਹੜੀ ਪੁੱਤਰ ਉਹਦੇ ਸਾਰੇ ਬੈਡ ਹੋ ਗਏ ਸੀ, ਇਹਦੇ ਨਾਲ ਪਈ ਅਤੇ ਚਮਚਾ ਨਪਾਉਂਦੇ ਸੀ ਪਾਣੀ, ਲੁੱਕੜ ਪਾਉਂਦੇ ਸੀ ਇਕੱਲਾ। ਹੁਣ ਫਿਰ ਮੈਂ 2:30 ਵਜੇ ਰਾਤ ਨੂੰ ਮੈਨੂੰ ਡਾਕਟਰ ਸੰਜੀਵ ਜੋਤ ਜੀ ਦਾ ਫੋਨ ਆਇਆ, ਕਹਿੰਦੇ ਤੁਸੀਂ ਇਹ ਬੱਚੇ ਨੂੰ ਲੈ ਕੇ ਪਹੁੰਚੋਗੇ, ਇੰਗਲੈਂਡ 'ਚੋਂ ਟੀਮ ਆ ਰਹੀ ਹੈ, 50 ਬੱਚਿਆਂ ਨੂੰ ਫਰੀ ਇਲਾਜ ਕਰਨਾ ਉਹਨਾਂ ਨੇ। ਮੈਂ ਉੱਥੇ ਗੁੜਗਾਓਂ ਜੀ ਰਾਤ ਨੂੰ 2:30 ਵਜੇ ਲੈ ਕੇ ਉਹਨੂੰ ਨਿਕਲ ਗਿਆ, ਅਤੇ ਜਾਣ ਸਾਰ ਅਸੀਂ ਐਂਟਰੀ ਕਰਾਉਣੀ ਸੀ, ਮੈਂ ਲਾਈਨ 'ਚ ਲੱਗ ਗਿਆ, ਉਹ ਡਾਕਟਰ ਸਾਹਿਬ ਦਾ ਕਿਤੇ ਫੋਨ ਆ ਗਿਆ, ਉਹ ਮੈਨੂੰ ਕਹਿੰਦੇ ਵੀ ਸੰਦਲਾ ਸ਼ਰਮਾ ਕੌਣ? ਮੈਂ ਜੀ। ਕਹਿੰਦੇ ਬੱਚੇ ਨੂੰ ਲੈ ਕੇ ਉੱਪਰ ਆ ਜਾਓ, ਮੈਂ ਕਿਹਾ ਜੀ ਐਂਟਰੀ ਕਰਾ ਤੁਹਾਡੀ? ਕਹਿੰਦੇ ਐਂਟਰੀ ਲੋੜ ਨਹੀਂ, ਤੁਹਾਡੀ ਸੰਸਥਾ ਬਹੁਤ ਵਧੀਆ ਕੰਮ ਕਰਦੀ ਹੈ, ਜਾਣੀ ਕਿ ਸਾਡੀ ਸੰਸਥਾ ਦਾ ਬਹੁਤ ਦੂਰ ਦੂਰ ਤੱਕ ਫੈਲਦੇ ਹਾਂ, ਵੀ ਜਿਹੜਾ ਵੀ ਅਸੀਂ ਕੰਮ ਕਰਦੇ ਹਾਂ ਚੰਗਾ ਕਰਦੇ ਹਾਂ, ਅਤੇ ਜਿਹੜੇ ਵੀ ਅਸੀਂ ਇਲਾਜ ਕਰਵਾਉਂਦੇ ਹਾਂ ਅਸੀਂ ਨਾਲ ਦੇ ਨਾਲ ਗਰੁੱਪ ਦੇ ਵਿੱਚ ਫੋਟੋ ਪਾਉਂਦੇ ਹਾਂ, ਕਿ ਅਗਲੇ ਨੂੰ ਐਂ ਪਤਾ ਲੱਗੇ ਵੀ ਸਾਡੇ ਜਿਹੜੇ ਪੈਸੇ ਵੀ ਸਹੀ ਜਗ੍ਹਾ 'ਤੇ ਲੱਗ ਗਏ।
ਔਰ ਅਸੀਂ ਚਾਰ ਸਰਜਰੀਆਂ ਦੀਆਂ ਅਸੀਂ ਕਿੱਟੋ ਪਾਟੇ ਤੋਂ ਜਗਲਗੜਗਾਉਂ ਤੋਂ ਕਰਵਾਈਆਂ ਜੀ। ਉਸ ਤੋਂ ਬਾਅਦ ਫਿਰ ਉਹਦਾ ਮਿਰਗੀ ਦਾ ਇਲਾਜ ਇੱਥੇ ਹਸਨਪੁਰ ਆ ਜੀ, ਉਹ ਵੀ ਮਨੁੱਖਤਾ ਦੀ ਸੇਵਾ, ਬਹੁਤ ਸੇਵਾ ਕਰਦੇ ਨੇ, ਫਰੀ ਦਵਾਈਆਂ, ਫਰੀ ਡਾਕਟਰ ਚੈੱਕ ਕਰਦੇ ਆ ਜੀ। ਉੱਥੇ ਘੱਟੋ ਘੱਟ ਜੀ ਸਾਡਾ 3 ਸਾਲ, ਮੈਂ ਇੱਕ ਨਾਗਾ ਗਰੀਬ ਆਇਆ ਜੀ, 3 ਸਾਲ ਲਗਾਤਾਰ ਉਹਦੀ ਦਵਾਈ ਚੱਲਦੀ ਰਹੀ ਹੈ। ਹੁਣ ਉਹ ਡਾਕਟਰ ਨੇ ਦਵਾਈ ਬੰਦ ਕਰਤੀ, ਕਹਿੰਦੇ 3 ਸਾਲ ਹੋ ਗਏ ਇਹਨੂੰ, ਦੌਰਾ ਤਾਂ ਨਹੀਂ ਪਿਆ ਮੁੜ ਕੇ, ਨਾ ਨਾ ਜੀ, ਕਹਿੰਦੇ ਬੰਦ ਕਰ ਦਿਉ, ਉਹ ਦਵਾਈ ਬਹੁਤ ਜ਼ਿਆਦਾ ਕਰ ਲਉ। ਉਹ ਤੋਂ ਬਾਅਦ ਫਿਰ ਇਹਦਾ ਗਲ ਦਾ ਆਪਰੇਸ਼ਨ ਕਰਾਇਆ ਗਿਆ, ਸਰਜਰੀ ਕਰਾਈ ਹੈ ਗਲ ਦੀ, ਉਹਦਾ ਹੁਣ ਫੇਸ ਦਾ ਹੀ ਰਹਿ ਗਿਆ ਇਕੱਲਾ, ਫੇਸ ਦਾ ਅਸੀਂ ਕਰਾਉਣਾ। ਦਿਲ ਨੂੰ ਨਾ ਖੁੰਬ ਕੇ ਲੈ ਜਾਂਦੀ ਹੈ ਚੀਜ਼, ਵੀ ਇੰਨਾ ਦਰਦ, ਅਸਹਿ ਦਰਦ ਕਿਵੇਂ ਕੋਈ ਬਰਦਾਸ਼ਤ ਕਰਦਾ, ਤੁਸੀਂ ਉਹ ਦਰਦ ਤੇ ਜਿਵੇਂ ਮਲਮ ਲਗਾਉਂਦੇ ਹੋ, ਬਿਲਕੁਲ ਬਹੁਤ। ਜਿਹੜਾ ਉਹ ਜਿਹੜਾ ਗੋਡੇ ਵਾਲਾ ਮੁੰਡਾ ਜੀ, ਉਹਦੇ ਕੋਲੇ ਖੜਦਾ ਨਹੀਂ ਸੀ ਕੋਈ, ਬੜਾ ਸਮੈਲ ਗੰਦੀ ਮਾਰਦੇ ਸੀ, ਪਰ ਮੈਂ ਨਹੀਂ ਐਂ ਕਿਤੇ ਪਰਵਾਹ ਕੀਤੀ ਜੀ, ਮੈਂ ਤਾਂ ਕੁਛ ਵੀ ਹੋਵੇ ਮੈਂ ਤਾਂ ਚੱਕ ਲੈਂਦਾ ਮਰੀਜ਼ ਨੂੰ ਨਾਲ ਦੇ ਨਾਲ ਲੈ ਜਾਣਾ। ਸਾਡੇ ਘਰਦਿਆਂ ਨੂੰ ਇਹ ਨਹੀਂ ਪਤਾ ਵੀ 4 ਵਜੇ ਮੈਂ ਨਿਕਲ ਜਾਂਦਾ ਜੀ ਘਰੋਂ ਮਰੀਜ਼ਾਂ ਨੂੰ ਲੈ ਕੇ, ਉਹਨਾਂ ਨੂੰ ਐਂ ਨਹੀਂ ਪਤਾ ਵੀ ਸਾਡਾ ਡੈਡੀ ਕਿੱਥੇ ਗਿਆ, ਕਦੋਂ ਆਊਗਾ, ਕੀ ਗੱਲਬਾਤ। ਜਦੋਂ ਮੈਂ ਸ਼ਾਮ ਨੂੰ ਆਉਣਾ ਫਿਰ ਉਹਨਾਂ ਨੂੰ ਦੱਸਦਾ ਭਾਈ ਮੈਂ ਪੁਰਾਣੀ ਜਗ੍ਹਾ 'ਤੇ ਗਿਆ ਸੀ। ਇਹ ਵੀ ਇੱਕ ਕਮਾਈ ਹੈ ਤੁਸੀਂ ਜਿਹੜੀ ਕਰ ਰਹੇ ਹੋ, ਔਰ ਉਹ ਤੁਹਾਡੇ ਘਰਦਿਆਂ ਦੇ ਕੰਮ ਆ ਰਹੀ ਹੈ, ਔਰ ਤੁਹਾਡੇ ਵੀ ਕੰਮ ਆ ਰਹੀ ਹੈ, ਅਤੇ ਕਹਿੰਦੇ ਕਰ ਭਲਾ ਦੇ ਹੋ ਭਲਾ ਅੰਤ ਭਲੇ ਦਾ ਭਲਾ। ਪਰ ਮਾਲਕ ਨੇ ਮੈਨੂੰ ਕੁਛ ਨਹੀਂ ਢੋ ਕੇ ਰੱਖਿਆ, ਵੱਡੀ ਪੋਤੀ ਮੇਰੀ ਮੈਡੀਕਲ ਕਰਦੀ ਚੰਡੀਗੜ੍ਹ, ਬੇਟਾ ਮੇਰਾ ਮੈਨੇਜਰ ਲੱਗਿਆ ਜੀ ਕੇਅਰਵੇਅਰ 'ਚ, ਛੋਟੀ ਪੋਤੀ ਮੇਰੀ GPS ਦਾ ਕਰ ਰਹੀ ਹੈ, ਅਤੇ ਪੋਤਾ ਮੇਰਾ ਪੂਰਾ ਸ਼ਹਿਰ ਹੁਣ ਮੈਂ ਪਟਿਆਲੇ ਜਾ ਰਹੇ ਸ਼ਿਫਟ ਹੋ ਰਹੇ ਸੀ, ਪਰ ਪਟਿਆਲੇ ਤੋਂ ਮੈਂ ਜਿਹੜੇ ਮਰੀਜ਼ਾਂ ਲੈ ਕੇ ਆਉਣਾ ਮੈਂ ਉੱਥੋਂ ਟ੍ਰੇਨ ਚੜ੍ਹ ਕੇ ਆ ਜਾ ਕਰੂੰਗਾ। ਸੀਗਾ ਔਰ ਮਤਲਬ ਉਹਨੇ ਸ਼ੁਰੂ ਤੋਂ ਹੀ ਸੇਵਾ ਦਾ ਸ਼ੌਂਕ ਹੈਗਾ, ਅਤੇ ਜਿੱਥੇ ਮੇਰੀ ਡਿਊਟੀ ਲਾਉਂਦੇ ਨੇਗੇ ਸਾਰੇ ਜਣੇ ਆਪਾਂ ਹੁਣ ਤਾਂ ਹਾਜ਼ਰ ਹੁੰਦੇ ਸਪੋਰਟ ਰਹਿ ਜਾਈ, ਮਤਲਬ ਮੈਂ ਜਿੱਥੇ ਵੀ ਸਪੋਰਟ ਦੀ ਰੋਣ ਦੇ ਨਾਲ ਪੇਪਰ ਦੇ ਰਿਹਾ ਜੋਬ ਵੀ ਕਰ ਰਿਹਾ। ਠੀਕ ਹੈ, ਤੇ ਨਾਲ ਨਾਲ ਸੇਵਾ ਨਿਭਾ ਕੀ ਕਰ ਕੀ ਰਹੇ ਹੋ, ਸੇਵਾ ਵਿੱਚ ਕੀ ਕਰ ਰਹੇ? ਸੇਵਾ ਦੇ ਵਿੱਚ ਜੀ ਜਿਵੇਂ ਜਿੱਥੇ ਵੀ ਮਤਲਬ ਲੋੜ ਹੁੰਦੀ, ਜਿਵੇਂ ਮਤਲਬ ਪ੍ਰਧਾਨ ਜੀ ਦਾ ਫੋਨ ਆ ਗਿਆ ਵੀ ਕਿਸੇ ਮਰੀਜ਼ ਨੂੰ ਲੈ ਕੇ ਆਉਣਾ, ਜਾਂ ਕੋਈ ਮੈਡੀਸਨ ਦੇ ਕੇ ਆਉਣੀ ਹੈ ਕਿਸੇ ਨੂੰ, ਜਾਂ ਕਿਸੇ ਨੂੰ ਕੋਈ ਰਾਸ਼ਨ ਦੇ ਕੇ ਆਉਣਾ ਗਾ, ਤਾਂ ਮਤਲਬ ਵੀ ਜਦੋਂ ਐਂ ਲੱਗ ਵੀ ਜਦੋਂ ਕੋਈ ਨਹੀਂ ਹੁੰਦਾ ਤਾਂ ਮੈਨੂੰ ਫੋਨ ਆ ਜਾਂਦਾ ਵੀ ਕਿ ਹੁਣ ਤੂੰ ਨਹੀਂ ਆ ਗਿਆ। ਬਹੁਤ ਵਧੀਆ, ਮਤਲਬ ਲੋੜ ਵੇਲੇ ਯਾਦ ਫਿਰ ਕੀ ਆਉਂਦਾ ਹੈ, ਬਹੁਤ ਵਧੀਆ ਗੱਲ ਹੈ। ਤੁਹਾਡਾ ਪਰਿਵਾਰ ਬੜਾ ਸੋਹਣਾ ਪਰਿਵਾਰ ਬਣਿਆ ਹੋਇਆ ਹੈ, ਸਾਰੇ ਪਿਆਰ ਕਰਦੇ ਨੇ ਐਂ ਲੱਗ ਲਈ ਵੀ ਸਾਡਾ ਭਾਈਆਂ ਵਾਂਗੂ ਨੇ, ਹੁਣ ਸਾਰੇ ਵੱਡੇ ਭਾਈਆਂ ਵਾਂਗੂ ਨਹੀਂ, ਮੈਨੂੰ ਮਤਲਬ ਮੈਨੂੰ ਕਦੇ ਕੋਈ ਲੋੜ ਹੋਵੇ ਕਿਸੇ ਵੀ ਪੱਖਾਂ ਦੀ, ਮੈਂ ਵੀਰ ਨੂੰ ਫੋਨ ਕਰ ਦਿੰਦਾ, ਇਹਨਾਂ ਨੂੰ ਵੀ ਵੀਰੇ ਆਹ ਲੋੜ ਆ ਗਈ, ਨਾਲ ਦੇ ਮੈਨੂੰ ਕਦੇ ਜਵਾਬ ਨਹੀਂ ਆਇਆ ਹੈਗਾ। ਸਾਰੀ ਮਤਲਬ ਜਿਹੜੇ ਲੇਡੀਜ਼ ਨੇ ਉਹ ਮੇਰੀਆਂ ਵੱਡੀਆਂ ਭੈਣਾਂ ਵਾਂਗੂ ਨੇ ਸਾਰੀਆਂ, ਕਦੇ ਮੈਨੂੰ ਕਿਸੇ ਗੱਲੋਂ ਨਹੀਂ ਕਰਦੇ, ਸਾਰੇ ਫੈਮਿਲੀ ਵਾਂਗੂ ਹੀ ਸੀ। ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਐਵੇਂ ਕਦਰਾਂ ਕੀਮਤਾਂ ਨੂੰ ਸੰਭਾਲਿਆ ਹੋਇਆ, ਕਦਰ ਵੀ ਕਰ ਰਹੇ ਹੋ ਅਤੇ ਦੂਜਿਆਂ ਨੂੰ ਵੀ ਸਿਖਾ ਰਹੇ ਹੋ, ਰਾਏ ਪਾ ਰਹੇ ਹੋ। ਸਾਡੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਸਾਨੂੰ ਦੇਖ ਕੇ ਦੁਨੀਆ ਰਾਹ ਪੈ ਜਾਂਦੀ ਹੈ। ਅੱਜ ਕੱਲ੍ਹ ਦਾ ਯੂਥ ਜੋ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤਾਂ ਹੈਗਾ, ਲੇਕਿਨ ਜੇ ਕਹਿ ਲਓ ਕਿ ਕੌਨਫੀਡੈਂਸ ਦੇ ਲੈਵਲ 'ਚ ਬਹੁਤ ਘੱਟ ਗਿਆ ਹੋਇਆ, ਕਿਉਂਕਿ ਉਹਨਾਂ ਨੂੰ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਰਾਹ ਲੱਭਣਾ ਪੈਂਦਾ ਹੈ, ਕਿਉਂਕਿ ਜਿੰਨੇ ਪੜ੍ਹਾਈ ਦੇ ਰਸਤੇ ਖੁੱਲ੍ਹੇ ਨੇ ਉਨੇ ਹੀ ਨੌਕਰੀਆਂ ਦੇ ਰਸਤੇ ਬੰਦ ਹੋ ਚੁੱਕੇ ਹੋਏ ਨੇ, ਕੰਪੀਟੀਸ਼ਨ ਬਹੁਤ ਵੱਧ ਚੁੱਕਾ ਹੋਇਆ, ਦੁਨੀਆ ਵਿੱਚ ਦੀਨ ਦੁਨੀਆ ਜਿਹੜੀ ਵੀ ਹੈ ਦੁਖੀ ਦਿਖ ਰਹੀ ਹੈ, ਹਰ ਪਾਸੇ
ਹਰ ਇਨਸਾਨ ਰੋ ਰਿਹਾ, ਕੋਈ ਗਰੀਬੀ ਤੋਂ, ਕੋਈ ਬੇਰੁਜ਼ਗਾਰੀ ਤੋਂ, ਕੋਈ ਆਪਣੇ ਤੰਗ ਦਿਲੀ ਸੁਭਾਅ ਤੋਂ ਜਾਂ ਆਸ ਪਾਸ ਦੇ ਮਾਹੌਲ ਤੋਂ। ਪਰ ਦੇਖੋ, ਇੱਕ ਲੇਡੀ ਅਗਰ ਇੰਨਾ ਸਭ ਸਰਵਾਈਵ ਇਕੱਲਿਆਂ ਕਰ ਸਕਦੀ ਹੈ, ਆਪਣੇ ਪਰਿਵਾਰ ਨੂੰ ਪਾਲ ਸਕਦੀ ਹੈ, ਆਪਣੇ ਮਾਂ ਬਾਪ ਦੀ ਕੇਅਰ ਕਰ ਸਕਦੀ ਹੈ, ਔਰ ਫਿਰ ਵੀ ਸਿਰ ਉੱਚਾ ਕਰਕੇ ਉਹ ਜ਼ਿੰਦਗੀ ਜੀ ਰਹੀ ਹੈ ਔਰ ਬੜਿਆਂ ਨੂੰ ਰਾਏ ਪਾ ਰਹੀ ਹੈ, ਤਾਂ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ? ਇਹ ਜਜ਼ਬਾ ਹਰ ਇਨਸਾਨ ਦੇ ਵਿੱਚ ਹੋਣਾ ਚਾਹੀਦਾ, ਹਰ ਯੂਥ ਦੇ ਵਿੱਚ ਹੋਣਾ ਚਾਹੀਦਾ, ਹਰ ਲੇਡੀ ਦੇ ਵਿੱਚ ਹੋਣਾ ਚਾਹੀਦਾ। ਅੱਜ ਕੱਲ੍ਹ ਦੀਆਂ ਧੀਆਂ ਭੈਣਾਂ ਸਭ ਦੇ ਲਈ ਇਹ ਇੱਕ ਮੈਸੇਜ ਹੈ, ਬਹੁਤ ਤਗੜਾ ਮੈਸੇਜ ਹੈ। ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਵੇਖਣਾ, ਸਾਡੀ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਅਤੇ ਸ਼ੇਅਰ ਵੀ ਦੱਬ ਕੇ ਕਰਨਾ, ਤਾਂ ਕਿ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਅਤੇ ਸਾਰਿਆਂ ਨੂੰ ਇੱਕ ਰਾਹ ਮਿਲ ਜਾਏ। ਇਹਦੇ ਨਾਲ ਹੀ ਹਰਦੀਪ ਕੌਰ ਨੂੰ ਆਗਿਆ ਦੇਵੋ ਜੀ, ਸਤਿ ਸ਼੍ਰੀ ਅਕਾਲ, ਅਤੇ ਜੁੜੇ ਰਹਿਣਾ ਸਾਡੇ ਇਸ ਚੈਨਲ ਦੇ ਨਾਲ, ਦੇਖਦੇ ਰਹਿਣਾ, ਲਾਈਕ ਕਰਦੇ ਰਹਿਣਾ। ਸਤਿ ਸ਼੍ਰੀ ਅਕਾਲ, ਧੰਨਵਾਦ।